ਬਹੁਤ ਸਾਰੀਆਂ ਗੱਲਾਂ ਤੁਹਾਡੇ ਮਨ ਚ ਹੋਣੀਆਂ ਸੋਸਾਇਟੀ ਬਾਰੇ, ਬਹੁਤ ਸਾਰੀਆਂ ਗੱਲਾਂ ਤੁਸੀਂ ਅਖਬਾਰਾਂ ਚ ਸੁਣੀਆਂ ਹੋਣੀਆਂ ਵੀ ਸੋਸਾਇਟੀ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਸਭ ਤੋਂ ਪਹਿਲੀ ਗੱਲ, ਹਰ ਉਸ ਦੁੱਖ ਤਕਲੀਫ ਦਾ ਤਰਕਸ਼ੀ ਸੋਸਾਇਟੀ ਮੁਫ਼ਤ ਇਲਾਜ ਕਰਦੀ ਹੈ ਜਿਹਨੂੰ ਤੁਸੀਂ ਲੋਕ ਅੱਜ ਤੱਕ ਇਹ ਸਮਝਦੇ ਰਹੇ ਵੀ ਇਹ ਭੂਤਾਂ ਪ੍ਰੇਤਾਂ ਕਰਕੇ ਆ, ਉਪਰੀਆਂ ਕਸਰਾਂ ਕਰਕੇ ਹੈ, ਕੋਈ ਸਿਰ ਘੁਮਾਉਂਦਾ ਖੇਡਦਾ, ਕਿਸੇ ਨੂੰ ਦੰਦਲਾਂ ਦੌਰੇ ਪੈਂਦੇ ਆ, ਕਿਸੇ ਦੇ ਘਰੇ ਖੂਨ ਦੇ ਛਿੱਟੇ ਡਿੱਗਦੇ ਆ, ਪੇਟੀ ਚ ਪਏ ਕੱਪੜੇ ਮੱਚ ਜਾਂਦੇ ਆ, ਇੱਟਾਂ ਰੋੜੇ ਡਿੱਗਦੇ, ਕੁਛ ਵੀ ਅਜਿਹਾ ਹੁੰਦਾ ਜਿਹਨੂੰ ਤੁਸੀਂ ਲੋਕ ਅੱਜ ਤੱਕ ਇਹ ਸਮਝਦੇ ਰਹੇ ਵੀ ਇਹ ਭੂਤਾਂ ਪ੍ਰੇਤਾਂ ਦੀਆਂ ਕਸਰਾਂ ਕਰਕੇ ਹੁੰਦਾ। ਸਾਡੀ ਸੋਸਾਇਟੀ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਮੁਫ਼ਤ ਕਰਦੀ ਹੈ। ਦੂਸਰੀ ਗੱਲ, ਤਰਕਸ਼ੀਲ ਸੋਸਾਇਟੀ ਵੱਲੋਂ ਉਹਨਾਂ ਸਾਰੇ ਪਖੰਡੀਆਂ ਨੂੰ ਖੁੱਲ੍ਹਾ ਚੈਲੰਜ ਕੀਤਾ ਜਿਹੜੇ ਇਹ ਕਹਿੰਦੇ ਆ ਵੀ ਉਹਨਾਂ ਕੋਲ ਕੋਈ ਗੈਬੀ ਸ਼ਕਤੀ ਹੈ, ਉਹਨਾਂ ਕੋਲ ਕੋਈ ਕਾਲਾ ਇਲਮ ਬਸਤ ਕੀਤਾ, ਕੋਈ ਬਿਹਾਰ ਬੰਗਾਲ ਦਾ ਜਾਦੂ ਆ ਉਹਨਾਂ ਕੋਲੇ, ਉਹਨਾਂ ਸਾਰਿਆਂ ਨੂੰ ਖੁੱਲ੍ਹਾ ਚੈਲੰਜ ਆ ਵੀ ਕੋਈ ਵੀ ਇਹੋ ਜਿਹੀ ਗੱਲ ਕਰਕੇ ਦਿਖਾ ਦੇਣ ਜਿਹਨੂੰ ਦਸਾਂ ਨਹੁੰਾਂ ਦੀ ਕਿਰਤ ਕਰਨ ਵਾਲਾ ਮਨੁੱਖ ਨਹੀਂ ਕਰ ਸਕਦਾ, ਅਸੀਂ 1 ਲੱਖ ਰੁਪਏ ਦਾ ਨਾਮ ਉਹਨਾਂ ਵਾਸਤੇ ਰੱਖਿਆ। ਤੀਸਰੀ ਗੱਲ, ਜਦੋਂ ਅਸੀਂ ਲੋਕਾਂ ਨੂੰ ਇਹ ਕਹਿੰਦੇ ਹਾਂ ਕਿ ਸਿਆਣੇ ਹੋ, ਜਾਗਰਤ ਹੋ ਜਾਓ, ਚੇਤਨ ਹੋ ਜਾਓ, ਬੜੀਆਂ ਸਦੀਆਂ ਹੋ ਗਈਆਂ ਆਪਾਂ ਨੂੰ ਵਹਿਮਾਂ ਭਰਮਾਂ ਚ ਪਿਆ ਨੂੰ, ਤਾਂ ਬਹੁਤ ਸਾਰੇ ਲੋਕੀ ਸੋਚਣ ਲੱਗ ਜਾਂਦੇ ਆ ਵੀ ਅਸੀਂ ਤਾਂ ਕਿਸੇ ਵਹਿਮ ਨੂੰ ਨਹੀਂ ਮੰਨਦੇ, ਕਿਸੇ ਭਰਮ ਚ ਨਹੀਂ ਪੈਂਦੇ। ਨਹੀਂ, ਤੁਹਾਡੇ ਚ ਬਹੁਤ ਪੈ ਜਾਂਦੇ ਆ ਛੋਟੀਆਂ ਛੋਟੀਆਂ ਗੱਲਾਂ ਤੇ। ਕਿਸੇ ਕੰਮ ਨੂੰ ਜਾਣਾ, ਛਿੱਕ ਵੱਜੀ ਹੈ ਇਹ ਮਾੜੀ ਹੁੰਦੀ ਹੈ, ਨੰਬਰਦਾਰ ਮੱਥੇ ਲੱਗ ਗਿਆ ਮਾੜਾ ਹੁੰਦਾ, ਕੁੱਤੇ ਨੇ ਕੰਨ ਮਾਰਤੇ ਮਾੜੇ ਆ, ਬਿੱਲੀ ਰਾਹ ਕੱਟ ਗਈ ਮਾੜੀ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹਨੂੰ ਤੁਸੀਂ ਇਹ ਸੋਚਦੇ ਹੋ ਫਲਾਣੇ ਦਾ ਕਾਣ ਨਹੀਂ ਜਾਣਾ, ਫਲਾਣੇ ਦਾ ਨਵਾਂ ਕੱਪੜਾ ਨਹੀਂ ਪਾਉਣਾ, ਫਲਾਣੇ ਦਾ ਆਹ ਨਹੀਂ ਕਰਨਾ, ਪਰ ਤੁਸੀਂ ਇੱਕ ਗੱਲ ਨਹੀਂ ਸੋਚਦੇ ਵੀ ਇਹ ਚੰਗੀਆਂ ਮਾੜੀਆਂ ਗੱਲਾਂ ਬਣੀਆਂ ਕਾਹਤੋਂ ਆ। ਜੇ ਤੁਸੀਂ ਇਹ ਸੋਚਣ ਲੱਗ ਜਾਓ ਤੁਹਾਨੂੰ ਸਾਰੀਆਂ ਗੱਲਾਂ ਦਾ ਹੱਲ ਲੱਭ ਜੂ, ਜਵਾਬ ਲੱਭ ਜੂ। ਕੀ ਹੈ ਛਿੱਕ ਵੱਜਣ ਦਾ ਵਹਿਮ? ਅਨਪੜ੍ਹ ਤਾਂ ਹੋਣਾ ਹੀ ਹੈ, ਪੜ੍ਹੇ ਲਿਖਿਆਂ ਚ ਵੀ ਹੈ ਵੀ ਜੇ ਕਿਸੇ ਕੰਮ ਨੂੰ ਜਾਈਏ ਕੋਈ ਛਿੱਕ ਮਾਰਦੇ ਕੰਮ ਨਹੀਂ ਬਣਦਾ। ਹੁਣ ਤੁਸੀਂ ਇਹ ਨਹੀਂ ਸੋਚਦੇ ਵੀ ਛਿੱਕ ਆਉਂਦੀ ਕਿਉਂ ਆ, ਇਹ ਤੁਹਾਨੂੰ ਮੈਂ ਦੱਸ ਦਿੰਦਾ ਵੀ ਛਿੱਕ ਸਾਨੂੰ ਆਉਂਦੀ ਕਦੋਂ ਹੈ, ਫਿਰ ਤੁਸੀਂ ਆਪੇ ਹਿਸਾਬ ਲਾਇਓ ਵੀ ਇਹ ਚੰਗੀ ਹੁੰਦੀ ਹੈ ਕਿ ਮਾੜੀ। ਸਾਡੇ ਸਰੀਰ ਦੇ ਵਿੱਚ ਦੋ ਮੁੱਖ ਹਿੱਸੇ ਆ, ਇੱਕ ਆਪਾਂ ਖਾਂਦੇ ਪੀਂਦੇ ਹਾਂ ਮੇਦੇ 'ਚ ਜਾਂਦਾ ਅਤੇ ਹਜ਼ਮ ਹੋ ਜਾਂਦਾ, ਇੱਕ ਆਪਾਂ ਨੱਕ ਨਾਲ ਸਾਹ ਲੈਂਦੇ ਹਾਂ ਫੇਫੜਿਆਂ 'ਚ ਹਵਾ ਜਾਂਦੀ ਹੈ ਫਿਰ ਵਾਪਸ ਆਪਾਂ ਕੱਢ ਦਿੰਦੇ। ਹੁਣ ਜਦੋਂ ਸਾਹ ਵਾਲੇ ਪਾਸੇ, ਨੱਕ ਵਾਲੇ ਪਾਸੇ, ਫੇਫੜਿਆਂ ਵਾਲੇ ਪਾਸੇ ਸਾਫ਼ ਹਵਾ ਤੋਂ ਬਿਨਾਂ ਕੋਈ ਮੱਖੀ, ਮੱਛਰ, ਨਜ਼ਲਾ, ਜ਼ੁਕਾਮ, ਧੂੰਆਂ ਕੋਈ ਵੀ ਚੀਜ਼ ਸਾਹ ਨਾਲ ਸਾਡੇ ਅੰਦਰ ਜਾਂਦੀ ਆ ਤਾਂ ਸਾਡੇ ਫੇਫੜੇ ਸਾਹ ਨਾਲੀ ਨੂੰ ਸਾਫ਼ ਰੱਖਣ ਵਾਸਤੇ ਅੰਦਰੋਂ ਇਕੱਠੀ ਹਵਾ ਮਾਰਦੇ ਆ, ਜਿਹੜਾ ਕੁਛ ਇਹਦੇ ਵਿੱਚ ਗਿਆ ਹੁੰਦਾ ਸਾਹ ਨਾਲੀ 'ਚੋਂ ਬਾਹਰ ਕੱਢ ਦਿੰਦੇ, ਜਿਹਨੂੰ ਅਸੀਂ ਛਿੱਕ ਕਹਿੰਦੇ। ਤੁਸੀਂ ਦੇਖਿਆ ਹੋਣਾ ਨਜ਼ਲਾ ਜ਼ੁਕਾਮ ਲੱਗਿਆ ਬਹੁਤ ਛਿੱਕਾਂ ਆਉਂਦੀਆਂ, ਗੱਲ ਕੀ ਵੀ ਨਜ਼ਲਾ ਅੰਦਰ ਡਿੱਗਦਾ ਫੇਫੜੇ ਸਾਹ ਨਾਲੀ ਨੂੰ ਸਾਫ਼ ਕਰਦੇ ਆ, ਵਾਰ ਵਾਰ ਛਿੱਕਾਂ ਆਉਂਦੇ। ਦੂਸਰੀ ਗੱਲ, ਪਿੰਡਾਂ 'ਚ ਆਮ ਹੀ ਵਹਿਮ ਚੱਲਦਾ ਵੀ ਝੋਟਾ ਮੱਥੇ ਲੱਗਿਆ ਮਾੜਾ, ਇਹ 'ਚ ਵੀ ਦੋ ਗੱਲਾਂ ਵੀ ਜੇ ਸਵੇਰੇ ਸਵੇਰੇ ਖੇਤ ਵੱਲੋਂ ਪਿੰਡ ਵੜਦਾ ਹੋਵੇ ਫਿਰ ਮਾੜਾ, ਜੇ ਪਿੰਡ ਵੱਲੋਂ ਖੇਤ ਨੂੰ ਜਾਂਦਾ ਹੋਵੇ ਫਿਰ ਨਹੀਂ ਮਾੜਾ। ਹੁਣ ਅਸੀਂ ਇਹ ਕਿਉਂ ਨਹੀਂ ਉਦੋਂ ਸੋਚਦੇ ਵੀ ਇਹ ਸਵੇਰੇ ਸਵੇਰੇ ਪਿੰਡ ਵੜਦੇ ਕਿਉਂ ਮੱਥੇ ਲੱਗਦਾ? ਬੜੀ ਛੋਟੀ ਜਿਹੀ ਗੱਲ ਹੈ, ਕਿਸੇ ਪਿੰਡ ਦੀ ਪੰਚਾਇਤ ਨੇ, ਪੱਤੀ ਨੇ ਉਸ ਸਾਂਝੇ ਪਸ਼ੂ ਦਾ ਪੇਟ ਭਰਨ ਦਾ ਕੋਈ ਇੰਤਜ਼ਾਮ ਪ੍ਰਬੰਧ ਕੀਤਾ ਹੀ ਨਹੀਂ ਵੀ ਭਾਈ ਬਰਸੀਲ ਦੀ ਭਰੀ ਕੁਤਰ ਕੇ ਬਾਰੀ ਨਾਲ ਘਰ ਬੰਨਵੇਂ ਸੱਥ 'ਚ ਰੱਖਿਆ, ਉਹ ਉੱਥੇ ਖਾ ਕੇ ਬੈਠਾ ਰਹੇ, ਹੁਣ ਉਹਦਾ ਪੇਟ ਲੱਗਿਆ, ਢਿੱਡ ਲੱਗਿਆ, ਭਰਨਾ ਤਾਂ ਉਹਨੇ ਵੀ ਹੈ। ਦਿਨੇ ਤੁਸੀਂ ਖੇਤ ਹੁੰਦੇ ਹੋ, ਕਿਸਾਨ ਖੇਤ 'ਚ ਹੁੰਦਾ, ਮਜ਼ਦੂਰ ਉਹਦਾ ਖੇਤ 'ਚ ਹੁੰਦਾ, ਵੜਨ ਕੋਈ ਨਹੀਂ ਦਿੰਦੇ ਖੇਤ 'ਚ, ਫਿਰ ਉਹ ਕੀ ਕਰਦਾ? ਰਾਤ ਨੂੰ ਆ ਕੇ ਤੁਸੀਂ ਸੌਂ ਜਾਂਦੇ ਹੋ, ਉਹ ਭਾਈ ਖੇਤਾਂ ਨੂੰ ਚੱਲ ਪੈਂਦਾ, ਸਾਰੀ ਰਾਤ ਫਸਲ ਚਰਦਾ ਰਹਿੰਦਾ, ਬਹਿ ਜਾਂਦਾ, ਫਿਰ ਭੁੱਖ ਲੱਗਦੀ ਹੈ, ਫਿਰ ਚਰਦਾ। ਜਦੋਂ ਉਹਨੂੰ ਪਤਾ ਲੱਗਦਾ ਵੀ ਇਹ ਗੁਰਦੁਆਰਾ ਸਾਹਿਬ ਸਪੀਕਰ ਬੋਲ ਪਿਆ, ਪੰਛੀ ਜੇ ਬੋਲਣ ਲੱਗ ਗਏ, ਚਾਨਣ ਜਿਹਾ ਹੁੰਦਾ ਜਾਂਦਾ, ਉਹ ਖੇਤ ਵੱਲੋਂ ਪਿੰਡ ਨੂੰ ਤੁਰ ਪੈਂਦਾ ਵੀ ਹੁਣ ਡਾਂਗਾ ਬਹਿਣਗੀਆਂ।
ਇੰਨੀ ਜੀ ਗੱਲ ਆ। ਹੁਣ ਮਾੜੀ ਗੱਲ ਇਹਨੂੰ ਆਪਾਂ ਇਉਂ ਤਾਂ ਕਹਿ ਸਕਦੇ ਹਾਂ ਵੀ ਕਿਤੇ ਅੱਜ ਆਪਣੀ ਫਸਲ ਆਪਣੀ ਕਣਕ ਨਾ ਚੜ ਗਿਆ ਹੋਵੇ, ਗੱਲ ਮਾੜੀ ਹੋ ਗਈ। ਮਾੜੀ ਗੱਲ ਇਹ ਨਹੀਂ ਵੀ ਜਿਹੜੇ ਕੰਮ ਨੂੰ ਆਪਾਂ ਹੁਣ ਸ਼ਾਹਕੋਟ ਨੂੰ ਚੱਲਿਆ ਉਹ ਨਹੀਂ ਹੋਣਾ ਕਿਉਂਕਿ ਝੋਟਾ ਮੱਥੇ ਲੱਗੇ। ਫਿਰ ਜੀ ਕਹਿਣਗੇ ਬਿੱਲੀ ਰਾਹ ਕੱਟ ਗਈ, ਕੰਮ ਜਮੇ ਨਹੀਂ ਬਣਦਾ। ਹੁਣ ਇਹ ਨਹੀਂ ਸੋ ਬਿੱਲੀ ਰਾਹ ਕੱਟਣਾ ਕੀ ਹੈ ਵੀ ਜੇ ਜਾਂਦੇ ਹੋਈਏ ਸੜਕ ਤੇ ਜਾਂ ਰਸਤੇ 'ਚ ਇੱਧਰੋਂ ਇੱਧਰ ਲੰਘ ਜੇ ਜਾਂ ਇੱਧਰੋਂ ਇੱਧਰ ਲੰਘ ਜੇ। ਹੁਣ ਇਸ ਗੱਲ 'ਤੇ ਆਪਾਂ ਦਿਮਾਗ ਨਹੀਂ ਲਾਉਂਦੇ ਵੀ ਐਂ ਕਦੋਂ ਕਰਦੀ ਹੈ। ਹੁਣ ਬਿੱਲੀ ਇੱਕ ਇਹੋ ਜਿਹਾ ਜਾਨਵਰ ਹੈ ਜਿਹਨੂੰ ਜੇ ਕਿਸੇ ਬੰਦੇ ਨੂੰ ਦੇਖਦੀ ਉਹ ਵੀ ਚੱਕ ਕੇ ਗਲਾ ਮਾਰਦਾ, ਜੇ ਕੋਈ ਕੁੱਤੇ ਨੂੰ ਦੇਖਦੀ ਉਹ ਵੀ ਮਗਰ ਪੈ ਜਾਂਦਾ। ਤੇ ਹੁਣ ਜਿਵੇਂ ਆਪਾਂ ਰਾਹ ਤੁਰੇ ਜਾਂਦੇ ਹਾਂ, ਸੜਕ ਤੁਰੇ ਜਾਂਦੇ, ਹੁਣ ਉਹ ਸੜਕ ਤਾਂ ਜਾਂਦੀ ਨਹੀਂ ਵਿਚਾਰੇ। ਕੁੱਤਾ ਵੀ ਹੈ ਕੋਈ ਹੋਰ ਜਾਨਵਰ, ਉਹ ਸਾਫ਼ ਰਾਹ ਤੁਰਦਾ, ਸੜਕੇ ਸੜਕ ਸੜਕ ਦੇ ਪਾਸੇ ਤੁਰਿਆ ਜਾਊ। ਹੁਣ ਬਿੱਲੀ ਇਹੋ ਜਿਹਾ ਜਾਨਵਰ ਡਰਦੀ ਹੈ ਸਾਰਿਆਂ ਤੋਂ, ਉਹ ਕੀ ਕਰਦੀ ਹੈ ਪਾਸੇ ਦੀ ਖਤਾਨਾ ਵੀ ਇਹਦੀ ਤੁਰੀ ਜਾਂਦੀ ਹੈ, ਤੁਰੀ ਜਾਂਦੀ ਹੈ। ਜਦੋਂ ਉਹ ਦੇਖਦੀ ਆਲਾ ਦੁਆਲਾ ਵੀ ਹੁਣ ਮੈਂ ਦੂਜੇ ਪਾਸੇ ਜਾਣਾ, ਆਸੇ ਪਾਸੇ ਦੇਖ ਕੇ ਭੱਜ ਕੇ ਸੜਕ ਤੋਂ ਹੀ ਲੰਘ ਜਾਂਦੀ। ਹੁਣ ਇਹਨੂੰ ਫਿਰ ਵੀ ਇਹਦਾ ਹੀ ਰਾਹ ਕੱਟ ਗਈ। ਇੱਦੂ ਵੀ ਗਾਹਾਂ ਕੀ ਹੁੰਦਾ, ਕਈ ਵਾਰੀ ਗਲੀ ਮੁਹੱਲਿਆਂ 'ਚ ਕਹਿਣਗੇ ਬਿੱਲੀ ਰਾਹ ਕੱਟ ਗਈ। ਹੁਣ ਆਪਾਂ ਇਕੱਠੇ ਬੈਠ ਕੇ ਇਹ ਗੱਲਾਂ ਦਾ ਘਰ ਦੇ ਵਿੱਚ ਵਿਚਾਰ ਲੈਂਦੇ ਹਾਂ ਵੀ ਆਪਣੇ ਨੀਰੇ ਵਾਲੇ ਤੂੜੀ ਵਾਲੀ ਸੁਭਾਅ 'ਚ ਚੂਹੇ ਬਹੁਤ ਆ, ਜੇ ਕਿਤੇ ਬਿੱਲੀ ਖਾ ਜੇ ਨਾ ਬੜੀ ਵਧੀਆ ਮੌਜ ਲੱਗ ਜੇ, ਆਪੇ ਹੀ ਕੰਮ ਨਿਬੜ ਜੇ। ਹੁਣ ਕਦੇ ਕਿਸੇ ਨੇ ਬਿੱਲੀ ਨੂੰ ਘੰਡੋਲੀ ਤੇ ਕੌਲੀ 'ਚ ਦੁੱਧ ਪਾ ਕੇ ਧਰਿਆ ਨਹੀਂ ਭਾਈ, ਪੀ ਲਏ ਉਹ ਭੁੱਖੀ ਵੀ ਹੁੰਦੀ ਹੈ ਨਾ। ਉਹ ਕੀ ਕਰਦੀ ਹੈ, ਇੱਕ ਘਰ ਦੀ ਤਲਾਸ਼ੀ ਲੈਂਦੀ ਹੈ, ਰਸੋਈ ਦਾ ਸਾਰਾ ਸਮਾਨ ਸਾਡੀਆਂ ਮਾਈਆਂ ਭੈਣਾਂ ਸਾਂਭ ਦਿੰਦੀਆਂ ਜਾਲੀ 'ਚ, ਕੁੰਡੀ ਜਿੰਦੀ ਲਾ ਲੈਂਦੀਆਂ ਵੀ ਕਿਤੇ ਬਿੱਲੀ ਪਹੁੰਚੇ ਨਾ ਵੀ ਬਾਰ ਨਾ ਖੋਲ੍ਹ ਕੇ ਖਾ ਜੇ ਕੁਛ। ਉਹ ਇੱਕ ਘਰ ਦੀ ਤਲਾਸ਼ੀ ਲੈਂਦੀ ਆ, ਉਹਨੂੰ ਕੁਛ ਨਹੀਂ ਮਿਲਦਾ ਵਿਚਾਰੀ ਨੂੰ ਖਾਣ ਨੂੰ, ਨਾ ਰੋਟੀ ਦੀ ਬੁਰਕੀ, ਨਾ ਦਹੀਂ, ਨਾ ਕੋਈ ਹੋਰ ਚੀਜ਼। ਉਹ ਇੱਕ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਉਹ ਪਾਣੀ ਵਾਲਾ ਜਿਹੜਾ ਨਾਰਦਾਣਾ ਮੋਗਾ ਜਾਂਦਾ, ਉੱਥੇ ਬੈਠੀ ਦੇਖਦੀ ਰਹਿੰਦੀ ਆਲੇ ਦੁਆਲੇ ਕੋਈ ਲੰਘਦਾ ਤਾਂ ਨਹੀਂ। ਜਦੋਂ ਉਹਨੂੰ ਵੇਲ ਜੀ ਲੱਗਦੀ ਹੈ ਭੱਜ ਕੇ ਸਾਹਮਣੇ ਘਰੇ ਵੜ ਜਾਂਦੀ, ਉਹ ਸਾਹਮਣੇ ਘਰ ਵਾਲਿਆਂ ਦੀ ਤਲਾਸ਼ੀ ਲੈਂਦੀ ਹੈ, ਫੇਰ ਨਹੀਂ ਵਿਚਾਰੀ ਨੂੰ ਭੁੱਖੀ ਨੂੰ ਕੁਛ ਮਿਲਦਾ, ਉਹ ਮੋੜ ਕੇ ਫਿਰ ਤੀਜੇ ਘਰੇ। ਜਾਣੀ ਉਸ ਇੱਕ ਜਾਨਵਰ ਦੀ ਇੱਕ ਸਧਾਰਨ ਦੀ ਗੱਲ ਆ ਵੀ ਇੱਧਰੋਂ ਇੱਧਰ ਇੱਧਰੋਂ ਇੱਧਰ ਚਲੀ। ਇਸ ਦਾ ਚੰਗਾ ਜਾਂ ਮਾੜਾ ਕੋਈ ਵੀ ਪੱਖ ਨਹੀਂ। ਇਦੂ ਗਾਹ ਲੈ ਲਓ ਪਿੰਡਾਂ 'ਚ ਇੱਕ ਹੋਰ ਗੱਲ ਦਾ ਚੱਲਦਾ ਵੀ ਜੇ ਨੰਬਰਦਾਰ ਮੱਥੇ ਲੱਗ ਜਾਵੇ ਫਿਰ ਤਾਂ ਬਾਹਲਾ ਹੀ ਮਾੜਾ, ਕੰਮ ਜਮੇ ਨਹੀਂ ਬਣਦਾ। ਹੁਣ ਆਪਾਂ ਸੋਚੋ ਮਾੜਾ ਜਿਹਾ ਵੀ ਬੰਦਿਆਂ ਵਰਗਾ ਬੰਦਾ ਲਾਲ ਉਹਦਾ ਲਹੂਆ ਅੰਨ ਪਾਣੀ ਸਾਡੇ ਵਾਂਗੂ ਖਾਂਦਾ, ਸਗੋਂ ਹੋਰ ਵੀ ਚੰਗੀ ਗੱਲ ਕੀ ਹੈ ਵੀ ਸਾਰੇ ਪਿੰਡ ਦੇ ਸਾਂਝੇ ਕੰਮਾਂ ਧੰਦਿਆਂ 'ਚ ਕੰਮ ਆਉਂਦਾ, ਕਿਸੇ ਦੀ ਗਵਾਹੀ ਦੇਣੀ ਹੈ, ਕਿਸੇ ਦਾ ਹਰਫਿਆਂ ਦਾ ਤਸਦੀਕ ਕਰਾਉਣਾ, ਵੀ ਕਿੰਨੇ ਦਾ ਉਹ ਕੰਮ ਆਉਂਦਾ, ਵੀ ਫਿਰ ਇਹ ਮਾੜੇ ਵਾਲੀ ਗੱਲ ਕਿਵੇਂ ਬਣ ਗਈ। ਇਹ ਨਹੀਂ ਸੋਚਣਾ, ਬਸ ਇੱਕੋ ਹੀ ਗੱਲ, ਉਹਦਾ ਵੱਡੇ ਵਡੇਰਿਆਂ ਨੇ ਕਿਹਾ ਵੀ ਇਹ ਮੱਥੇ ਲੱਗਿਆ ਤਾਂ ਕੰਮ ਹੁੰਦਾ ਹੀ, ਮੱਥੇ ਲੱਗਣ ਵਾਲੀ ਗੱਲ ਕੁਛ ਵੀ ਨਹੀਂ। ਗੱਲ ਕੀ ਹੈ, ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ, ਰਾਜਿਆਂ ਦਾ ਰਿਹਾ, ਜਗੀਰਦਾਰਾਂ ਦਾ ਰਿਹਾ, ਹੁਣ ਵੀ ਜਿਹੋ ਜਿਹਾ ਰਾਜ ਪ੍ਰਬੰਧ ਆ ਜਿਹੜਾ ਨੰਬਰਦਾਰ ਆ, ਇਹ ਸਰਕਾਰ ਤੇ ਲੋਕਾਂ ਦੇ ਵਿਚਾਲੇ ਇੱਕ ਕੜੀ ਆ। ਜਾਣੀ ਸਰਕਾਰ ਦੇ ਸੁਨੇਹੇ ਲੋਕਾਂ ਕੋਲੇ ਪਹੁੰਚਾਉਣੇ, ਤਹਿਸੀਲਦਾਰ ਦਾ ਆ ਗਿਆ, ਕੋਈ SDM ਦਾ ਆ ਗਿਆ, ਤੇ ਲੋਕਾਂ ਤੋਂ ਮਾਮਲਾ ਤਕਾਵੀ ਦੀ ਗ੍ਰਾਹੀ ਕਰਕੇ ਸਰਕਾਰ ਨੂੰ ਜਮ੍ਹਾਂ ਕਰਾਉਣੀ। ਤੇ ਇੰਨੀ ਚੰਗੀ ਹਾਲਤ, ਪੈਸੇ ਟਕੇ ਇੰਨੀ, ਉਹ ਅਮੀਰ ਅਸੀਂ ਪਹਿਲਾਂ ਵੀ ਨਹੀਂ ਸੀ ਨਾ ਹੋਣਾ, ਵੀ ਨੰਬਰਦਾਰ ਦਾ ਸੁਨੇਹਾ ਜੇ ਵੀ ਭਾਈ ਤੁਹਾਡੀ ਫਲਾਣੀ ਕਿਸ਼ਤ, ਫਲਾਣਾ ਮਾਮਲਾ, ਫਲਾਣੀ ਤਕਾਵੀ ਜਮ੍ਹਾਂ ਕਰਾਉਣ ਵਾਲੀ ਰਹਿੰਦੀ ਹੈ, ਜਮ੍ਹਾਂ ਕਰਾ ਕੇ ਜਾਓ। ਅਸੀਂ ਕੀ ਕਰਦੇ ਹਾਂ, ਪੈਸੇ ਤਾਂ ਜੇਬ 'ਚ ਹੁੰਦੇ ਨਹੀਂ, ਜਮ੍ਹਾਂ ਕਰਾ ਦਈਏ, ਅਸੀਂ ਉਤਲੀ ਫਿਰਨੀ ਪੈ ਕੇ ਅੱਡੇ ਤੋਂ ਬੱਸ ਜਾ ਚੜਦੇ ਵੀ ਜੇ ਸਿੱਧੇ ਰਹਿ ਗਏ ਨੰਬਰਦਾਰ ਦਾ ਪੈਂਦਾ ਘਰ, ਮਾਮਲਾ ਭਰਿਆ ਨਹੀਂ, ਉਹਨੇ ਟੋਕ ਦੇਣਾ ਮੂੰਹ ਕਸਾਲਾ ਜਿਹਾ ਹੋਈ। ਹੁਣ ਗੱਲ ਤਾਂ ਇੰਨੀ ਕਾ, ਜਿਹੜੀ ਗੱਲ 'ਚੋਂ ਜਾਣੀ ਉਹ ਇੱਕ ਅੱਲ ਪੈ ਗਈ, ਜੇ ਅਸੀਂ ਸੋਚਣ ਲੱਗ ਜਾਈਏ ਫਿਰ ਇਹ ਸਾਰੀਆਂ ਗੱਲਾਂ ਸਾਨੂੰ ਸਮਝ ਆ ਜਾਣਗੀਆਂ। ਕੋਈ ਵੀ ਇਹੋ ਜਿਹੀ ਗੱਲ ਨਹੀਂ ਜਿਹੜੀ ਚੰਗੀ ਹੋਵੇ ਜਾਂ ਮਾੜੀ ਹੋਵੇ। ਇੱਕ ਮੇਰੀਆਂ ਮਾਵਾਂ ਭੈਣਾਂ ਬੱਚੀਆਂ ਵੱਡੀ ਗਿਣਤੀ 'ਚ ਬੈਠੀਆਂ, ਆਮ ਹੀ ਕੀ ਚੱਲਦਾ, ਮਾੜਾ ਜਿਹਾ ਜਵਾਕ ਰੋਣ ਨਹੀਂ ਲੱਗਿਆ, ਉਹਦੀ ਕਹਿਣੇ ਨੂੰ ਨਜ਼ਰ ਲੱਗ ਗਈ। ਹੁਣ ਨਜ਼ਰ ਲੱਗਣ ਦੀ ਕੀ ਗੱਲ ਹੈ ਜਦੋਂ ਸਾਨੂੰ ਐਂ ਨਹੀਂ ਪਤਾ ਵੀ ਸਾਨੂੰ ਦੀਂਦਾ ਕਿਉਂ। ਜੇ ਸਾਨੂੰ ਇਹ ਪਤਾ ਲੱਗ ਜਾਵੇ ਵੀ ਨਜ਼ਰ ਕੀ ਹੁੰਦੀ ਹੈ, ਮੇਰਾ ਖਿਆਲ ਹੈ ਗੱਲ ਸਾਫ਼ ਹੋਜੂ। ਨਜ਼ਰ ਲੱਗਣ ਦੀ ਵੀ ਗੱਲ ਗਾਹਾਂ ਕੀ ਹੈ ਵੀ ਜੇ ਜਵਾਕ ਰੋਂਦਾ ਕੀ ਕਰਨਾ, ਵੀ ਜਾਂ ਤਾਂ ਜਵਾਕ ਤੋਂ ਵੀ ਚਾਰ ਮਿਰਚਾਂ ਉੱਤੋਂ ਵੀ ਘੁਮਾ ਕੇ ਚੁੱਲ੍ਹੇ 'ਚ ਸਿੜ ਦਿਓ ਵੀ ਨਜ਼ਰ ਲਈ, ਜਾਂ ਫਿਰ ਜਿਹਦੀ ਨਜ਼ਰ ਲੱਗੀ ਦਾ ਵਹਿਮ ਪੈ ਗਿਆ ਵੀ ਜਦੋਂ ਉਹ ਘਰੋਂ ਬਾਹਰ ਗਿਆ ਉਹਦੇ ਪੈਰ ਦੀ ਚੱਕ ਲਈ ਮਿੱਟੀ ਲੈ ਕੇ ਚੁੱਲ੍ਹੇ 'ਚ ਸਿੜ, ਇਹਦੇ ਨਾਲ ਨਜ਼ਰ ਲਾ ਦਿੰਦੇ ਜਵਾਕ, ਚਾਹੇ ਫਿਰ ਵੀ ਰੋਣੋ ਨਾ ਹਟੇ। ਅਬਰੀ ਦਾ ਇੰਨੀ ਦੇਰ 'ਚ ਜਵਾਕ ਰੋਂਦਾ ਰੋਂਦਾ ਥੱਕ ਜਾਂਦਾ, ਅੱਕ ਜਾਂਦਾ, ਉਹ ਹਟ ਹੀ ਜਾਂਦਾ।
ਗੱਲ ਕੀ ਹੈ, ਸਾਨੂੰ ਸਾਰਾ ਕੁਛ ਅੱਖਾਂ ਚੋਂ ਸਾਡੀਆਂ ਚੋਂ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਨਿਕਲਦੀ ਜਿਹੜੀ ਕਿਸੇ ਜਵਾਕ ਤੇ ਜਾਂ ਜਿਹੜੀ ਕਿਸੇ ਡੰਗਰ ਪਸ਼ੂ ਤੇ ਕਿਸੇ ਵੀ ਚੀਜ਼ ਤੇ ਕੋਈ ਮਾੜਾ ਅਸਰ ਪਾ ਦੀ। ਸਾਨੂੰ ਆਹ ਸਾਰਾ ਕੁਛ ਜਿਹੜਾ ਦਿਸਦਾ ਤੁਹਾਨੂੰ ਸਟੇਜ ਦਾ ਆਲੇ ਦੁਆਲੇ ਆਪਾਂ ਨੂੰ ਸਾਰਾ ਸਮਾਨ ਸਮੱਗਰੀ ਵਾਤਾਵਰਨ ਦਿੰਦਾ, ਇਹ ਇਸ ਕਰਕੇ ਦਿੰਦਾ ਕਿਉਂਕਿ ਹੁਣ ਚਾਨਣ ਹੈ, ਰੋਸ਼ਨੀ ਹੈ। ਜੇ ਵੀ ਥਾਂ ਤੇ ਰਾਤ ਹੋਵੇ ਆਪਾਂ ਨੂੰ ਕੁਛ ਵੀ ਨਾ ਦਿਸੇ। ਰਾਤ ਨੂੰ ਆਪਾਂ ਦੇਖਦੇ ਹਾਂ ਦੀਵਾ ਲਾਲਟਣ ਬਲਬ ਜਗਾ ਕੇ ਆਪਾਂ ਨੂੰ ਚੀਜ਼ਾਂ ਦਿੰਦੀਆਂ, ਜੇ ਕਿਤੇ ਅਚਨਚੇਤ ਲਾਈਟ ਚਲੀ ਜਾਵੇ ਆਪਾਂ ਨੂੰ ਘਰ ਚ ਕੋਪ ਹਨੇਰਾ ਹੋ ਜਾਂਦਾ, ਕੁਛ ਨੀ ਦਿੰਦਾ। ਫਿਰ ਗੱਲ ਬੜੀ ਸਾਫ਼ ਆ ਵੀ ਜਦੋਂ ਕਿਸੇ ਚੀਜ਼ ਤੇ ਚਾਨਣ ਪੈਂਦਾ ਉਸ ਚੀਜ਼ ਦੀ ਫੋਟੋ ਸਾਡੀ ਅੱਖ ਚ ਬਣ ਜਾਂਦੀ ਹੈ। ਜਾਣੀ ਅੱਖ ਚੋਂ ਨਿਕਲ ਕੇ ਚੀਜ਼ ਬੰਨੀ ਨਹੀਂ ਕੁਛ ਜਾਂਦਾ, ਚੀਜ਼ ਦੀ ਫੋਟੋ ਅੱਖ ਚ ਬਣ ਜਾਂਦੀ ਹੈ। ਅੱਖ ਗਾਹਾਂ ਦਿਮਾਗ ਨੂੰ ਦੱਸ ਦਿੰਦੀ ਹੈ ਵੀ ਭਾਈ ਆਹ ਕੁਛ ਆ ਸਾਹਮਣੇ। ਸੋ ਗੱਲ ਕਹਿਣ ਦਾ ਮਤਲਬ ਕੀ ਹੈ ਵੀ ਇਹ ਸਾਰੀਆਂ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਐਵੇਂ ਸਾਡੇ ਪੀੜ੍ਹੀ ਦਰ ਪੀੜ੍ਹੀ ਗਾਹਾਂ ਤੁਰੀਆਂ ਜਾਂਦੀਆਂ, ਇਹਨਾਂ ਦੀ ਸਾਡੀ ਜ਼ਿੰਦਗੀ ਦੇ ਨਾਲ ਚੰਗੇ ਜਾਂ ਮਾੜੇ ਹੋਣ ਦਾ ਸੰਬੰਧ ਕੋਈ। ਫਿਰ ਤੁਹਾਡੇ ਮਨ ਚ ਇੱਕ ਗੱਲ ਆ ਸਕਦੀ ਹੈ ਕਿ ਵੀ ਅਸੀਂ ਤਾਂ ਪਰਤਿਆ ਕੇ ਦੇਖਿਆ, ਲੈ ਫਲਾਣੇ ਨੇ ਫਲਾਣਾ ਬੰਦਾ ਸ਼ਹਿਰ ਕੰਮ ਨੂੰ ਗਿਆ ਮਗਰੋਂ ਆਵਾਜ਼ ਮਾਰਤੀ ਉਦੇ ਨੀ ਕੰਮ ਹੋਇਆ, ਫਲਾਣੇ ਨੇ ਕੁੱਤੇ ਨੇ ਕੰਨ ਮਾਰੇ ਸੀ ਉਦੇ ਨੀ ਕੰਮ ਬਣਿਆ, ਇਹ ਕਦੋਂ ਹੁੰਦਾ? ਮੰਨ ਲਓ ਤੁਹਾਡੇ ਚੋਂ ਪਿੰਡ ਚੋਂ ਕੋਈ ਵੀ ਪਰਿਵਾਰ ਚੋਂ ਕੋਈ ਵੀ ਬੰਦਾ ਸ਼ਾਹਕੋਟ ਕਿਸੇ ਕੰਮ ਜਾਂਦਾ ਤਹਿਸੀਲਦਾਰ ਕੋਲੇ, ਹੁਣ ਜੇ ਤਾਂ ਤਹਿਸੀਲਦਾਰ ਗਿਆ ਮਿਲ ਕੰਮ ਗਿਆ ਹੋ, ਫਿਰ ਤਾਂ ਉੱਥੋਂ ਦਰਜਨ ਕੇਲਿਆਂ ਦੀ ਵੀ ਫੜੀ ਉਹ ਵੀ ਲੈ ਜਵਾਕ ਮੂੰਹ ਮਿੱਠਾ ਕਰ ਲੈਣਗੇ ਆਪਣਾ ਹੋ ਗਿਆ ਅੱਜ ਕੰਮ। ਜੇ ਕੰਮ ਨਹੀਂ ਹੋਇਆ ਫਿਰ ਕੀ ਹੈ, ਫਿਰ ਗੱਲਬਾਤ ਉਹਦੇ ਦਿਮਾਗ 'ਚ ਦੋ ਤਰ੍ਹਾਂ ਆ ਸਕਦੀ ਹੈ, ਜੇ ਤਾਂ ਉਹ ਸਿਆਣਾ ਹੋਊ ਵਿਗਿਆਨਕ ਸੋਚਣੀ ਵਾਲਾ ਹੋਊ ਤੇ ਫਿਰ ਉਹ ਸੋਚੂ, ਉਹ ਰੀਡਰ ਨੂੰ ਪੁੱਛੂ, ਚਪੜਾਸੀ ਨੂੰ ਪੁੱਛੂ, ਸਟੈਨੋ ਨੂੰ ਪੁੱਛੂ ਵੀ ਭਾਈ ਅੱਜ ਤਹਿਸੀਲਦਾਰ ਦਫ਼ਤਰ ਨਹੀਂ ਮੈਨੂੰ ਮਿਲਿਆ, ਕਿਸੇ ਹਲਕੇ ਦਾ ਦੌਰਾ ਤਾਂ ਨਹੀਂ, ਕੱਲ੍ਹ ਨੂੰ ਆਉਣਗੇ ਪਰਸੋਂ ਨੂੰ ਆਉਣਗੇ ਛੁੱਟੀ ਦੇ ਤਾਂ ਨਹੀਂ? ਫਿਰ ਤਾਂ ਉਹ ਇਸ ਢੰਗ ਨਾਲ ਪੁੱਛ ਕੇ ਆਊ, ਜਿਵੇਂ ਦੱਸਦਾ ਵੀ ਦੋ ਦਿਨ ਛੁੱਟੀ ਦੇ ਆ ਤਾਂ ਬੰਦਾ ਚੌਥੇ ਨੂੰ ਜਾ ਕੇ ਆਪਦਾ ਕੰਮ ਕਰਾ ਲਿਓ। ਹੁਣ ਜੇ ਬੰਦਾ ਵਹਿਮੀ ਹੈ, ਜੇ ਉਹਨੇ ਸੋਚ ਲਿਆ ਲੈ ਅੱਜ ਤਾਂ ਆਪਣੀ ਰਾਣੀ ਨੇ ਮਗਰੋਂ ਆਵਾਜ਼ ਮਾਰਤੀ ਸੀ, ਅੱਜ ਤਹਿਸੀਲਦਾਰ ਕੀ ਮਿਲਣਾ, ਕਹਿੰਦੀ ਸੀ ਭਾਪਾ ਸ਼ਹਿਰ ਜਾਂਦਾ ਮੈਨੂੰ ਤਾਂ ਚੁੰਨੀ ਲਿਆਵੀ ਉੱਥੋਂ, ਅੱਜ ਤਹਿਸੀਲਦਾਰ ਨੇ ਕੀ ਮਿਲਣਾ, ਅੱਜ ਤਾਂ ਕੁੱਤੇ ਨੇ ਕੰਨ ਮਾਰੇ ਜਦੋਂ ਮੈਂ ਗਲੀ ਚੋਂ ਲੰਘਿਆ। ਤੇ ਫਿਰ ਦੂਜੇ ਦਿਨ ਕੀ ਹੋਊਗਾ, ਉਹੀ ਬੰਦਾ ਦੂਜੇ ਦਿਨ ਫਿਰ ਤਹਿਸੀਲਦਾਰ ਨੂੰ ਮਿਲਣ ਚਲਿਆ ਜਾਊ, ਕਿਉਂਕਿ ਪੁੱਛ ਕੇ ਤਾਂ ਆਇਆ ਨੀ ਚਪੜਾਸੀ ਨੂੰ ਨਾ ਚੌਂਕੀਦਾਰ ਨੂੰ ਵੀ ਕੱਲ੍ਹ ਨੂੰ ਮਿਲੂ ਕਿ ਨਹੀਂ। ਦੂਜੇ ਦਿਨ ਇੰਤਜ਼ਾਮ ਉਹ ਕੀ ਕਰੂ, ਸਾਰਾ ਦਾ ਜਵਾਕ ਟੱਬਰ ਘੂਰ ਦੂ ਵੀ ਕਿਸੇ ਨੇ ਛਿੱਕ ਛੁੱਕ ਮਾਰੀ ਹੈ ਤਾਂ ਮੇਰੇ ਤੋਂ ਬੁਰਾ ਕੋਈ ਨੀ, ਗਲੀ ਦੇ ਕੁੱਤੇ ਵੀ ਡੱਕਰ ਦੂ ਵੀ ਅੱਜ ਕੰਨ ਨਹੀਂ ਮਾਰਨ ਲੈਣੇ ਕਿਸੇ ਨੂੰ, ਤੇ ਸ਼ਾਹਕੋਟ ਜਾ ਕੇ ਫੇਰ ਖਾਲੀ ਮੁੜਿਓ, ਕਿਉਂ ਉਹਨੇ ਉੱਥੇ ਪੁੱਛ ਕੇ ਤਾਂ ਆਇਆ ਵੀ ਹੋਊਗਾ ਕਿ ਨਹੀਂ, ਮੈਂ ਕੱਲ੍ਹ ਨੂੰ ਆਵਾਂ ਕਿ ਨਾ। ਕਹਿਣ ਦਾ ਮਤਲਬ ਕੀ ਹੈ ਵੀ ਜਦੋਂ ਸਾਡਾ ਕੰਮ ਹੁੰਦਾ ਨਹੀਂ ਨਾ ਉਦੋਂ ਅਸੀਂ ਅਸਲੀ ਗੱਲ ਲੱਭਣ ਦੀ ਬਜਾਏ ਅਸੀਂ ਐਂ ਸੋਚਣ ਲੱਗ ਜਾਣਾ ਉਹ ਕੋਈ ਮੱਥੇ ਕੜਮਾ ਮੱਥੇ ਲੱਗਿਆ, ਕੰਮ ਤਾਂ ਨਹੀਂ ਹੁੰਦਾ ਅੱਜ ਦਾ, ਫਲਾਣੇ ਨੇ ਐਂ ਕਰਤਾ ਤਾਂ ਨਹੀਂ ਕੰਮ ਹੋਇਆ, ਬਸ ਐਸੇ ਗੱਲ ਦਾ ਰੌਲਾ। ਇਸੇ ਗੱਲ ਤੋਂ ਅਸੀਂ ਤੁਹਾਨੂੰ ਸਿਆਣਾ ਕਰਨਾ ਚਾਹੁੰਦੇ ਹਾਂ ਵੀ ਕੋਈ ਵੀ ਗੱਲ ਇੱਥੇ ਬਿਨਾਂ ਕਾਰਨ ਤੋਂ ਹੁੰਦੀ ਨਹੀਂ, ਨਾ ਹੀ ਇੱਕ ਗੱਲ ਦਾ ਦੂਜੀ ਨਾਲ ਕੋਈ ਸੰਬੰਧ ਹੁੰਦਾ। ਵੀ ਜੇ ਆਹ ਹੋ ਗਈ ਜਿਵੇਂ ਸਾਡੇ ਲੋਕ ਆਮ ਹੀ ਪੁਰਾਣੇ ਗੱਲ ਬਈ ਬੋਦੀ ਵਾਲਾ ਤਾਰਾ ਚੜਿਆ, ਹੁਣ ਕੋਈ ਮਾੜੀ ਗੱਲ ਹੋਊ, ਮਾੜੀ ਗੱਲ ਕੀ ਹੋਣੀ ਹੈ ਵੀ ਮਾੜੀਆਂ ਤਾਂ ਰੋਜ਼ ਵਾਪਰਦੀਆਂ, ਆਹ ਹਫ਼ਤਾ ਪਹਿਲਾਂ ਇੱਥੇ ਮੀਂਹ ਨੇਰੀ ਚ ਖੜਾਇਆ ਕਿਸਾਨਾਂ ਦੀ ਧੀਆਂ ਪੁੱਤਾਂ ਵਾਂਗੂ ਪਾਲੀ ਦੀ ਕਣਕ ਵਿਛਾਤੀ ਸਿੜਤੀ, ਇਹ ਮਾੜੀ ਤਾਂ ਹੋ ਗਈ, ਬੋਦੀ ਵਾਲਾ ਤਾਰਾ ਤਾਂ ਹੈ ਨਹੀਂ ਸੀ ਕੋਈ। ਇਦੋਂ ਪਹਿਲਾਂ ਝੋਨੇ ਵੇਲੇ ਚ ਖੜਾਇਆ, ਖੜੇ ਝੋਨੇ ਵਿਛ ਗਏ, ਆਲੂਆਂ ਦੇ ਕੋਰਾ ਪੈ ਗਿਆ, ਆਲੂ ਮਰ ਗਏ, ਉਦੋਂ ਤਾਂ ਬੋਦੀ ਵਾਲਾ ਤਾਰਾ ਹੈ ਨਹੀਂ ਸੀ। ਕਹਿਣ ਦਾ ਮਤਲਬ ਕਿਸੇ ਇੱਕ ਗੱਲ ਦਾ ਦੂਜੀ ਨਾਲ ਜਮੀ ਤਲਕ ਨਹੀਂ ਹੁੰਦਾ, ਪਰ ਸਾਡੇ ਲੋਕਾਂ ਦਾ ਸੁਭਾਅ ਬਣ ਗਿਆ, ਆਦਤ ਬਣ ਗਈ ਵੀ ਇਹ ਨਹੀਂ ਸੋਚਣਾ ਵੀ ਇਹ ਗੱਲ ਹੋਈ ਕਿਉਂ ਆ, ਕਾਹਤੋਂ ਹੋਈ ਆ, ਇਹਦਾ ਕਾਰਨ ਕਿੰਨਾ, ਉਹ ਫਲਾਣੀ ਗੱਲ ਕਰਕੇ ਹੋ ਗਈ। ਹੋ ਇੱਕ ਛੋਟੀ ਜਿਹੀ ਗੱਲ ਜੇ ਬਹਿਮਾ ਵਾਲੀ ਮੇਰੇ ਯਾਦ ਆ ਗਈ, ਛੋਟਾ ਮੈਂ ਛੇਵੀਂ ਸੱਤਵੀਂ 'ਚ ਪੜ੍ਹਦਾ ਸੀ, ਆ ਪੰਡਿਤ ਜੀ ਹੱਥ ਦੇਖਣ ਵਾਲੇ ਆ ਗਏ, ਪੱਤਰੀ ਦੇਖਣ ਵਾਲੇ ਆਮ ਹੀ ਹੁਣ ਵੀ ਪਿੰਡਾਂ 'ਚ ਆ ਜਾਂਦੇ ਆ, ਉਹਨਾਂ ਦਾ ਟਾਈਮ ਵੀ ਕੀ ਹੈ ਵੀ ਜਦੋਂ ਪਿੰਡ ਦੇ ਬੰਦੇ ਕੰਮੀ ਧੰਦੀ ਖੇਤ ਬੰਨੇ ਨੌਕਰੀਆਂ ਵਾਲੇ ਨੌਕਰੀਆਂ 'ਤੇ ਗਏ, ਹੁਣ 11-12 ਵਜੇ ਤੋਂ 2-2:30 ਵਜੇ ਤੱਕ ਗੇੜਾ ਮਾਰਦੇ ਵੀ ਇਕੱਲੀਆਂ ਮਾਵਾਂ ਭੈਣਾਂ ਬੁੜੀਆਂ ਘਰਾਂ 'ਚ ਹੁੰਦੀਆਂ।
ਤੁਹਾਨੂੰ ਜੇ ਤੁਹਾਡੇ ਤੇ ਗ੍ਰਹਿ ਆ ਜੀ ਇਹਦਾ ਇਲਾਜ ਕਰ ਦਿਆਂਗੇ, ਤੁਹਾਡੇ ਤੇ ਆਹ ਗ੍ਰਹਿ ਆ ਇਹਦਾ ਇਲਾਜ ਕਰ ਦਿਆਂਗੇ, ਉਪਾਅ ਕਰਾ ਲਓ, ਇੰਨੀ ਕੁ ਸਮੱਗਰੀ ਦੇ ਦਿਓ, ਇਹ ਸਾਰੀਆਂ ਗੱਲਾਂ ਬਾਤਾਂ ਕਰਕੇ ਗੱਲਾਂ ਚ ਗੁਮਰਾਹ ਕਰ ਲੈਂਦੇ ਆ। ਤੇ ਅੱਜ ਤੋਂ 20-22 ਸਾਲ ਪਹਿਲਾਂ ਦੀ ਗੱਲ ਆ, ਸਾਡੇ ਵੀ ਬਾਹਰ ਘਰ ਦੇ ਮੂਹਰੇ ਆ ਗਿਆ ਕਿਹੋ ਜਿਹਾ ਪੰਡਿਤ ਪੱਤਰੀ ਜੀ ਲਈ ਵੀ, ਮਾਂ ਸਾਡੀ ਘਰ ਗਰੀਬ ਜਿਹਾ ਸੀ, ਉਹਦੀਆਂ ਗੱਲਾਂ ਜਿਹੀਆਂ ਸੌਖੀਆਂ ਕਿ ਨਹੀਂ, ਤਾਂ ਦੇਵਤਾ ਅੱਜ ਸਾਡੇ ਘਰ ਦੇ ਸਾਰੇ ਦਲਿੱਦਰ ਦੂਰ ਕਰ ਦੂ। ਉਹ ਮੇਰੀ ਮਾਂ ਨੂੰ ਕਹਿੰਦਾ ਵੀ ਐਂ ਕਰਕੇ ਅੰਦਰੋਂ ਪਾਣੀ ਦਾ ਗਲਾਸ ਲਿਆਓ ਭਰ ਕੇ, ਉਹ ਬੀਬੀ ਨੇ ਪਾਣੀ ਦਾ ਗਲਾਸ ਲਿਆ ਕੇ ਉਹਦੇ ਮੂਹਰੇ ਰੱਖਤਾ, ਉਹਨੇ ਥੱਲਿਓ ਥੋੜੀ ਜਿਹੀ ਮਿੱਟੀ ਚੱਕੀ, ਝੁਟਕੀ ਭਰੀ ਤੇ ਪਾਣੀ 'ਚ ਸੁੱਟਤੀ, ਕਹਿੰਦਾ ਪਾਣੀ ਪੀ ਲਓ। ਉਹ ਜਦੋਂ ਮਾਂ ਜੀ ਨੇ ਸਾਡੀ ਨੇ ਪਾਣੀ ਪੀਤਾ, ਉਹ ਬਹੁਤ ਮਿੱਠਾ ਸੀ, ਸ਼ਰਬਤ ਵਰਗਾ ਮਿੱਠਾ ਹੋ ਗਿਆ, ਤੇ ਮਾਤਾ ਨੂੰ ਸਾਡੀ ਨੂੰ ਲੱਗਿਆ ਵੀ ਆਹ ਤਾਂ ਸੱਚੂ ਹੀ ਦੇਵਤਾ ਆ ਗਿਆ, ਸਾਡੇ ਘਰ ਦਾ ਪਾਣੀ ਸੀ ਮਿੱਟੀ ਪਾ ਕੇ ਮਿੱਠਾ ਹੀ ਕਰਤਾ। ਮੈਂ ਵੀ ਉਦੋਂ ਹੈਰਾਨ ਸੀ, ਪਤਾ ਨਹੀਂ ਸੀ ਵੀ ਕੀ ਗੱਲ। ਉਹ ਹੁਣ ਜਦੋਂ ਥੋੜੇ ਜਿਹੇ ਸਿਆਣੇ ਹੋਇਆ ਪਤਾ ਲੱਗਿਆ, ਤਰਖੀ ਸੁਸਾਇਟੀ 'ਚ ਜਾਣ ਆਉਣ ਲੱਗਿਆ, ਕਿਤਾਬਾਂ ਪੜ੍ਹੀਆਂ, ਤੇ ਸਾਡੇ ਸਾਰੇ ਸੁਸਾਇਟੀ ਦੇ ਮੈਂਬਰ ਮਿੱਟੀ ਦੀ ਚੁਟਕੀ ਨਾਲ ਪਾਣੀ ਦੀ ਬਾਲਟੀ ਮਿੱਠੀ ਕਰ ਦਿੰਦੇ, ਗਲਾਸ ਦੀ ਤਾਂ ਗੱਲ ਹੀ ਬੜੀ ਛੋਟੀ। ਬੜੀ ਛੋਟੀ ਜਿਹੀ ਗੱਲ ਆ, ਕੀ ਹੈ ਵੀ ਸਕਰੀਨ ਆਉਂਦੀ ਹੈ ਕੁਲਫੀਆਂ 'ਚ, ਆਈਸਕ੍ਰੀਮ 'ਚ ਵਰਤੀ ਜਾਂਦੀ, ਉਹ ਇੰਨੀ ਮਿੱਠੀ ਹੁੰਦੀ ਆ, ਇੱਕ ਹੱਥ ਨੂੰ ਲਾਈ ਦੀ ਉਹ ਦੀਂਦੀ ਨਹੀਂ, ਤੇ ਉਹ ਸਾਹ ਦੇ ਹੱਥ ਨੂੰ ਲਾਈ ਵੀ ਸੀ, ਉਹਨੇ ਥੱਲੇ ਮਿੱਟੀ ਚੱਕੀ ਮਾੜੀ ਜਿਹੀ ਮਲਤੀ, ਉਹ ਸਕਰੀਨ ਮਿੱਟੀ ਨੂੰ ਲੱਗ ਗਈ, ਮਿੱਟੀ ਉਹਨੇ ਗਲਾਸ 'ਚ ਪਾਤੀ ਤੇ ਪਾਣੀ ਦਾ ਗਲਾਸ ਮਿੱਠਾ ਹੋ ਗਿਆ। ਕਹਿਣ ਦਾ ਮਤਲਬ ਕੀ ਹੈ ਵੀ ਸਾਡੇ 'ਚ ਜਿਹੜੀ ਲਾਈ ਲੱਗਤਾ ਨਾ, ਜਿਵੇਂ ਕਿਸੇ ਨੇ ਕਹਿਤਾ ਵੀ ਉਹ ਫਲਾਣਾ ਭਨਿਆਰਿਆਂ ਵਾਲਾ ਬਾਬਾ, ਚਲੋ ਉੱਥੋਂ ਤਾਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਚਲੋ ਸੁਲਾ ਵਾਲਾ ਪਾਣੀ, ਚਲੋ ਚੱਕ ਪੱਖੀਆਂ ਵਾਲਾ ਬਾਬਾ, ਚਲੋ ਚੰਦ ਪੁਰਾਣਿਆਂ ਵਾਲਾ ਬਾਬਾ, ਰੋਜ਼ ਇੱਕ ਥਾਂ ਬਾਬਾ ਉੱਠ ਕੱਢਦਾ। ਤੇ ਅਸੀਂ ਇਹ ਨਹੀਂ ਸੋਚਦੇ ਵੀ ਪਾਣੀ ਜਿਹੜਾ ਸੁਲਾ ਦਾ ਪਾਣੀ ਆ ਉਹ ਸਾਡੇ ਪਾਣੀ ਵਰਗਾ ਪਾਣੀ ਆ, ਉਹੀ ਹਾਈਡਰੋਜਨ ਤੇ ਆਕਸੀਜਨ ਉਹਦੇ 'ਚ ਤੱਤ, ਉਹਦੇ 'ਚ ਕੋਈ ਅੱਡ ਚੀਜ਼ ਤਾਂ ਹੈ ਨਹੀਂ, ਉਹ ਫਿਰ ਸਾਰੀਆਂ ਬਿਮਾਰੀਆਂ ਨੂੰ ਰਾਜੀ ਕਿਵੇਂ ਕਰ ਦੂ? ਐਂ ਨਹੀਂ ਸੋਚਣਾ, ਲੈਣ ਲਾ ਲੈਣੀ ਆ। ਗੱਲ ਕੀ, ਜਦੋਂ ਗਾਂ ਗਿਆ ਨੂੰ ਉੱਥੇ ਢੋਲੀਆਂ ਵਾਲਿਆਂ ਦੀ ਲੈਣ, ਢੋਲੀਆਂ ਵਾਲਿਆਂ ਦੀਆਂ ਦੁਕਾਨਾਂ, ਜਿਹਦੀ 20 ਰੁਪਈਆਂ ਦੀ ਢੋਲੀ 50 ਰੁਪਈਆਂ ਦੀ ਵੇਚੀ, ਮਨੋਕਾਮਨਾ ਮਤਲਬ ਦੀ ਹੋ ਗਈ ਪੂਰੀ। ਜਿਹੜੇ ਮਜ਼ਦੂਰ ਨੂੰ ਉੱਥੇ ਦਿਹਾੜੀ ਨਹੀਂ ਸੀ ਮਿਲਦੀ, ਉਹਨਾਂ ਨੂੰ ਕਹਿੰਦਾ ਵੀ ਮੈਂ ਨੇਰੇ ਨੇਰੇ ਉੱਠ ਕੇ ਲੈਣ 'ਚ ਲੱਗ ਕੇ ਢੋਲੀ ਪਾਣੀ ਦੀ ਭਰਾ ਦੂ, 50 ਰੁਪਏ ਮੈਨੂੰ ਦੇ ਦਿਓ, ਉਹਦਾ ਰੁਜ਼ਗਾਰ ਬਣ ਗਿਆ। ਜਾਣੀ ਕਹਿਣ ਦਾ ਮਤਲਬ ਇਹੋ ਜਿਹਾ ਜਦੋਂ ਚੱਕਰ ਚੱਲਦਾ ਤਾਂ ਸਾਡੇ ਲੋਕੀ ਇੱਕ ਤੋਂ ਇੱਕ ਅੱਗੇ ਮਗਰ ਲਾ ਕੇ ਇਹ ਸਾਰਾ ਸਿਲਸਿਲਾ ਇਸ ਤਰ੍ਹਾਂ ਸ਼ੁਰੂ ਕਰ ਲਿਆ। ਰਹੀ ਗੱਲ ਭੂਤਾਂ ਪ੍ਰੇਤਾਂ ਦੀ, ਦੋ ਤਰ੍ਹਾਂ ਦੇ ਕੇਸ ਸਾਡੇ ਘਰਾਂ 'ਚ, ਸਾਡੇ ਸਮਾਜ 'ਚ, ਸਾਡੇ ਪਿੰਡਾਂ 'ਚ ਵਾਪਰਦੇ ਆ। ਇੱਕ ਤਾਂ ਉਹ ਕੇਸ ਹੁੰਦੇ ਆ ਵੀ ਕੋਈ ਬੰਦਾ ਇਹ ਕਹਿੰਦਾ ਵੀ ਜੀ ਰਾਤ ਨੂੰ ਚੀਜ਼ ਆਉਂਦੀ ਆ, ਭੂਤ ਆਉਂਦੀ ਆ, ਕੋਈ ਰੂਹ ਆਉਂਦੀ ਆ, ਮੈਨੂੰ ਆ ਕੇ ਦੱਬ ਲੈਂਦੀ ਆ, ਮੈਂ ਤੋਂ ਬੋਲਿਆ ਨਹੀਂ ਜਾਂਦਾ, ਮੈਂ ਤੋਂ ਉੱਠਿਆ ਨਹੀਂ ਜਾਂਦਾ, ਮੇਰਾ ਗਲ ਫੜਦੀ ਆ, ਮੈਂ ਤੋਂ ਬੋਲਿਆ ਨਹੀਂ ਜਾਂਦਾ, ਹਾਕ ਨਹੀਂ ਵੱਜਦੀ, ਅਤੇ ਘਰਦਿਆਂ ਨੂੰ ਕੁਛ ਨਹੀਂ ਦਿੰਦਾ, ਉਹਨਾਂ ਨੂੰ ਲੱਗਦਾ ਵੀ ਤਾਂ ਇਹ ਨਹੀਂ ਕਰੀ ਜਾਂਦਾ। ਕੋਈ ਬੰਦਾ ਇਹ ਕਹਿੰਦਾ ਵੀ ਜਦੋਂ ਜੀ ਮੈਂ ਫਲਾਣੇ ਖੇਤ ਰਾਤ ਨੂੰ ਜਾਂਦਾ, ਮੈਨੂੰ ਰਾਹ 'ਚ ਚੀਜ਼ ਟੱਕਰਦੀ ਆ, ਅਤੇ ਉਦੋਂ ਮੈਨੂੰ ਡਰ ਲੱਗਦਾ, ਮੈਨੂੰ ਦੰਦਲ ਪੈ ਜਾਂਦੀ ਆ, ਮੈਨੂੰ ਦੌਰਾ ਪੈ ਜਾਂਦਾ, ਹੋਰ ਕਿਸੇ ਨੂੰ ਚੀਜ਼ ਦੀ ਦੀ ਰਹੀ। ਇੱਕ ਕੇਸ ਜਿਹੜੀ ਇਹੋ ਜਿਹਾ, ਜਿਹੜਾ ਬੰਦਾ ਦੁਖੀ ਆ ਉਹਨੂੰ ਤਾਂ ਤਕਲੀਫ ਆ ਪੂਰੀ, ਚੀਜ਼ਾਂ ਵੀ ਦੀਦੀ ਆ, ਪਰ ਗੁਆਂਢੀਆਂ ਨੂੰ ਜਾਂ ਘਰਦਿਆਂ ਨੂੰ ਨਹੀਂ ਪਤਾ ਲੱਗਦਾ ਵੀ ਤਾਂ ਇਵੇਂ ਜੇ ਕਰਦਾ। ਇੱਕ ਤਾਂ ਇਹੋ ਜਿਹੇ ਕੇਸ, ਇੱਕ ਕੇਸ ਇਹੋ ਜਿਹੇ ਆ ਵੀ ਕਿਸੇ ਘਰ ਦੇ ਵਿੱਚ ਇੱਟਾਂ ਰੋੜੇ ਡਿੱਗਦੇ ਆ, ਡਿੱਗੇ ਹੋਏ ਇੱਟਾਂ ਰੋੜੇ ਸਭ ਨੂੰ ਦਿੰਦੇ ਆ ਪਰ ਸਿੱਟਣ ਵਾਲੇ ਦਾ ਪਤਾ ਨਹੀਂ ਲੱਗਦਾ। ਕਿਸੇ ਦੇ ਘਰ ਦੇ ਵਿੱਚ ਪੇਟੀ ਆ, ਪੇਟੀ 'ਚ ਟਰੰਕ ਪਿਆ, ਟਰੰਕ ਨੂੰ ਜਿੰਦਾ ਲੱਗਿਆ, ਉਹਦੇ 'ਚ ਪਏ ਕੱਪੜੇ ਮੱਚ ਗਏ, ਮੱਚੇ ਹੋਏ ਕੱਪੜੇ ਤਾਂ ਸਾਰਿਆਂ ਨੇ ਦੇਖ ਲਏ ਪਰ ਅੱਗ ਲਾਉਂਦੇ ਦਾ ਕੱਪੜੇ ਮੱਚਦਿਆਂ ਦਾ ਪਤਾ ਨਹੀਂ ਲੱਗਿਆ। ਕਿਸੇ ਦੇ ਘਰ 'ਚ ਖੂਨ ਦੇ ਛਿੱਟੇ ਡਿੱਗਦੇ ਆ, ਡਿੱਗੇ ਹੋਏ ਛਿੱਟੇ ਸਭ ਨੂੰ ਦਿੰਦੇ ਆ ਪਰ ਸਿੱਟਣ ਵਾਲੇ ਦਾ ਪਤਾ ਨਹੀਂ ਲੱਗਦਾ। ਇਹ ਦੋ ਤਰ੍ਹਾਂ ਦੇ ਕੇਸ ਸਾਡੇ ਪਿੰਡਾਂ 'ਚ, ਸਾਡੇ ਸਮਾਜ 'ਚ ਵਾਪਰ ਜਾਂਦੇ, ਇਹਨਾਂ ਦੇ ਅੱਡ ਅੱਡ ਹੀ ਕਾਰਨ ਆ ਦੋਨਾਂ ਦੇ। ਜਿਹੜੇ ਪਹਿਲੇ ਕੇਸ ਆ, ਜਦੋਂ ਬੰਦਾ ਇਹ ਕਹਿੰਦਾ ਮੈਨੂੰ ਰੂਹ ਦਿੰਦੀ ਆ, ਮੈਨੂੰ ਤੰਗ ਕਰਦੀ ਆ, ਉਹ ਕਿਉਂ ਹੁੰਦਾ? ਸਾਡਾ ਸੱਭਿਆਚਾਰ ਕੀ ਹੈ? ਸਾਨੂੰ ਇਕੱਠਾਂ 'ਚ, ਸੱਥਾਂ 'ਚ, ਵੱਡੇ ਵਡੇਰਿਆਂ ਤੋਂ ਸਿੱਖਿਆ ਕੀ ਮਿਲਦੀ ਹੈ ਵੀ ਆਹ ਜਿਹੜਾ ਬੰਦਾ ਹੁੰਦਾ ਨਾ, ਇਹਦੇ 'ਚ ਇੱਕ ਰੂਹ ਆ, ਜਦੋਂ ਬੰਦੇ 'ਚੋਂ ਰੂਹ ਨਿਕਲਦੀ ਇਹਦੀ ਮੌਤ ਹੋ ਜਾਂਦੀ ਹੈ, ਅਤੇ ਜਿਹੜੀ ਇਹਦੀ ਰੂਹ ਆ ਇਹਦੀ ਕਰਾਉਣੀ ਪੈਂਦੀ ਹੈ ਗਤੀ। ਕਈਆਂ ਦੀ ਤਾਂ ਗਤੀ ਜਾਂਦੀ ਆ, ਹੋਰ ਉਹਦਾ ਕੰਮ ਜਾਂਦਾ ਨਿਬੜ, ਕਈਆਂ ਦੀ ਰੂਹ ਇੱਥੇ ਭਟਕਦੀ ਰਹਿੰਦੀ ਹੈ। ਜਿਹੜੀ ਭਟਕਦੀ ਰੂਹ ਆ ਉਹ ਕਦੇ ਘਰਦਿਆਂ ਨੂੰ ਤੰਗ ਕਰਨ ਲੱਗ ਜਾਂਦੀ ਹੈ, ਰੋਟੀ ਟੁੱਕ ਮੰਗਣ ਲੱਗ ਜਾਂਦੀ ਹੈ, ਘਰਦਿਆਂ ਨੇ ਰੋਟੀ ਟੁੱਕ ਕਰਤਾ ਤਾਂ ਘਰ ਤਵੀਤ ਪਾ ਲਿਆ, ਗੁਆਂਢੀਆਂ ਨੂੰ ਤੰਗ ਕਰਨ ਲੱਗੀ, ਗੁਆਂਢੀਆਂ ਨੇ ਕੋਈ ਸਾਧ ਬੁਲਾ ਲਿਆ, ਉਹ ਫਿਰ ਮੋੜ ਕੇ ਆਪਦੇ ਘਰੇ ਆ ਗਏ। ਜਾਣੀ ਇਹ ਗੱਲਾਂ ਜਦੋਂ ਇਕੱਠਾਂ 'ਚ, ਸੱਥਾਂ 'ਚ ਚੱਲਦੀਆਂ ਤਾਂ ਜਿਹੜੇ ਪਤਲੇ ਹਲਕੇ ਮਨ ਹੁੰਦੇ ਆ, ਕਮਜ਼ੋਰ ਮਨ ਹੁੰਦੇ ਆ, ਉਹ ਮਾੜੀ ਜਿਹੀ ਤਕਲੀਫ 'ਚ ਵੀ ਇਹ ਸੋਚ ਲੈਂਦੇ ਆ ਵੀ ਆਪਾਂ ਨੂੰ ਤਾਂ ਫਿਰ ਕਸਰ ਹੀ ਹੋ ਗਈ ਕੋਈ।
ਤੇ ਕਸਰ ਵੀ ਕਿਸੇ ਦੀ ਲੱਤ ਵੀ ਦੁਖਦੀ ਆ, ਅਸੀਂ ਡਾਕਟਰ ਕੋਲੇ ਨਹੀਂ ਜਾਂਦੇ ਵੀ ਉਹਨੂੰ ਪੁੱਛ ਲਈਏ ਕੋਈ ਭਾਰ ਭੂਰ ਚੱਕਿਆ ਗਿਆ ਹੋਣਾ, ਜੇ ਕੋਈ ਨਾੜ ਚੜ ਗਈ ਹੋਊ ਲੱਤ 'ਚ ਕੀ, ਡਾਕਟਰ ਕੋਲੇ ਨਹੀਂ ਜਾਣਾ ਕਿ ਉਹ ਪਹਿਲਾਂ ਫਲਾਣੇ ਬਾਬੇ ਤੋਂ ਪੁੱਛ ਤਾਂ ਲੈ ਲਓ, ਕੋਈ ਬਾਹਰ ਨਹੀਂ ਅਚਾਨਾ ਹੋਵੇ ਕਿਤੇ ਦਵਾਈ ਨਾ ਅਸਰ ਕਰੇ। ਤੇ ਅਸੀਂ ਫੱਟ ਜਾਵੜਦੇ ਹਾਂ ਇਹ ਜੇ ਪਿੰਡਾਂ 'ਚ ਦੋ ਚਾਰ ਹੁੰਦੇ ਆ, ਤੇ ਉਹ ਫਿਰ ਜਦੋਂ ਆਪਾਂ ਬਾਬੇ ਦੀ ਹੱਟੀ ਵੀ ਜਾਵੜੇ ਪੁੱਛਾਂ ਦੇਣ ਵਾਲੇ ਦੀ, ਤੇ ਉਹ ਫਿਰ ਆਪਦੀ ਹੱਟੀ ਦਾ ਸੌਦਾ ਹੀ ਤੋਲਣਾ ਉਹਨੇ ਤਾਂ ਨਾ, ਉਹ ਪਤਾ ਕੀ ਕਹੂ, ਇਹ ਤਾਂ ਜੀ ਕੋਈ ਟੂਣਾ ਲੰਘ ਗਿਆ, ਇਹ ਤਾਂ ਕੋਈ ਢਾਲਾ ਲੰਘ ਗਿਆ, ਸਾਡੇ ਮਨ 'ਚ ਫੱਟ ਆ ਜਾਂਦਾ ਉਹ ਨਹੀਂ ਆ ਜਾਂਦਾ ਵੀ ਸੱਚ 'ਚ ਖੰਮਣੀ ਸੀਸਾ ਸੰਧੂਰ ਨੌ ਪਾਲਸ ਲਲੇਰ ਪੰਜ ਸੱਤ ਚੀਜ਼ਾਂ ਪਈਆਂ ਸੀ ਇਹ ਉੱਥੋਂ ਦੀ ਲੰਘੇ, ਹੁਣ ਤਾਂ ਹੀ ਲੱਤ ਨਹੀਂ ਦੁਖਣਾ ਹਟਦੀ। ਹੁਣ ਉਦੋਂ ਆਪਾਂ ਐਂ ਕਾਹਤੋਂ ਨਹੀਂ ਸੋਚਦੇ ਵੀ ਲਲੇਰਾਂ ਦੇ ਪੀਪੇ ਭਰੇ ਪਏ ਹੱਟੀ 'ਚ, ਖੰਮਣੀ ਦੀਆਂ ਗੁੱਟੀਆਂ ਸੰਧੂਰ ਦੀਆਂ ਡੱਬੀਆਂ ਕੰਘੀਆਂ ਦੇ ਡੱਬੇ ਭਰੇ ਪਏ ਦੁਕਾਨ ਵਾਲੇ ਦੀ ਦੁਕਾਨ 'ਚ, ਤੇ ਦੁਕਾਨ ਵਾਲੇ ਦੀ ਤਾਂ ਲੱਤ ਦੁਖੀ ਨੀ ਭਾਈ। ਹੁਣ ਜਿਹਨੇ ਉੱਥੋਂ ਸਾਰਾ ਸਮਾਨ ਪੈਸਿਆਂ ਦਾ ਖਰੀਦਿਆ, ਖਰੀਦ ਕੇ ਪੱਲੇ 'ਚ ਝੋਲੇ 'ਚ ਪਰਨੇ 'ਚ ਚੁੰਨੀ 'ਚ ਬੰਨਿਆ, ਬੰਨ ਕੇ ਰਾਤ ਦੇ ਹਨੇਰੇ 'ਚ ਆਪਦੇ ਹੱਥ ਨਾਲ ਸੱਥ 'ਚ ਢੇਰੀ ਕਰ ਗਿਆ, ਉਹਨੂੰ ਕੁਛ ਹੋਇਆ? ਉਹਨੂੰ ਵੀ ਨਹੀਂ ਹੋਇਆ। ਜਿਹਨੂੰ ਪਤਾ ਵੀ ਨਹੀਂ ਵੀ ਉੱਥੇ ਕੁਛ ਹੈਗਾ ਕਿ ਨਹੀਂ ਹੈਗਾ, ਉਹਦੀ ਜੀ ਇਹਨੇ ਲੱਤ ਫੜ ਲਈ, ਉਹਦੀ ਜੀ ਇਹਨੇ ਬਾਂਹ ਫੜ ਲਈ। ਕਹਿਣ ਦਾ ਮਤਲਬ ਕੀ ਹੈ, ਅਸੀਂ ਆਪਦੇ ਦਿਮਾਗ ਤੋਂ ਠੀਕ ਪਾਸੇ ਕੰਮ ਨਹੀਂ ਲੈਂਦੇ। ਬਸ ਇੱਕੋ ਹੀ ਗੱਲ, ਜਿੱਥੇ ਸੰਧੂਰ ਜਿਹਾ ਡੁੱਲਿਆ ਚੱਕਰ ਗਿਆ, ਲਲੇਰ ਜਿਹਾ ਤੇ ਖੰਮਣੀ ਵੀ ਪਈ ਹੋਵੇ, ਡਰ ਜਾ ਰਿਹਾ ਵੀ ਆਹ ਪਤਾ ਨਹੀਂ ਕੀ ਪਿਆ। ਜਾਣੀ ਕਹਿਣ ਦਾ ਮਤਲਬ, ਜਦੋਂ ਕੋਈ ਬੰਦਾ ਹੱਥ ਨਾਲ ਉਹਨੂੰ ਰੱਖ ਗਿਆ ਤੇ ਜੇ ਕੋਈ ਹੱਥ ਨਾਲ ਉਹਨੂੰ ਚੱਕ ਲੂ, ਉਹਦਾ ਕੀ ਕਰ ਦੂ? ਦੂਸਰੀ ਗੱਲ ਜਿਹੜੀ, ਉਹ ਤੁਹਾਨੂੰ ਕੀ ਕਹਿਣਗੇ ਵੀ ਤੁਹਾਨੂੰ ਜੀ ਕੁਛ ਕਰਾਇਆ, ਤੁਹਾਨੂੰ ਤਾਂ ਕਿਸੇ ਦਾ ਕੁਛ ਖਵਾਇਆ, ਤਾਂ ਹੀ ਤੁਹਾਡੇ ਘਰ 'ਚ ਦੁੱਖ ਤਕਲੀਫ ਰਹਿੰਦੀ ਹੈ। ਤੇ ਅਸੀਂ ਫੱਟ ਸੋਚ ਲੈਂਦੇ ਹਾਂ ਵੀ ਤਾਂ ਹੀ ਇੱਕ ਉੱਠਦਾ ਮੰਜੇ ਤੋਂ ਦੂਜਾ ਪੈ ਜਾਂਦਾ, ਇੱਕ ਉੱਠਦਾ ਦੂਜਾ ਪੈ ਜਾਂਦਾ, ਸਾਨੂੰ ਜ਼ਰੂਰ ਖਵਾਇਆ। ਇੱਕ ਕੇਸ ਆਇਆ, ਮੈਂ ਥੋੜ੍ਹਾ ਜਿਹਾ ਗੱਲ ਤਾਂ ਕਿ ਸਾਫ਼ ਹੋ ਜਾਵੇ, ਨਿੱਖਰ ਜੇ ਵੀ ਕੀ ਹੁੰਦਾ ਇਹੋ ਜਿਹੇ ਕੇਸਾਂ 'ਚ, ਜਿਵੇਂ ਢਿੱਲ ਮੱਠ ਆਪਣੇ ਸਾਰੇ ਘਰਾਂ 'ਚ ਹੀ ਹੋ ਜਾਂਦੀ ਆ। ਬਿਮਾਰੀ ਸਮਾਰੀ ਦੀ ਘਰ 'ਚ ਵਾਹਵਾ ਸੀ, ਸਿਆਣਾ ਸੱਦ ਲਿਆ, ਬਾਬਾ ਸੱਦ ਲਿਆ, ਸਾਧ ਕਹਿੰਦੇ ਬਾਬਾ ਜੀ ਬਹੁਤ ਦੁਖੀ ਆ ਅਸੀਂ ਤਾਂ। ਕਹਿੰਦਾ ਜੀ ਦੁਖੀ ਤੁਹਾਨੂੰ ਤਾਂ ਕੁਛ ਕਰਾਇਆ? ਉਹ ਕਹਿੰਦੇ ਜੀ ਕਿਰਾਇਆ ਤਾਂ ਇਲਾਜ ਕਰ ਦਿਓ। ਕਹਿੰਦੇ ਇਲਾਜ ਕਰ ਦਿੰਦੇ ਆ, ਦੁੱਧ ਮਿਲਣ ਵਾਲਾ ਲੀਟਰ ਦਿਓ। ਘਰਦਿਆਂ ਨੇ ਦੁੱਧ ਮਿਲਣ ਵਾਲਾ ਲੀਟਰ ਫਰਾਤਾ। ਬਾਬੇ ਨੇ ਕੀ ਕੀਤਾ, ਧੋਤਾ ਮਾਂਜਾ ਸਵਾਰਿਆ, ਸਾਰੇ ਪਰਿਵਾਰ ਦੇ ਟੱਬਰ ਦੇ ਵਾਰੀ ਵਾਰੀ ਛਾਤੀ ਤੇ ਹਿੱਕ ਤੇ ਲਾਤਾ। ਉਹ ਹੋਇਆ ਕੀ, ਉਹ ਲੀਟਰ ਗਰਮ ਹੋ ਗਿਆ ਪੂਰਾ, ਗਰਮ ਹੋ ਕੇ ਉਹਦੇ 'ਚ ਰਾਖ ਆ ਗਈ, ਤੇ ਉਹ ਸਾਧ ਦੇ ਢੇਰੀਆਂ ਲਾਤੀਆਂ ਸਾਰੇ ਟੱਬਰ ਦੇ ਮੂਹਰੇ ਵੀ ਆਹ ਤੁਹਾਨੂੰ ਮਸਾਣ ਖਵਾਏ ਸੀ, ਆਹ ਕੱਢਤੇ ਮੈਂ। ਉਹ ਪਰਿਵਾਰ ਵਾਲੇ ਛੱਕੀ ਤਾਂ ਪਹਿਲਾਂ ਸੀ, ਉਹਨਾਂ ਨੂੰ ਯਕੀਨ ਹੋ ਗਿਆ ਵੀ ਬਾਬੇ ਨੇ ਮਸਾਣ ਕੱਢਤੇ, ਆਪਾਂ ਨੂੰ ਤਾਂ ਸੱਚੀ ਨਹੀਂ ਕਰਾਇਆ। ਕਹਿੰਦੇ ਬਾਬਾ ਜੀ ਹੁਣ ਐਂ ਤਾਂ ਦੱਸੋ ਵੀ ਸਾਡਾ ਇਹੋ ਜਿਹਾ ਦੁਖੀ ਕਿਹੜਾ ਜਿਹਨੇ ਸਾਡਾ ਇੰਨਾ ਬੁਰਾ ਕਰਿਆ ਸਾਨੂੰ ਮਾਰਨ ਨੂੰ? ਕਹਿੰਦਾ ਵੀ ਮੇਰੇ ਇਲਮ ਤੋਂ ਇਹ ਤਾਂ ਗੱਲ ਆ ਬਾਹਰ, ਤੁਸੀਂ ਮਲੇਰਕੋਟਲੇ ਜਾਵੜੇ, ਫਲਾਣਾ ਮੁਸਲਮਾਨ ਆ, ਇਕਲੇ ਜੋ ਨਾਲ ਜਵਾਕ ਉਹ ਨਾ ਉਹ 'ਚ ਹਜਰਾਇਤ ਕੱਢਦਾ, ਫੋਟੋ ਆ ਗਈ ਜਿਹਨੇ ਤੁਹਾਡਾ ਬੁਰਾ ਕੀਤਾ। ਉਹ ਅਗਲੇ ਦਿਨ ਭਾਈ ਗੁਆਂਢੀਆਂ ਦਾ ਫੜਿਆ ਜਵਾਕ, ਮਲੇਰਕੋਟਲੇ ਜਾਵੇ ਜਾਵੜੇ ਦੱਸੇ ਵੇ ਬਾਬੇ ਕੋਲੇ, ਤੇ ਬਾਬੇ ਨੇ ਹਜਰਾਇਤ ਕੱਢਤੀ, ਸਰੋਂ ਦਾ ਮਾੜਾ ਜਿਹਾ ਲਾਇਆ ਨਾ ਉਹਨੂੰ ਤੇਲ, ਤਵੇ ਦੀ ਲਾਈ ਮਾੜੀ ਜੀ ਕਾਲਸ਼। ਕਹਿੰਦਾ ਦੇਖ ਕਾਕਾ ਇਹਦੇ 'ਚ ਝਾੜੂ ਫਿਰ ਗਿਆ, ਕੁਰਸੀਆਂ ਡਹਿ ਗਈਆਂ, ਪਾਣੀ ਛਿੜਕਦਾ, ਦਰੀਆਂ ਵਿਛ ਗਈਆਂ, ਬਾਬਾ ਜੀ ਦੀ ਚੌਂਕੀ ਲੱਗ ਗਈ। ਉਹ ਬੱਚਾ ਕਹੀ ਜਾਂਦਾ ਵੀ ਹਾਂ ਹੋ ਗਿਆ, ਹਾਂ ਹੋ ਗਿਆ। ਤੇ ਕਹਿੰਦਾ ਹੁਣ ਦੇਖ ਇਹਦੇ 'ਚ ਜਿਹਨੇ ਬੁਰਾ ਕਰਿਆ ਉਹ ਆਊਗੀ, ਇੱਕ ਔਰਤ ਜੀ ਆ। ਹਾਂ ਜੀ, ਕਹਿੰਦਾ ਆ ਗਈ ਇੱਕ ਔਰਤ ਜੀ ਖੜੀ ਆ। ਕਹੇ ਜੀ ਆ ਭਾਈ? ਕਹਿੰਦਾ ਇਹ ਜੀ ਆ ਬੱਚੇ ਨੇ ਜਿਹੇ। ਇਹ ਕਹਿੰਦਾ ਭਾਈ ਤੁਹਾਡੀ ਛੋਟੀ ਨੂੰਹ ਆ, ਜਿਹਨੇ ਸਾਰੇ ਟੱਬਰ ਨੂੰ ਕਰਾ ਕੇ ਲਿਆਤਾ ਵੀ ਇਹ ਸਾਰਾ ਟੱਬਰ ਖਾ ਕੇ ਮਰਜੂ, ਤੇ ਉਹ ਜ਼ਮੀਨ ਜਗ੍ਹਾ ਤੇ ਘਰ ਬਾਰ ਇਕੱਲੀ ਸਾਂਭ ਲਓ। ਹੁਣ ਆਪਾਂ ਨੂੰ ਵੀ ਪਤਾ ਜੇ ਸਾਡੇ ਘਰ ਦਾ ਕੋਈ ਜੀ ਘਰ ਦਾ ਬੁਰਾ ਕਰਨ ਨੂੰ ਫਿਰੇ, ਆਪਾਂ ਉਹਦੇ ਨਾਲ ਕੀ ਸਲੂਕ ਕਰਾਂਗੇ? ਉਹੀ ਕੁਛ ਉਹ ਘਰਦਿਆਂ ਨੇ ਉਹਦੇ ਨਾਲ ਕੀਤਾ, ਆ ਕੇ ਛੋਟੀ ਬਹੂ ਸੀ ਜਿਹੜੀ ਨੂੰਹ ਸੀ ਉਹਨਾਂ ਦੀ ਉਹ ਭੜਕਾ ਦੇ, ਕੁੱਟੀ ਮਾਰੀ ਤੋੜਤੀ ਪੇਕੇ ਨੂੰ ਵੀ ਅਸੀਂ ਤਾਂ ਰੱਖਣੀ ਨਹੀਂ ਤਾਂ ਸਾਨੂੰ ਮਾਰਨ ਨੂੰ ਫਿਰਦੇ। ਉਹ ਕੁੜੀ ਪੇਕੀ ਚਲੀ ਗਈ। ਚੰਗੀ ਗੱਲ ਇੰਨੀ ਕੁ ਹੋ ਗਈ, ਰਾਮਗੜ੍ਹ ਸੰਗਰੂਰ ਜ਼ਿਲ੍ਹੇ ਦੇ ਵਿੱਚ, ਉੱਥੇ ਮੈਂ ਉਸ ਸਕੂਲ 'ਚ ਪੜ੍ਹਾਉਂਦਾ ਸੀ। ਉਹ ਸਕੂਲ ਜਾ ਕੇ ਵੀ ਮਾਸਟਰ ਤਾਂ ਕਹਿੰਦੇ ਹੁੰਦੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ, ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਨਾ ਅਸੀਂ ਕਿਸੇ ਸਾਧ ਕੋਲੇ ਗਏ ਹਾਂ, ਨਾ ਕਰਾਇਆ, ਸਾਡੀ ਕੁੜੀ ਸਿਰ ਝੂਠਾ ਦੂਸਣ ਲੱਗ ਗਿਆ ਸਕੂਲ 'ਚ ਆ ਕੇ। ਕਹਿੰਦੇ ਮਾਸੀ ਗੱਲ ਆ ਹੋ ਗਈ। ਮੈਂ ਕੀ? ਕਹਿੰਦੇ ਜੀ ਦੁੱਧ ਮਿਲਣ ਵਾਲੇ ਲੀਟਰ ਨਾਲ ਮਸਾਣ ਕੱਢਤੇ ਘਰੋਂ ਲੀਟਰ ਲੈ ਕੇ, ਹੋਰ ਇੱਕ ਕਹਿੰਦੇ ਨੌ 'ਚ ਹਜਰਾਇਤ ਕੱਢਤੀ, ਫਿਰ ਕਹਿੰਦੇ ਜੀ ਮੁੜ ਕੇ ਕੁੜੀ ਦੇ ਸਿਰ ਲਾਦਾ ਤੇ ਕੁੜੀ ਤੋੜਦੀ ਕੁੱਟ ਕੇ। ਮੈਂ ਕਿਹਾ ਵੀ ਇਹ ਗੱਲ ਆਪਾਂ ਉਹਨਾਂ ਨੂੰ ਸਮਝਾ ਦਿਆਂਗੇ, ਉਹਨਾਂ ਨੂੰ ਕਰਕੇ ਦਿਖਾ ਦਿਆਂਗੇ, ਹੱਲ ਹੋਜੂ, ਕੋਈ ਘਬਰਾਉਣ ਦੀ ਲੋੜ ਨਹੀਂ। ਉਹ ਕਹਿਣ ਜੀ ਤੁਸੀਂ ਕਹਿੰਦੇ ਹੱਲ ਹੋਜੂ, ਉਹ ਕਹਿੰਦੇ ਅਸੀਂ ਰੱਖਣੀ ਨਹੀਂ। ਮੈਂ ਕਿਹਾ ਚਲੋ ਕੋਈ ਨਹੀਂ, ਅਗਲੇ ਦਿਨ ਐਤਵਾਰ ਸੀ, ਅਸੀਂ ਉੱਥੇ ਚਲੇ ਗਏ।
ਜਾ ਕੇ ਪੁੱਛਿਆ ਉਹਨਾਂ ਨੂੰ ਵੀ ਭਾਈ ਕੀ ਦੁੱਖ ਤਕਲੀਫ਼ ਆ, ਕੁੜੀ ਕਾਹਤੋਂ ਕੁੱਟੀ? ਕਹਿੰਦੇ ਜੀ ਤੁਸੀਂ, ਅਸੀਂ ਤਾਂ ਕੁੱਟੀ ਆ, ਸਾਨੂੰ ਮਾਰਨ ਨੂੰ ਫਿਰਦੀ ਹੈ। ਮੈਂ ਕਿਹਾ ਕੀ ਸਬੂਤ ਆ? ਕਹਿੰਦੇ ਜੀ ਸਬੂਤ, ਦੁੱਧ ਮਿਲਣ ਵਾਲਾ ਸਾਡਾ ਘਰੋਂ ਅਸੀਂ ਧੋਸ ਮਾਰ ਕੇ ਲੀਟਰ ਫੜਾਇਆ, ਉਹਦੇ ਨਾਲ ਸਾਰੇ ਟੱਬਰ ਚੋਂ ਮਿਸਾਨ ਕੱਢਤੇ ਤੇ ਉਦੋਂ ਬਾਅਦ ਹਜਰੈਤ ਕਢਾ ਕੇ ਲਿਆਂਦੀ। ਇਹਦੀ ਫੋਟੋ ਆ ਗਈ, ਇੱਡੂ ਵੱਡਾ ਤਾਂ ਕੋਈ ਸਬੂਤ ਹੀ ਨਹੀਂ ਹੋ ਸਕਦਾ। ਮੈਂ ਕਿਹਾ ਉਹ ਲੀਟਰ ਕਿੱਥੇ, ਘਰੇ ਹੀ ਆ? ਕਹਿੰਦੇ ਹਾਂਜੀ ਘਰੇ ਹੀ ਆ। ਮੈਂ ਕਿਹਾ ਮੈਨੂੰ ਦੇ ਦਿਓ। ਉਹ ਲੀਟਰ ਮੈਂ ਫੜਿਆ, ਜਿਵੇਂ ਸਾਧ ਨੇ ਡਰਾਮਾ ਕੀਤਾ, ਧੋਤਾ, ਮਾਂਜਾ ਸਵਾਰਿਆ, ਮੈਂ ਵੀ ਉਵੇਂ ਕੀਤਾ। ਵਾਰੀ ਵਾਰੀ ਸਾਰੇ ਟੱਬਰ ਦੀ ਛਾਤੀ 'ਤੇ ਮੈਂ ਲਾਤਾ, ਉਵੇਂ ਹੀ ਗਰਮ ਹੋ ਗਿਆ ਲੀਟਰ, ਉਵੇਂ ਹੀ ਰਾਖ ਆ ਗਈ, ਢੇਰੀਆਂ ਦੀ ਮੈਂ ਲਾਤੀ। ਮੈਂ ਕਿਹਾ ਅਕਲ ਆਈ ਕੋਈ, ਸਮਝ ਲੱਗੀ? ਹਾਂਜੀ। ਕਹਿੰਦੇ ਸਾਹ ਤੋਂ ਸਾਰੇ ਮਿਸਾਨ ਨਹੀਂ ਨਿਕਲੇ, ਬਾਕੀ ਤੁਸੀਂ ਅੱਜ ਕੱਢੇ। ਚਲੋ ਮੈਂ ਇਹਨਾਂ ਨੂੰ ਬਾਅਦ 'ਚ ਦੱਸ ਦਿਆਂ ਵੀ ਇਹ ਨਿਕਲੇ ਕਿਵੇਂ ਆ। ਮੈਂ ਕਿਹਾ ਬੱਚਾ ਲਿਓ ਆਪਾਂ ਨਹੁੰ 'ਚ ਹਜਰੈਤ ਕੱਢਣੀ ਆ, ਫੋਟੋ ਤਾਂ ਕਿ ਤੁਹਾਡੇ ਮਨ ਦਾ ਭੁਲੇਖਾ ਦੂਰ ਹੋ ਜਾਵੇ। ਉਹ ਗੁਆਂਢੀ ਦੇ ਜਵਾਕ ਜੀ ਨੂੰ ਮਲੇਰਕੋਟਲੇ ਲੈ ਕੇ ਗਏ ਸੀ, ਉਹਨੂੰ ਘਰਦਿਆਂ ਨੂੰ ਕਹਿੰਦੇ ਜਵਾਕ ਭੇਜੋ, ਅਸੀਂ ਆ ਛੱਕ ਜੀ ਕਢਾਉਣੀ ਆ। ਉਹ ਜਵਾਕ ਹੀ ਨੇ ਤੋਰਨ, ਕਹਿੰਦੇ ਪਰਸੋਂ ਸਾਡਾ ਜਵਾਕ ਮਲੇਰਕੋਟਲੇ ਲੈ ਗਏ, ਅੱਜ ਕੋਈ ਭਦੌੜ ਵਾਲਾ ਸੈਣਾ ਸੱਦ ਲਿਆ, ਸਾਡਾ ਤਾਂ ਜਵਾਕ ਹੀ ਕਮਲਾ ਹਜੂ ਹਜਰੈਤ ਕਢਾ ਕਢਾ। ਉਹ ਆਇਆ ਹੋਰ 8-10 ਘਰ ਛੱਡ ਕੇ, ਇੱਕ ਭਈਆ ਪ੍ਰਦੇਸੀ ਆਦਮੀ ਰਹਿੰਦਾ ਸੀ, ਉਹਦਾ ਜਵਾਕ 8 ਸਾਲਾਂ ਦਾ ਫੜ ਲਏ। ਕਹਿੰਦੇ ਜੀ ਇਹਦੇ ਨੌਂ 'ਚ ਨਿਕਲੇ ਹਜਰੈਤ। ਮੈਂ ਕਿਹਾ ਵੀ ਇਹਦੇ ਵੀ ਨਿਕਲੇ ਜਵਾਕ ਹੀ, ਇਹ ਤਾਂ ਆਪਾਂ ਹਜਰੈਤ ਹੀ ਕੱਢਣੀ ਆ। ਮੈਂ ਉਹਨੂੰ ਪੁੱਛਿਆ, ਮੈਂ ਕਾਕਾ ਕੀ ਕੰਮ ਕਰਦਾ? ਕਹਿੰਦੇ ਜੀ ਮੈਂ ਤਾਂ ਚਾਹ ਵਾਲੇ ਖੋਖੇ 'ਤੇ ਨੌਕਰ ਆ। ਮੈਂ ਕਿਹਾ ਫਿਰ ਇੱਕ ਕੱਪ ਚਾਹ ਦਾ ਲਿਆ ਦੇ। ਕਹਿੰਦੇ ਜੀ ਐਤਵਾਰ ਅੱਜ ਤਾਂ ਸਾਡਾ ਖੋਖਾ ਹੀ ਬੰਦ ਹੈ। ਮੈਂ ਕਿਹਾ ਖੋਖਾ ਮੈਂ ਖੋਲ ਦਿੰਦਾ, ਤੂੰ ਚਾਹ ਬਣਾ ਲਿਆ। ਕਹਿੰਦੇ ਜੀ ਜਾਵਾਂ। ਮੈਂ ਕਿਹਾ ਇੱਥੇ ਹੀ ਬਹਿ ਜਾ, ਇੱਥੇ ਹੀ ਚੱਲ ਪਊ ਸਾਰਾ ਕੁਛ। ਮੈਂ ਉਹਨੂੰ ਮੂਹਰੇ ਬਿਠਾਇਆ, ਉਹੀ ਸਾਹ ਵਾਂਗੂ ਹਜਰੈਤ ਵਾਲੇ ਮੁਸਲਮਾਨ ਵਾਂਗੂ ਸਰੋਂ ਦਾ ਮਾੜਾ ਜਿਹਾ ਲਾਇਆ, ਨਹੁੰ ਨੂੰ ਤੇਲ, ਤਵੇ ਦੀ ਲਈ ਮਾੜੀ ਜੀ ਕਾਲਸ਼, ਤੇ ਮੈਂ ਉਹਨੂੰ ਕਹਿਣਾ ਸ਼ੁਰੂ ਕਰਤਾ ਵੀ ਇਹਦੇ ਵੱਲ ਦੇਖੀ ਚੱਲ, ਹੁਣ ਤੂੰ ਖੋਖੇ ਵੱਲ ਨੂੰ ਜਾ ਰਿਹਾ, ਹੁਣ ਤੁਹਾਡਾ ਖੋਖਾ ਖੁੱਲ ਗਿਆ, ਹੁਣ ਸਟੋਵ ਚੱਲ ਪਿਆ, ਹੁਣ ਉੱਤੇ ਚਾਹ ਧਰਤੀ, ਹੁਣ ਚਾਹ ਬਣ ਗਈ। ਉਹ ਕਹੀ ਜਾਂਦਾ ਵੀ ਹਾਂ ਹੋ ਗਿਆ, ਹਾਂ ਹੋ ਗਿਆ। ਮੈਂ ਕਿਹਾ ਚਾਹ ਬਣ ਗਈ? ਕਹਿੰਦਾ ਹਾਂਜੀ। ਮੈਂ ਕਿਹਾ ਹੋਰ ਪਾ ਲਿਆ ਗਲਾਸ? ਕਹਿੰਦੇ ਜੀ ਖੜ ਜਾਓ। ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਪੁਲਿਸ ਆ ਗਈ। ਮੈਂ ਕਿਹਾ ਪੁੱਛ ਕੀ? ਕਹਿੰਦੇ ਜੀ ਐਂ ਕਹਿੰਦੇ ਵੀ 4 ਕੱਪ ਕੁਆਟਰ 'ਚ ਦੇ ਕੇ ਆ ਚਾਹ ਦੇ। ਮੈਂ ਕਿਹਾ ਵੀ ਕੋਈ ਦੂਰੋਂ ਮਿਲਣ ਆਇਆ ਹੋਏ ਇਹਨਾਂ ਦੀ, ਪਹਿਲਾਂ ਦੇ ਆਪਾਂ ਘਰੇ ਬੈਠਿਆਂ ਫਿਰ ਪੀ ਲਾਂਗੇ। ਉਹਨੇ ਜੀ 4 ਕੱਪ ਚਾਹ ਦੇ ਕੁਆਟਰ 'ਚ ਦੇ ਕੇ ਆ ਕੇ ਮੈਨੂੰ ਕਹਿੰਦੇ ਜੀ ਫੜਾਇਆ। ਮੈਂ ਕਿਹਾ ਹੁਣ ਆਪਣੇ ਵਾਲੀ ਪਾ ਲਿਆ। ਮੈਂ ਉਹਦਾ ਨਹੁੰ ਢੱਕ ਲਿਆ। ਘਰਦੇ ਕਹਿਣ ਤੂੰ ਝੂਠ ਬੋਲਦਾ, ਉਹ ਕਹੀ ਜਾਵੇ ਫਲਾਣੇ ਸਿਪਾਹੀ ਦੇ ਕੁਆਟਰ 'ਚ 4 ਗਲਾਸ ਜਾ ਕੇ ਦੇਖ ਲਓ ਖਾਲੀ ਕਰੇ ਪਏ ਹੋਣਗੇ। ਗੱਲ ਕੁਛ ਵੀ ਨਹੀਂ, ਜਿਹੜੀ ਗੱਲ ਦਾ ਜਦੋਂ ਤੁਹਾਨੂੰ ਗਿਆਨ ਨਹੀਂ ਹੁੰਦਾ ਤੁਸੀਂ ਇਹ ਸਮਝ ਲੈਣਾ ਵੀ ਪਤਾ ਨਹੀਂ ਕਿੱਡੀ ਕੀ ਕਰਾਮਾਤ ਹੋ, ਬੜੀ ਛੋਟੀ ਜੀ ਹੈ, ਸਾਰਾ ਪਿੰਡ ਅਜਰੈਤ ਕੱਢਣ ਲੱਗ ਜਾਓ ਕੱਲ੍ਹ ਨੂੰ। ਕੀ ਹੈ ਅੱਖਾਂ ਦੇ ਵਿੱਚ ਜਿਹੜੀ ਵੀ ਚੀਜ਼ ਸਾਨੂੰ ਸਾਹਮਣੇ ਦਿਸਦੀ ਹੈ, ਜਿਵੇਂ ਨਹੁੰ ਦਿਸਦਾ ਇਹਨੂੰ, ਸਰੋਂ ਦਾ ਤੇਲ ਜਾਂ ਤਵੇ ਦੀ ਕਾਲ ਸਲਾਈ ਜਦੋਂ ਦਿਸਦੀ ਹੈ, ਉਹ ਉਹਨਾਂ ਚਿਰ ਹੀ ਦਿਸਦੀ ਹੈ। ਇਦੂ ਗਾਹਾਂ ਅੱਖ ਤੋਂ ਇੱਕ ਨਾੜ ਹੈ ਜਿਹੜੀ ਦਿਮਾਗ ਤੱਕ ਜਾਂਦੀ ਹੈ, ਦੱਸਦੀ ਹੈ ਵੀ ਅੱਖ ਦੇ ਵਿੱਚ ਫੋਟੋ ਕਿਹੜੀ ਚੀਜ਼ ਦੀ ਬਣ ਗਈ। ਉਹ ਨਾੜ ਜਦੋਂ ਇੱਕ ਟੱਕ ਕਿਸੇ ਚੀਜ਼ ਵੱਲ ਝਾਕਣ ਲਾ ਦੇਈ ਦਾ, ਖਾਸ ਕਰਕੇ ਛੋਟੇ ਬੱਚੇ ਨੂੰ, ਵੱਡੇ ਆਦਮੀ ਨੂੰ ਵੀ ਲੱਗ ਜਾਂਦਾ, ਛੋਟੇ ਬੱਚੇ ਨੂੰ ਜਦੋਂ ਇੱਕ ਚੀਜ਼ ਪਾਸੇ ਝਾਕਣ ਲਾ ਦੇਈ ਦਾ ਤਾਂ ਉਹ ਜਿਹੜੀ ਨਾੜੀ ਆ ਉਹ ਥੱਕ ਜਾਂਦੀ ਹੈ। ਉਹ ਫਿਰ ਇਹ ਨਹੀਂ ਦੱਸਦੀ ਵੀ ਅੱਖਾਂ ਦੇ ਸਾਹਮਣੇ ਨਾ ਹੋ, ਇਹਨੂੰ ਸਰੋਂ ਦਾ ਤੇਲ ਲੱਗੇ, ਇਹਨੂੰ ਕਾਲਸ ਲੱਗੀ ਹੈ ਨਾ, ਉਹਨੂੰ ਫਿਰ ਉਹ ਕੀ ਦੱਸਦੀ ਹੈ? ਨਾੜ ਗਾਹਾਂ ਸੁਨੇਹਾ ਜਿਹੜਾ ਕੁਛ ਕੋਲੇ ਬੈਠਾ ਹਜਰੈਤ ਕੱਢਣ ਵਾਲਾ ਕਹੀ ਜਾਂਦਾ। ਜਿਵੇਂ ਉਹ ਕਹਿੰਦਾ ਸੀ ਝਾੜੂ ਲੱਗ ਗਿਆ, ਕੁਰਸੀਆਂ ਡਹਿ ਗਈਆਂ, ਬਾਬਾ ਜੀ ਆ ਗਏ, ਮੈਂ ਉਹਨੂੰ ਕਹਿਣ ਲੱਗਿਆ ਸੀ ਸਟੋਵ ਚੱਲ ਪਿਆ, ਖੋਖਾ ਆ ਗਿਆ, ਉਹੀ ਕੁਛ ਉਹ ਰੀਲ ਆ ਜਿਹੜੀ ਚੱਲੀ ਗਈ। ਪਰ ਮੈਂ ਇੱਕ ਗੱਲ ਤੇ ਮੈਂ ਵੀ ਹੈਰਾਨ ਹੋਇਆ ਵੀ ਇਹ ਪੁਲਿਸ ਆਪੇ ਕਦੋਂ ਆ ਗਈ? ਮੈਂ ਤਾਂ ਪੁਲਿਸ ਲਿਆਉਂਦੀ ਨਹੀਂ ਸੀ ਵਿੱਚ। ਮੈਂ ਉਹਨੂੰ ਪੁੱਛਿਆ ਤੁਹਾਡਾ ਖੋਖਾ ਕਿੱਥੇ? ਕਹਿੰਦਾ ਜੀ ਥਾਣੇ ਮੂਹਰੇ ਆ। ਗੱਲ ਸਾਫ਼ ਹੋ ਗਈ ਵੀ ਉਹ ਕੁਆਟਰ 'ਚ ਅੱਗੇ ਵੀ ਚਾਹ ਦੇਣ ਜਾਂਦਾ ਸੀ, ਕਿਤੇ ਉਹਦੀ ਰੀਲ ਉੱਧਰ ਕੁਆਟਰ ਵਾਲੀ ਗੱਲ ਨਾਲ ਵੀ ਨਾਲ ਹੀ ਜੁੜੇ। ਸੋ ਕਹਿਣ ਦਾ ਮਤਲਬ ਇੱਡੂ ਵੱਡੀ ਕੋਈ ਗੱਲ ਨਹੀਂ। ਹੁਣ ਰਹੀ ਗੱਲ ਦੂਜੀ, ਉਹ ਲੀਟਰ ਨਾਲ ਮਿਸਾਲ ਨਿਕਲਣ ਵਾਲੀ, ਕੁਛ ਨਹੀਂ ਇੱਕ ਪਾਊਡਰ ਆ ਸਾਡੇ ਕੋਲ ਮੇਰੀ ਜੇਬ 'ਚ ਹੁਣ ਵੀ, ਨਾ ਨਹੀਂ ਦੱਸੂ ਮੈਂ ਜ਼ਹਿਰ ਆ ਹੋ ਵੈਸੇ। ਜਦੋਂ ਉਸ ਪਾਊਡਰ ਨੂੰ ਅਲਮੀਨੀਅਮ ਦੇ ਸਿਲਵਟ ਦੇ ਭਾਂਡੇ ਨੂੰ ਲਾ ਦੇਈਦਾ, ਚਾਹੇ 10 ਵਾਰੀ ਮਾਂਜ ਦਿਓ, 20 ਵਾਰੀ ਧੋ ਲਓ, ਉਹ ਲਹਿੰਦਾ ਨਹੀਂ। ਅੱਛਾ, ਜਦੋਂ ਲਹਿੰਦਾ ਨਹੀਂ ਉਹਦੇ ਨਾਲ ਰਸਾਇਣਕ ਕਿਰਿਆ ਕਰਦਾ, ਉਹ ਸਿਲਵਟ ਦਾ ਭਾਂਡਾ ਅਲਮੀਨੀਅਮ ਦਾ ਭਾਂਡਾ ਖੁਰਦਾ, ਖੁਰ ਖੁਰ ਕੇ ਗਰਮ ਹੋ ਜਾਂਦਾ ਪਹਿਲਾਂ ਦਾ, ਗਰਮ ਹੋਣ ਤੋਂ ਬਾਅਦ ਜਦੋਂ ਖੁਰ ਖੁਰ ਕੇ ਉਹ ਵਿੱਚ ਡਿੱਗੀ ਜਾਂਦਾ ਤੇ ਉਹਦੇ 'ਚ ਰਾਖ ਹੀ ਇਕੱਠੀ ਹੋ ਜਾਂਦੀ ਹੈ ਜਿਹਦੀਆਂ ਉਹ ਢੇਰੀਆਂ ਲੱਗ ਜਾਂਦੀ। ਆਉਣ ਵਾਲੇ ਸਮੇਂ 'ਚ ਕੱਲ੍ਹ ਨੂੰ ਕੋਈ ਤੁਹਾਨੂੰ ਇਹੋ ਜਿਹਾ ਪਖੰਡੀ ਫਸ ਜੇ ਜਿਹੜਾ ਕਹੇ ਤੁਹਾਨੂੰ ਤਾਂ ਕੁਛ ਖੁਆਇਆ ਮੈਂ ਕੱਢ ਕੇ ਦਿਖਾ ਸਕਦਾ, ਤੁਸੀਂ ਇੱਕੋ ਹੀ ਗੱਲ ਕਰਿਓ, ਉਹਨੂੰ ਬਾਬੇ ਦਾ ਜਿਹੜਾ ਪਿੱਤਲ ਵਾਲਾ ਗਲਾਸ ਹੁੰਦਾ ਵੱਡਾ ਲੱਸੀ ਵਾਲਾ ਨਾ, ਉਹ ਫੜਾ ਜਾਓ, ਕਹੇ ਇਹਦੇ ਨਾਲ ਮਸਾਨ ਕੱਢ।
ਨਿਕਲਣੇ ਨਹੀਂ, ਕਿਉਂਕਿ ਉਹਦੀ ਪੀੜਾ ਅਲਮੀਨੀਅਮ ਨਾਲ ਸਿਲਵਟ ਨਹੀਂ ਹੁੰਦੀ ਆ। ਉਹਨੂੰ ਭਾਂਡਾ ਕਾਂਸੀ ਦਾ ਛੰਨਾ ਫੜਾ ਦਿਓ, ਉਹਨੂੰ ਸਟੀਲ ਦਾ ਗਲਾਸ ਫੜਾ ਦਿਓ, ਮਸਾਣ ਨਹੀਂ ਨਿਕਲਦੇ। ਸੋ ਕਹਿਣ ਦਾ ਮਤਲਬ ਸਿਆਣੇ ਹੋਣ ਦੀ ਲੋੜ ਆ, ਜੇ ਸਿਆਣੇ ਹੋ ਜਾਣਗੇ ਫਿਰ ਇਹੋ ਜਿਹੀ ਗੱਲ ਨਹੀਂ ਚੱਲਦੀ। ਇੱਕ ਗੱਲ ਤੁਹਾਨੂੰ ਹੋਰ ਕਹਿ ਸਕਦੇ ਆ, ਇਹੋ ਜਿਹੇ ਪਖੰਡੀ ਜਦੋਂ ਤੁਸੀਂ ਬਾਬਿਆਂ ਦੇ ਡੇਰੇ ਤੇ ਜਾਂਦੇ ਹੋ ਕਿ ਇਹਨੂੰ ਤਾਂ ਜੀ ਸ਼ਹੀਦਾਂ ਦੀ ਕਸਰ ਆ, ਜੇ ਕਿਸੇ ਦੀ ਮੱਝ ਵੀ ਨਾ ਮਿਲਣੀ ਮਿਲਦੀ ਕਹਿਣਗੇ ਆ ਤੁਹਾਡੀ ਸ਼ਹੀਦੀ ਰੋਟੀ ਨਹੀਂ ਲੱਗੀ ਐਤਕੀ, ਤੁਹਾਡੀ ਪੰਜ ਕੱਪੜੀ ਨਹੀਂ ਲੱਗੀ, ਤੁਹਾਡਾ ਕੰਘਾ ਸਫ਼ਾ ਨਹੀਂ ਲੱਗਿਆ। ਤੇ ਅਸੀਂ ਫੱਟ ਸੋਚਦੇ ਹਾਂ ਵੀ ਲੈ ਵੀ ਐਤਕੀ ਕਿਸੇ ਨੂੰ ਹੋਰ ਰੋਟੀ ਖਵਾ ਕੇ ਦੇਖਦੇ ਹਾਂ, ਸੁੱਚੇ ਤਾਣਾ ਖਵਾ ਕੇ ਦੇਖਦੇ ਹਾਂ, ਫਿਰ ਸ਼ਹੀਦ ਖੁਸ਼ ਹੋਊ। ਅਸੀਂ ਇਹ ਭੁੱਲ ਹੀ ਗਏ ਵੀ ਸ਼ਹੀਦ ਕੀ ਹੁੰਦਾ। ਸ਼ਹੀਦ ਉਹ ਨਹੀਂ ਹੁੰਦਾ ਵੀ ਜਿਹੜਾ ਮੇਸਾਂ ਦੀਆਂ ਲੱਤਾਂ 'ਚ ਬੈਠਾ ਰਹੇ, ਸ਼ਹੀਦ ਉਹ ਹੁੰਦਾ ਜਿਹੜਾ ਆਪਦੀ ਜਾਨ ਕੁਰਬਾਨ ਕਰ ਗਿਆ ਹੋਵੇ, ਲੋਕਾਂ ਖਾਤਰ, ਨਗਰ ਖਾਤਰ, ਮੁਲਕ ਖਾਤਰ ਆਪਦੀ ਜਾਨ ਦੀ ਕੁਰਬਾਨੀ ਦਿੱਤੀ ਹੋਵੇ, ਸ਼ਹੀਦ ਉਹ ਹੁੰਦਾ। ਤੇ ਫਿਰ ਉਹ ਕੁਰਬਾਨੀ ਉਹਨੇ ਇਸ ਕਰਕੇ ਨਹੀਂ ਦਿੱਤੀ ਹੁੰਦੀ, ਉਹ ਇਸ ਕਰਕੇ ਸ਼ਹੀਦ ਨਹੀਂ ਹੋਇਆ ਹੁੰਦਾ ਵੀ ਸ਼ਹੀਦ ਹੋ ਕੇ ਮੈਂ ਮੇਸਾਂ ਦੀਆਂ ਲੱਤਾਂ 'ਚ ਬੈਠੂ। ਨਹੀਂ, ਅਸੀਂ ਭੁੱਲ ਹੀ ਗਏ। ਇੱਕੋ ਹੀ ਗੱਲ ਵੀ ਮੈਸ ਪਤਾ ਨਹੀਂ ਭੁੱਖੀ ਨਹੀਂ ਦੁੱਧ ਦਿੰਦੀ, ਪਤਾ ਨਹੀਂ ਕੱਟਰੂ ਚੋਂਗੇ, ਪਤਾ ਨਹੀਂ ਕੀ ਹੋਇਆ ਵੀ ਪਤਾ ਨਹੀਂ ਸ਼ਹੀਦ ਹੀ ਬੈਠਾ ਲੱਤਾਂ। ਜਾਣੀ ਕਹਿਣ ਦਾ ਮਤਲਬ ਜੇ ਅਸੀਂ ਗੱਲ ਤੋਂ ਸਿਆਣਪ ਨਾਲ ਕੰਮ ਲਵਾਂਗੇ ਫਿਰ ਤੁਹਾਡੇ ਮਨ 'ਚ ਇੱਕ ਸਵਾਲ ਆਊਗਾ ਵੀ ਜਿਹੜੀਆਂ ਮਟੀਆਂ ਸ਼ਹੀਦਾਂ ਦੀਆਂ ਤੁਹਾਡੇ ਖੇਤਾਂ ਬੰਨਿਆਂ 'ਤੇ ਬਣੀਆਂ ਵੀ ਇਹ ਕਿਹੜੇ ਸ਼ਹੀਦ ਹੋਏ? ਉਹ ਵੀ ਸੱਚੀ ਹੋਈ ਤੁਹਾਡੇ ਵੱਡੇ ਵਡੇਰੇ ਨੇ ਕਿਸੇ ਵੇਲੇ ਇੱਥੋਂ ਦੀ ਹਕੂਮਤ ਦੇ ਖਿਲਾਫ ਜਬਰ ਦੇ ਖਿਲਾਫ ਲੜਦੇ ਸ਼ਹੀਦ ਹੋਏ ਆ, ਪਰ ਤੁਹਾਨੂੰ ਪਤਾ ਨਹੀਂ ਕਿਉਂ, ਕਿਉਂਕਿ ਉਦੋਂ ਪੜ੍ਹਾਈ ਲਿਖਾਈ ਨੇ। ਜੇ ਉਦੋਂ ਪੜ੍ਹਾਈ ਲਿਖਾਈ ਹੁੰਦੀ ਜਿਵੇਂ ਹੁਣ ਆਪਾਂ ਕੋਈ ਆ ਸਕੂਲ ਪਾਇਆ ਉੱਥੇ ਨੀਂਹ ਪੱਥਰ ਲਾ ਦਿੰਦੇ ਆ ਵੀ ਫਲਾਣਾ ਸਿੰਘ ਨੇ ਇਹਦਾ ਨੀਂਹ ਪੱਥਰ ਰੱਖਿਆ, ਤੇ ਜੇ ਉਦੋਂ ਪੜ੍ਹਾਈ ਲਿਖਾਈ ਹੁੰਦੀ ਫਿਰ ਉਸ ਮੱਟੀ ਦੇ ਉੱਤੇ ਆਪਾਂ ਲਿਖ ਕੇ ਲਾ ਦਿੰਦੇ ਵੀ ਭਾਈ ਇਹ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਫਲਾਣੇ ਪਿੰਡ ਦਾ ਫਲਾਣੀ ਹਕੂਮਤ ਦੇ ਖਿਲਾਫ ਫਲਾਣੇ ਜਗੀਰਦਾਰਾਂ ਦੇ ਖਿਲਾਫ ਲੜਦਾ ਸ਼ਹੀਦ ਹੋਇਆ, ਤੇ ਆਪਾਂ ਨੂੰ ਪਤਾ ਹੋਣਾ ਸੀ ਫਿਰ ਆਪਾਂ ਰੋਟੀਆਂ ਨਹੀਂ ਸੀ ਖਵਾਉਂਦੇ ਉਹਦੀਆਂ, ਫਿਰ ਆਪਾਂ ਉਹਦੇ ਪਾਏ ਪੂਰਨਿਆਂ ਤੇ ਚੱਲਦੇ। ਸ਼ਹੀਦ ਇਸੇ ਵਾਸਤੇ ਹੁੰਦਾ ਕਿਹੜੇ ਆਉਣ ਵਾਲੀ ਕੋਲਾ ਜਿਹੜੀ ਉਹ ਸੁੱਖ ਮਾਣੇ, ਜਿਹੜੀ ਉਹਦੀ ਆਉਣ ਵਾਲੀ ਕੋਲਾ ਉਹ ਪੁਰਾਣੀਆਂ ਗੁਲਾਮੀ ਦੀਆਂ ਜਗੀਰਾਂ ਤੋਂ ਮੁਕਤ ਹੋ ਜਾਏ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਲੋਕਾਂ ਨੂੰ ਭੂਤਾਂ ਪ੍ਰੇਤਾਂ 'ਚ ਅਲਝਾ ਦਿੰਦੀਆਂ। ਰਹਿ ਗਈ ਗੱਲ ਦੂਜੀ, ਕਿਸੇ ਘਰ 'ਚ ਇੱਟਾਂ ਰੋੜੇ ਡਿੱਗਦੇ ਆ, ਅੱਗ ਲੱਗ ਗਈ, ਖੂਨ ਦੇ ਸਿੱਟੇ ਡਿੱਗਦੇ ਆ, ਸਿੱਟਣ ਵਾਲੇ ਦਾ ਨਹੀਂ ਪਤਾ ਲੱਗਦਾ, ਡਿੱਗਦਿਆਂ ਦਾ ਨਹੀਂ ਪਤਾ ਲੱਗਦਾ, ਡਿੱਗੇ ਵੀ ਸਭ ਨੂੰ ਦਿੰਦੇ ਆ। ਇਹ ਕੇਸ ਸੋਸਾਇਟੀ ਕੋਲੇ ਪਿਛਲੇ 14 ਸਾਲਾਂ 'ਚ ਕੋਈ ਦਿਨ ਇਹੋ ਜਿਹਾ ਜਾਂਦਾ ਜਿੱਦੇ ਕੋਈ ਕੇਸ ਇਹੋ ਜਿਹਾ ਨਾ ਆਵੇ। ਅਸੀਂ ਅੱਜ ਤੱਕ ਸਾਰਿਆਂ ਕੇਸਾਂ 'ਚ ਜਿਉਂਦਾ ਬੰਦਾ ਫੜਿਆ ਇਹ ਕੰਮ ਕਰਨ ਵਾਲਾ। ਫਿਰ ਤੁਹਾਡੇ ਮਨ 'ਚ ਹੋਊਗਾ ਵੀ ਜਿਉਂਦਾ ਬੰਦਾ ਤੁਹਾਨੂੰ ਕਾਹ ਤੋਂ ਨਹੀਂ ਰਹਿੰਦਾ। ਇੱਥੇ ਤੁਹਾਡੇ ਸੋਚਣ ਦੇ ਢੰਗ 'ਚ ਫਰਕ ਹੈ ਕਿ ਮੰਨ ਲਓ ਆ ਸਟੇਜ ਕਿਸੇ ਦਾ ਘਰ ਹੋਵੇ, ਇਹਦੇ 'ਤੇ ਡਿੱਗਦੇ ਆ ਰੋੜੇ। ਹੁਣ ਆਮ ਲੋਕੀ ਕੀ ਕਰਦੇ, ਜੇ ਕਿਸੇ ਘਰ 'ਚ ਰੋੜੇ ਡਿੱਗਦੇ ਤਾਂ ਕੋਠਿਆਂ ਦੇ ਉੱਤੇ ਰਫਲਾਂ ਲੈ ਕੇ ਬਹਿ ਜਾਂਦੇ ਨੇ ਵੀ ਰਫਲਾਂ ਲੈ ਵੀ ਫਾਇਰ ਕਰਨੀ ਜਦੋਂ ਰੋੜਾ ਆਇਆ। ਹੁਣ ਗੱਲ ਹੀ ਬਾਹਲੀ ਛੋਟੀ ਹੈ, ਕੀ ਹੈ ਜੇ ਰੋੜਾ ਇੱਥੇ ਡਿੱਗ ਕੇ ਇੱਧਰ ਨੂੰ ਰੁੜ ਗਿਆ, ਸਿੱਧੀ ਜਿਹੀ ਗੱਲ ਹੈ, ਰੋੜਾ ਮਾਰਨ ਵਾਲਾ ਇੱਧਰ ਖੜਾ। ਜੇ ਰੋੜਾ ਇੱਥੇ ਡਿੱਗਣ ਤੋਂ ਬਾਅਦ ਟੋਟੇ ਟੋਟੇ ਹੋ ਕੇ ਖਿੰਡ ਗਿਆ ਤਾਂ ਮਤਲਬ ਕਿਸੇ ਨੇ ਦੂਰੋਂ ਚਲਾਇਆ। ਜੇ ਰੋੜੇ ਦਾ ਆਕਾਰ ਛੋਟਾ ਇਹਦਾ ਮਤਲਬ ਕੋਈ ਦੂਰੋਂ ਵੀ ਸਿੱਟ ਸਕਦਾ, ਜੇ ਇੱਟ ਅੱਧੀ ਆ ਜਾਂ ਵੱਡੀ ਆ ਤਾਂ ਮਤਲਬ ਕਿਸੇ ਨੇ ਨੇੜੇ ਸਿੱਟਿਆ, ਜੇ ਐਂ ਸੋਚਣ ਲੱਗ ਜਾਓਗੇ ਤੁਹਾਨੂੰ ਵੀ ਲੱਭਿਆ ਕਰੂ ਕਿਹਨੇ ਸਿੱਟਿਆ ਭਾਈ। ਰਹੀ ਗੱਲ ਦੂਜੀ ਵੀ ਕੌਣ ਸਿੱਟਦਾ, ਸੋਸਾਇਟੀ ਕੋਲ ਜਿੰਨੇ ਹੁਣ ਤਾਈਂ ਕੇਸ ਆਇਆ 100 ਚੋਂ 99 ਕੇਸਾਂ ਦੇ ਵਿੱਚ ਘਰ ਦਾ ਹੀ ਹੁੰਦਾ ਕੋਈ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਆਪਦੇ ਘਰੇ ਕੋਈ ਅੱਗ ਕਿਉਂ ਲਾਊ, ਆਪਦੇ ਘਰੇ ਖੂਨ ਦੇ ਸਿੱਟੇ ਕਿਉਂ ਸਿੱਟੂ, ਆਪਦੇ ਘਰੇ ਇੱਟਾਂ ਰੋੜੇ ਕਿਉਂ ਸਿੱਟੂ। ਇਹ ਗੱਲ ਸਮਝਣ ਵਾਲੀ ਹੈ, ਜੇ ਤੁਹਾਡੇ ਸਮਝ ਆ ਗਈ ਤਾਂ ਸਾਡੀ ਗਰੰਟੀ ਹੈ ਕਿਸੇ ਵੀ ਘਰ 'ਚ ਕਿਸੇ ਵੀ ਪਿੰਡ 'ਚ ਕਦੇ ਵੀ ਕਸਰ ਹੀ ਨਹੀਂ ਹੁੰਦੀ। ਗੱਲ ਕੀ ਹੈ, ਅਸੀਂ ਹਰ ਰੋਜ਼ ਅਖਬਾਰਾਂ 'ਚ ਖਬਰਾਂ ਪੜ੍ਹਦੇ ਹਾਂ ਕਿ ਫਲਾਣਿਆਂ ਦਾ ਮੁੰਡਾ ਸਪਰੇਅ ਵਾਲੀ ਦਵਾਈ ਪੀ ਕੇ ਮਰ ਗਿਆ, ਫਲਾਣੇ ਦੀ ਨੂੰ ਮਿੱਟੀ ਦਾ ਤੇਲ ਛਿੜਕ ਕੇ ਮਰ ਗਈ, ਫਲਾਣੀ ਸਪਰੇਅ ਵਾਲੀ ਜਾਂ ਕਣਕ 'ਚ ਰੱਖਣ ਵਾਲੀ ਗੋਲੀਆਂ ਖਾ ਕੇ ਮਰ ਗਿਆ। ਇਹ ਕਦੋਂ ਹੁੰਦਾ, ਜਦੋਂ ਕਿਸੇ ਬੰਦੇ ਨੂੰ ਇਹ ਲੱਗਣ ਲੱਗ ਜਾਈਏ ਨਾ ਵੀ ਇਹੋ ਜਿਹੇ ਜਿਉਣ ਨਾਲੋਂ ਤਾਂ ਮੈਂ ਮਰੇ ਹੀ ਚੰਗਾ, ਮਰ ਕੇ ਸੁਖੀ ਹੋ ਜਾਈ, ਤੇ ਬੰਦਾ ਮਰ ਜਾਂਦਾ। ਤੇ ਇਹ ਜਿਹੜਾ ਕੰਮ ਆ ਅੱਗ ਉਗਲਾਉਣ ਵਾਲਾ ਇਹ ਉਦੋਂ ਪਹਿਲਾਂ ਜਦੋਂ ਕਿਸੇ ਘਰ 'ਚ ਕਿਸੇ ਘਰ ਦੇ ਜੀ ਨਾਲ ਵਿਤਕਰਾ ਹੁੰਦਾ, ਜਦੋਂ ਕਿਸੇ ਘਰ ਦੇ ਵਿੱਚ ਕਿਸੇ ਜੀ ਨੂੰ ਬਰਾਬਰ ਦਾ ਮਾਣ ਸਤਿਕਾਰ ਨਹੀਂ ਮਿਲਦਾ, ਨਹੀਂ ਬਰਾਬਰ ਸਮਝਿਆ ਜਾਂਦਾ, ਤਾਂ ਉਹਦੇ ਮਨ ਦੇ ਵਿੱਚ ਸੱਟ ਵੱਜਦੀ ਆ, ਉਹਦਾ ਮਨ ਅਸੰਤੁਸ਼ਟ ਹੋ ਜਾਂਦਾ, ਇੱਕ ਤਰ੍ਹਾਂ ਦਾ ਰੋਗੀ ਹੋ ਜਾਂਦਾ, ਤੇ ਰੋਗੀ ਹੋਇਆ ਵਾ ਮਨ ਇਹੋ ਜਿਹੇ ਕੰਮ ਕਰਨ ਲੱਗ ਜਾਂਦਾ। ਛੋਟੀ ਜਿਹੀ ਉਦਾਹਰਨ ਇੱਕ ਕੀ ਹੋਇਆ, ਫਰੀਦਕੋਟ ਜ਼ਿਲ੍ਹੇ ਦਾ ਕੇਸ,
ਘਰ ਦੇ ਵਿੱਚ ਮੁੰਡਾ ਵਿਆਹਿਆ, ਬੜੀਆਂ ਖੁਸ਼ੀਆਂ ਚਾਹ, ਡੇਢ ਮਹੀਨਾ ਬੜਾ ਖੁਸ਼ੀਆਂ ਭਰਿਆ ਮਾਹੌਲ ਲੱਗਿਆ। ਡੇਢ ਮਹੀਨੇ ਬਾਅਦ ਕੀ ਹੁੰਦਾ ਵੀ ਉਹ ਨੂੰਹ ਰਾਣੀ ਜਦੋਂ ਢੇਰ ਦੇ ਉੱਤੇ ਰੂੜੀ ਦੇ ਉੱਤੇ ਗੋਹੇ ਕੂੜੇ ਦਾ ਟੋਕਰਾ ਬੱਠਾ ਲੈ ਕੇ ਸੁੱਟਣ ਜਾਂਦੀ ਆ ਤੇ ਸਣੇ ਟੋਕਰੇ ਢੇਰ ਦੇ ਉੱਪਰ ਹੀ ਡਿੱਗ ਪੈਂਦੀ। ਸਹੁਰੇ ਸਿਆਣਿਆਂ ਕੋਲੇ ਬਾਬਿਆਂ ਕੋਲੇ ਲੈ ਕੇ ਜਾਣ ਲੱਗ ਗਏ ਤੇ ਬਾਬੇ ਕਹਿੰਦਾ ਕਰਨ ਦੇਖੋ ਜੀ ਚੀਜ਼ ਇਹਨੂੰ ਕੁਆਰੀ ਹੁੰਦੀ ਨੀ ਚਿੰਬੜੀ ਦੀ ਸੀ, ਤੁਸੀਂ ਇਹ ਵਿਆਹ ਲਿਆਂਦੀ ਚੀਜ਼ ਮੰਗ ਰਹੇ ਤੁਹਾਡੇ ਆ ਗਈ। ਉਹ ਕੁੜੀ ਪੇਕੀ ਜਾਵੜਿਆ ਕਰੇ ਪੇਕਿਆਂ ਵਾਲੇ ਲੈ ਜਾ ਕਰਨ ਬਾਬਿਆਂ ਦੇ ਡੇਰਿਆਂ ਨੂੰ ਤੇ ਉਹ ਕਹਿੰਦਾ ਕਰਨ ਭਾਈ ਇਹਦੇ ਸਹੁਰੇ ਕਿਸੇ ਚੀਜ਼ ਨੂੰ ਮੰਨਦੇ ਸੀ, ਉਹਦਾ ਝੱਗਾ ਚੁੰਨੀ ਨਹੀਂ ਦਿੱਤਾ, ਘਰੇ ਵਿਆਹ ਕੀਤਾ ਸੀ, ਇਸ ਕਰਕੇ ਚੀਜ਼ ਤੁਹਾਡੀ ਕੁੜੀ ਨੂੰ ਚਿੰਬੜ ਗਈ। ਜਿਹੜੀ ਪੇਕਿਆਂ ਨੇ ਪੁੱਛ ਪਵਾ ਲਈ ਸਹੁਰਿਆਂ ਚ ਕਸੂਰ ਹੈ, ਸਹੁਰੇ ਨੇ ਪਵਾ ਲਈ ਪੇਕਿਆਂ ਚ ਕਸੂਰ ਹੈ। ਡੇਢ ਸਾਲ ਆਈ ਚੱਲਦਾ ਰਿਹਾ, ਡੇਢ ਸਾਲ ਬਾਅਦ ਉਹ ਕਿਸੇ ਨੇ ਦੱਸਤਾ ਵੀ ਤੁਸੀਂ ਤਰਕਸ਼ੀ ਸੁਸਾਇਟੀ ਵਾਲਿਆਂ ਨੂੰ ਪੁੱਛ ਲਓ ਕੀ ਇਹ ਗੱਲ ਰਾਹ ਪੈ ਗਏ। ਉਹ ਫਰੀਦਕੋਟ ਸਾਡਾ ਕੇਂਦਰ ਚੱਲਦਾ ਹਰ ਐਤਵਾਰ, ਉੱਥੇ ਆ ਗਏ ਜੀ ਸਾਡੇ ਘਰੇ ਆਏ ਹੁੰਦਾ, ਉਹ ਸਾਡੀ ਬੂਹ ਨੂੰਹ ਰਾਣੀ ਹੈ, ਉਹਨੂੰ ਧੱਕਾ ਵੱਜਦਾ ਡਿੱਗ ਪੈਂਦੀ ਆ ਉਹ ਢੇਰ ਤੇ ਸਣੇ ਟੋਕਰੇ। ਚਾਰ ਮੈਂਬਰਾਂ ਦੀ ਟੀਮ ਸਾਡੀ ਗਈ ਘਰੇ ਜਾ ਕੇ ਸਾਰੇ ਘਰ ਦੇ ਜੀਆਂ ਨੂੰ ਅੱਡ ਅੱਡ ਕਰਕੇ ਗੱਲਬਾਤ ਪੁੱਛੀ। ਅਖੀਰ ਦੇ ਵਿੱਚ ਉਹਨੂੰ ਭੈਣ ਨੂੰ ਬੁਲਾਇਆ, ਕੁੜੀ ਨੂੰ ਬੁਲਾਇਆ ਵੀ ਕੁੜੀ ਇਹ ਗੱਲ ਦੱਸ ਕੀ ਆ, ਅਸੀਂ ਨੀ ਸਮਝਦੇ ਤੈਨੂੰ ਪ੍ਰੇਤ ਧੱਕਾ ਮਾਰਦਾ, ਸਾਡੀ ਪੜ੍ਹਾਈ ਅਨੁਸਾਰ ਸਾਡੀ ਵਿਦਿਆ ਅਨੁਸਾਰ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਰੀਝਾਂ ਚਾਹ ਸਧਰਾਂ ਲੈ ਕੇ ਤੂੰ ਪੇਕਿਆਂ ਤੋਂ ਇਸ ਘਰੇ ਆਈ ਸੀ ਉਹ ਤੇਰੀਆਂ ਖਤਮ ਹੋ ਗਈਆਂ, ਟੁੱਟੀਆਂ। ਕਹਿੰਦੀ ਬਾਈ ਸਹੀ ਗੱਲ ਇਹ ਆ, ਸਾਡੇ ਬਾਈ ਪਸ਼ੂ ਆ, ਚਾਰ ਅਸੀਂ ਬੁੜੀਆਂ, ਦੋ ਮੇਰੀਆਂ ਨਣਦਾ, ਇੱਕ ਮੇਰੀ ਸੱਸ ਆ, ਸਹੁੰ ਅਜੇ ਕਦੇ ਕਿਸੇ ਨੇ ਟੋਕਰੇ ਨੂੰ ਹੱਥ ਵੀ ਲਵਾਇਆ ਹੋਵੇ, ਸੁੰਬਰਨਾ ਵੀ ਮੈਂ, ਪਾਉਣਾ ਵੀ ਮੈਂ, ਚੱਕਣਾ ਵੀ ਮੈਂ, ਸੁੱਟਣਾ ਵੀ ਮੈਂ, ਪੱਥਣਾ ਵੀ ਮੈਂ, ਮੈਨੂੰ ਪੂਰੇ 11 ਵੱਜ ਜਾਂਦੇ। ਤੇ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਨੇ ਗੋਹਾ ਕੂੜਾ ਕਰਨ ਨੂੰ ਇੱਕ ਲਾਈ ਵੀ ਸੀ, ਉਹਨਾਂ 150 ਦਿੰਦੇ ਸੀ, ਮੈਨੂੰ ਤਾਂ 150 ਵੀ ਨਹੀਂ ਦਿੰਦੇ। ਗੱਲ ਸੋਚਣ ਵਾਲੀ ਵੀ ਜੇ ਚਾਰ ਔਰਤਾਂ ਘਰ ਚ ਨੇ, ਘਰ ਦੇ ਵਿੱਚ ਕੋਈ ਸਖਤ ਕੰਮ ਆ, ਜ਼ੋਰ ਵਾਲਾ ਕੰਮ ਆ, ਉਹਨੂੰ ਵੰਡ ਕੇ ਜਾਂ ਇੱਕ ਦੂਜੇ ਦੀ ਮਦਦ ਨਾਲ ਨਹੀਂ ਕਰਨੀ ਆ ਤਾਂ ਲਾਜ਼ਮੀ ਹੈ ਜਿਹਨੂੰ ਕਰਨਾ ਪਊ ਉਹਦੇ ਮਨ ਦੇ ਉੱਤੇ ਸੱਟ ਵੱਜਣੀ ਵੱਜਣੀ। ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਇੱਕ ਸੱਭਿਆਚਾਰ ਇਹੋ ਜਿਹਾ ਮਾੜਾ ਸੱਭਿਆਚਾਰ ਵੱਧਦਾ ਤੁਰਿਆ ਜਾਂਦਾ ਕਿ ਵੀ ਜੇ ਲੜਕਾ ਵਿਆਹ ਲਿਆ, ਮੁੰਡਾ ਵਿਆਹ ਲਿਆ, ਨੂੰਹ ਰਾਣੀ ਘਰੇ ਆ ਗਈ ਤੇ ਸੋਚ ਲਿਆ ਜਾਂਦਾ ਮੁਫਤ ਦੀ ਨੌਕਰਾਣੀ ਆ ਗਈ, ਨਾ ਇਹ ਭੱਜ ਸਕੇ ਨਾ ਹਟ ਸਕੇ, ਇਸ ਗੱਲ 'ਚ ਹੀ ਰੌਲਾ। ਸੱਚਾਈ ਜਦੋਂ ਸਗੋਂ ਇਹ ਹੁੰਦਾ ਜਦੋਂ ਕੋਈ ਲੜਕੀ ਉਹਦੇ ਪੇਕਿਆਂ ਤੋਂ ਮਾਂ ਪਿਓ ਭੈਣਾਂ ਭਰਾਵਾਂ ਤੋਂ ਵਿਛੜ ਕੇ ਜੁਦਾ ਹੋ ਕੇ ਨਵੇਂ ਘਰ 'ਚ ਪੈਰ ਪਾਉਂਦੀ ਹੈ ਤੇ ਨਵੇਂ ਘਰ 'ਚ ਉਹਨੂੰ ਇੰਨਾ ਮੋਹ ਪਿਆਰ ਮਿਲੇ ਉਹਨੂੰ ਪੇਕੇ ਜਾ ਵੀ ਨਾ ਆਉਣ। ਲੜੀ ਨੂੰ ਚਲਾਉਣ ਵਾਲਾ ਘਰ ਦੇ ਵਿੱਚ ਮੁੱਖ ਬੰਦਾ ਜੇ ਉਹ ਇਸ ਗੱਲ ਦਾ ਖਿਆਲ ਰੱਖੇ ਵੀ ਘਰ 'ਚ ਖਾਣ ਪੀਣ ਨੂੰ ਸਾਰਿਆਂ ਨੂੰ ਬਰਾਬਰ ਹੈ ਭਾਈ, ਸਾਰਿਆਂ ਨੂੰ ਕੰਮ ਬਰਾਬਰ ਵੰਡਿਆ ਹੋਇਆ, ਸਾਰਿਆਂ ਨੂੰ ਪਹਿਲਾਂ ਨੂੰ ਇੱਕੋ ਜਿਹਾ ਮਿਲਦਾ, ਜੇ ਖਿਆਲ ਰੱਖੋਗੇ ਸਾਡੀ ਗਰੰਟੀ ਹੈ ਨਹੀਂ ਕਸਰ ਹੁੰਦੀ ਕਿਸੇ ਵੀ ਘਰ। ਇੱਕ ਕੇਸ ਤੋਂ ਥੋੜ੍ਹੀ ਜਿਹੀ ਗੱਲ ਨੂੰ ਆਪਾਂ ਹੋਰ ਸਮਝ ਲਈਏ, ਸਾਡੇ ਪਿੰਡ ਦਾ ਹੀ ਕੇਸ, 18-19 ਸਾਲ ਦਾ ਮੁੰਡਾ ਮੰਜੇ ਤੇ ਪੈ ਗਿਆ, ਇਹ ਕਹਿੰਦੇ ਜੁੜ ਗਿਆ ਜੀ, ਖਾਣੋ ਪੀਣੋ ਹਟ ਗਿਆ, ਬੋਲਣੋ ਹਟ ਗਿਆ, ਮਹੀਨਾ ਚ ਗਏ ਕੋਈ ਕਹਿਦਾ ਕਰੇ ਜੀ ਦੁੱਧ ਪੀ ਕੇ ਕਿੱਕਰ ਥੱਲੇ ਦੀ ਲੰਘ ਗਿਆ, ਕੋਈ ਕੁਛ ਕਹਿਦਾ ਕਰੇ, ਜੇ ਇਹੋ ਜਿਹਾ ਕੋਈ ਜਾਇਆ ਕਰਨ ਹੋਏ ਜੀ ਅਗਲਾ ਉਹਨਾਂ ਨੂੰ ਸੌਦਾ ਤੋਲਦਾ ਕਰੇ। ਉਹ ਮਹੀਨੇ ਤੋਂ ਬਾਅਦ ਆ ਕੇ ਕਹਿੰਦੇ ਮਾਸੀ ਗੱਲ ਇਹ ਆ ਵੀ ਮੁੰਡਾ ਨਾ ਬੋਲਦਾ ਨਾ ਖਾਂਦਾ ਪੀਂਦਾ, ਜਮੀ ਸੁਕਦਾ ਜਾਂਦਾ। ਮੈਂ ਕਿਹਾ ਪੁੱਛ ਲਾਂਗੇ ਕੋਈ ਨੀ, ਗਿਆ ਮੈਂ ਘਰੇ ਉਹਨਾਂ ਦੇ, ਮੈਂ ਕਿਹਾ ਵੀ ਕੀ ਗੱਲ, ਬੋਲੀ ਨਾ ਕੁਛ। ਹੌਲੀ ਹੌਲੀ ਮੈਂ ਉਹਨੂੰ ਕੋਸ਼ਿਸ਼ ਕੀਤੀ, ਮੈਂ ਕਿਹਾ ਤੂੰ ਆਪਦਾ ਦੁੱਖ ਲੈ ਕੇ ਅਸੀਂ ਮਰ ਜਾਏਗਾ ਨਾ, ਗੱਲ ਦੁੱਖ ਦੂਰ ਹੋਣਾ ਤੇ ਤੂੰ ਵੀ ਇੱਥੋਂ ਚੱਲ ਵੜੇਗਾ। ਹੌਲੀ ਹੌਲੀ ਕਹਿੰਦੇ ਦੁੱਖ ਤਾਂ ਕੋਈ ਨੀ, ਮੈਂ ਕਿਹਾ ਹੈਗਾ ਦੁੱਖ ਤੈਨੂੰ ਹੈਗਾ ਮੈਨੂੰ ਵੀ ਪਤਾ, ਪਰ ਤੇਰੇ ਮੂੰਹੋਂ ਪੁੱਛਣਾ ਮੈਂ ਤਾਂ। ਕਹਿੰਦਾ ਜੀ ਦੁੱਖ ਤਾਂ ਫਿਰੇ ਅਸੀਂ ਦੋ ਭਰਾ, ਦੂਜਾ ਕਹਿੰਦਾ ਵੱਡਾ ਤੈਨੂੰ ਦੇ ਜਵਾਕ ਆ, ਸਵੇਰੇ ਉੱਠਦਾ ਸੱਸ 'ਚ ਚਲਿਆ ਜਾਂਦਾ, ਜੱਕੜ ਮਾਰਦਾ, ਆ ਕੇ ਰੋਟੀਆਂ ਖਾਜੂ, ਦੁਪਹਿਰ ਤਾਈਂ ਤਾਸ਼ ਖੇਡਦਾ, ਆ ਕੇ ਚਾਹ ਪੀਜੂ, ਆਥਣੇ ਦਾਰੂ ਨਾ ਡੱਕ ਕੇ ਘਰੇ ਆ ਜਾਂਦਾ, ਸਾਰੇ ਟੱਬਰ ਤੇ ਖਰੀ ਕਰਦਾ। ਤੇ ਮੈਂ ਕਹਿੰਦਾ ਸਵੇਰੇ ਮੂੰਹ ਮੇਰੇ ਖੇਤ ਚਲਾ ਜਾਣਾ ਤੇ ਖੇਤੋਂ ਦਿਨ ਛਿਪੇ ਮੈਂ ਘਰੇ ਵੜਦਾ, ਕਮਾਈ ਮੈਂ ਕਰਦਾ, ਦਾਰੂ ਰਾਹੀਂ ਉਹ ਰੁੜੀ ਜਾਂਦਾ, ਹੁਣ ਮੇਰਾ ਮਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਵੀ ਕਮਾਈ ਮੈਂ ਕਰਾਂ ਤੇ ਦਾਰੂ ਰਾਹੀਂ ਉਹ ਇਹਨੂੰ ਖੇ ਖਰਾਬ ਕਰੀ ਜਾ। ਗੱਲ ਹੀ ਬੜੀ ਸਾਫ਼ ਆ ਵੀ ਇੱਕ ਬੰਦਾ ਤਾਂ ਕਮਾਈ ਕਰ ਰਿਹਾ ਤੇ ਦੂਜਾ ਦਾਰੂ ਰਾਹੀਂ ਉਹਨੂੰ ਖੇ ਖਰਾਬ ਕਰ ਰਿਹਾ। ਅੱਛਾ ਹੋਇਆ ਕੀ, ਮੈਂ ਕਿਹਾ ਵੀ ਤੂੰ ਫਿਰ ਇਹ ਘਰਦਿਆਂ ਨੂੰ ਦੱਸ ਦੇਣਾ। ਕਹਿੰਦਾ ਜੀ 20 ਵਾਰੀ ਦੱਸਿਆ, ਕਹਿ ਲਿਆ ਵੱਡਾ ਆਪੇ ਹਟਜੂ, ਕਹਿੰਦਾ ਹੁਣ 45 ਸਾਲਾਂ ਦਾ ਇੱਦੂ ਵੱਡਾ ਕਿੱਦਾਂ ਹੋਊਗਾ। ਕਹਿੰਦਾ
ਮੈਂ ਕਿਹਾ ਹੁਣ ਹੱਲ ਰਾਹ ਕੀ ਹੈ ਆਪਣਾ? ਕਹਿੰਦਾ ਜੀ ਰਾਹ ਤਾਂ ਇੱਕੋ ਹੀ ਆ ਵੀ ਜੇ ਇਹਨੇ ਇਸ ਘਰ 'ਚ ਸਾਡੇ ਨਾਲ ਰਹਿਣਾ ਤਾਂ ਮੈਂ ਇਹਨੂੰ ਦਾਰੂ ਨਹੀਂ ਪੀਣ ਦੇਣੀ, ਜੇ ਇਹਨੇ ਦਾਰੂ ਪੀਣੀ ਆਪਦਾ ਅੱਡ ਹੋ ਜਾਵੇ ਚਾਹੇ ਜ਼ਮੀਨ ਵੇਚ ਕੇ ਪੀ ਜੇ ਮੈਨੂੰ ਕੀ। ਗੱਲ ਬੜੀ ਸਾਫ਼ ਆ, ਕਹਿਣ ਦਾ ਮਤਲਬ ਮੇਰਾ ਵੀ ਜਦੋਂ ਕਿਸੇ ਨਾਲ ਮਾਨਸਿਕ ਤੌਰ 'ਤੇ ਦਿਮਾਗੀ ਤੌਰ 'ਤੇ ਕਿਸੇ ਦੇ ਸੱਟ ਵੱਜਦੀ ਆ, ਵਿਤਕਰਾ ਹੁੰਦਾ, ਤਾਂ ਫਿਰ ਉਹ ਇਹੋ ਜਿਹੀਆਂ ਘਟਨਾਵਾਂ ਕੋਈ ਵੀ ਕਰ ਸਕਦਾ। ਸੋ ਸਾਡੇ ਮਾਪਿਆਂ ਦਾ ਫਰਜ਼ ਬਣਦਾ ਕਿ ਉਹ ਆਪਦੇ ਟੱਬਰ 'ਚ ਦੇਖਣ ਕਿ ਸਭ ਅੱਛਾ, ਕਿਸੇ ਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ। ਇਸ ਦੇ ਨਾਲ ਹੀ ਇੱਕ ਬੇਨਤੀ ਜਿਹੜੀ ਇਹ ਕਰਦੇ ਆ ਕਿ ਤੁਹਾਨੂੰ ਲੱਗਦਾ ਕਿਸੇ ਘਰ 'ਚ, ਪਰਿਵਾਰ 'ਚ, ਪਿੰਡ 'ਚ, ਰਿਸ਼ਤੇਦਾਰੀ 'ਚ ਇਹੋ ਜਿਹੀ ਗੱਲ ਹੁੰਦੀ ਆ, ਉੱਥੇ ਘੋਲ ਨਾ ਕਰੋ, ਕਿਉਂਕਿ ਉਹ ਪਰਿਵਾਰ ਉਹ ਨਹੀਂ ਜਾਂਦਾ ਬਾਬਿਆਂ ਦੇ ਚੱਕਰ 'ਤੇ, ਬਾਬੇ ਫਿਰ ਉਲਝਾ ਦਿੰਦੇ, ਤੇ ਉਸ ਉਲਝਾਏ ਵਿੱਚ ਚੱਕਰ 'ਚੋਂ ਉਹ ਪਤਾ ਕੀ ਕਹਿਣਗੇ, ਇਹ ਜੀ ਤੁਹਾਨੂੰ ਤਾਂ ਕੁਛ ਕਰਾਇਆ, ਤੁਹਾਡੇ ਪਤਾਸੇ ਆਏ ਸੀ, ਤੁਹਾਡੇ ਲੱਡੂ ਆਏ ਸੀ, ਅਸੀਂ ਫੱਟ ਫੁੱਟ ਲੈਣੇ, ਉਹ ਸਾਡੀ ਅੰਬੋ ਨਾ ਪਤਾਸਿਆਂ ਦੀ ਕੌਲੀ ਦੇ ਗਈ, ਉਹ ਸਾਡਾ ਚੰਗਾ ਨਹੀਂ ਸੋਚਦੀ, ਉਹਨੇ ਕਰਾਤਾ ਸਾਡੇ ਘਰ ਨੂੰ ਕੁਛ। ਜਾਣੀ ਅਸੀਂ ਪੀੜ੍ਹੀਆਂ ਤੋਂ, ਸਦੀਆਂ ਤੋਂ ਤੁਰਿਆ ਆਉਂਦਾ ਮੋਹ ਪਿਆਰ ਸੜੇ ਦੇ ਸਾਹਿਬ ਦੇ ਮਗਰ ਲਾ ਕੇ, ਜਿਹੜਾ ਛੇ ਛੇ ਮਹੀਨੇ ਨਹਾਉਂਦਾ ਨਹੀਂ ਸਿਰ 'ਤੇ ਜੱਟਾਂ ਆ ਜਾਂਦੀਆਂ, ਅਸੀਂ ਇੰਨੀ ਚੇਤੀ ਤੋੜ ਦਿੰਦੇ ਹਾਂ ਵੀ ਇਹਨੇ ਬਾਬਾ ਜੀ ਦੇਖੋ ਕਿੰਨੇ ਜਾਣੀ ਜਾਣ, ਇਹਨੇ ਤਾਂ ਦੱਸਤਾ ਵੀ ਤੁਹਾਡੇ ਪਤਾਸੇ ਆਏ। ਉਹ ਬਾਬਾ ਜੀ ਜਾਣੀ ਜਾਣ ਨਹੀਂ, ਬੜੇ ਚਲਾਕ ਲੋਕ ਆ ਜਿਨ੍ਹਾਂ ਨੇ ਤੁਹਾਡੇ ਖੂਨ ਪਸੀਨੇ ਦੀ ਕਮਾਈ ਵਿਹਲਾਂ ਵੇ ਕੇ ਖਾਣੀ ਹੈ, ਉਹਨਾਂ ਨੂੰ ਪਤਾ ਸਾਡੇ ਪਿੰਡਾਂ ਦਾ, ਸਾਡੇ ਪੰਜਾਬੀਆਂ ਦਾ ਇੱਕ ਸੱਭਿਆਚਾਰ ਆ। ਸਾਡੇ ਘਰ 'ਚ ਕੋਈ ਸਮਾਗਮ ਹੋਵੇ, ਅਸੀਂ ਆਪਦੀ ਰਿਸ਼ਤੇਦਾਰੀ 'ਚ ਵਿਆਹ ਸ਼ਾਦੀ ਮੰਗਣੇ ਕਿਸੇ ਭੋਗ 'ਤੇ ਜਾ ਕੇ ਆਈਏ, ਜਿਹੜੀ ਦੋ ਚਾਰ ਸੇਰ ਮਠਿਆਈ ਭਾਜੀ ਸਾਨੂੰ ਮਿਲਦੀ ਆ, ਅਸੀਂ ਕੌਲੀ ਕੌਲੀ ਗਲੀ ਗੁਆਂਢ 'ਚ ਸ਼ਰੀਕੇ ਵਾਲੇ ਘਰਾਂ 'ਚ ਦਿੰਦੇ ਹਾਂ, ਬਾਬਾ ਜੀ ਜਾਣੀ ਜਾਣ ਨਹੀਂ, ਉਹਨਾਂ ਨੂੰ ਸਾਡੇ ਮੋਹ ਪਿਆਰ ਦਾ ਪਤਾ। ਅਗਲੀ ਗੱਲ ਜਿਹਦੇ ਪਿੱਛੇ ਹੋਰ ਤੁਸੀਂ ਬਹੁਤ ਉਲਝਦੇ ਹੋ, ਕੋਈ ਕਿਸੇ ਬਾਬੇ ਮਗਰ ਤੁਰਿਆ ਫਿਰਦਾ, ਕੋਈ ਕਿਸੇ ਬਾਬੇ ਮਗਰ ਤੁਰਿਆ ਫਿਰਦਾ, ਇੱਕ ਦਿਨ ਫੜਦੇ ਹੋ ਦੂਜੇ ਦੇ ਲੱਗ ਜਾਂਦੇ। ਸਾਡਾ ਚੈਲੰਜ ਆ, ਇੱਕ ਲੱਖ ਰੁਪਏ ਦਾ ਅਸੀਂ ਖੁੱਲ੍ਹਾ ਨਾਮ ਐਵੇਂ ਨਹੀਂ ਰੱਖਿਆ, ਸਾਨੂੰ ਪਤਾ ਇਹਨਾਂ ਠੱਗਾਂ ਕੋਲੇ ਕੱਖ ਨਹੀਂ ਹੈ, ਤੇ ਤੁਸੀਂ ਦਿਨੋ ਦਿਨ ਕਦੇ ਇੱਕ ਬਾਬੇ ਦੇ ਬਦਲ ਕੇ ਭਨੇਰਾ ਵਾਲੇ ਦੇ, ਭਨੇਰਾ ਵਾਲੇ ਦੇ, ਚੱਕ ਪੱਖੀਆਂ ਵਾਲੇ ਦੇ, ਚੱਕ ਪੱਖੀਆਂ ਵਾਲੇ ਦੇ, ਕਿਸੇ ਗੜ ਸ਼ੰਕਰ ਵਾਲੇ ਦੇ, ਗੜ ਸ਼ੰਕਰ ਵਾਲੇ ਦੇ, ਭੈਣੀ ਵਾਲੇ ਦੇ, ਬੜੇ ਬਾਬੇ ਇੱਥੇ ਹੈਗੇ ਆ, ਤੇ ਤੁਸੀਂ ਸੋਚਦੇ ਕੀ ਹੋ ਵੀ ਚੱਲ ਇੱਕ ਬਾਬੇ ਤੋਂ ਜੇ ਫਾਇਦਾ ਨਹੀਂ ਨਾ ਹੋਇਆ ਤੇ ਦੂਜੇ ਬਾਬੇ ਕੋਲੇ ਜਾਵੜਾਂ। ਤੇ ਜੇ ਬਾਬਿਆਂ ਦੀ ਤੁਹਾਨੂੰ ਮੈਂ ਦੋ ਕੁ ਕਹਾਣੀਆਂ ਛੋਟੀਆਂ ਜਿਹੀਆਂ ਸੁਣਾ ਦਾਂ, ਜਿਹੜੇ ਅਖਬਾਰ ਪੜ੍ਹਦੇ ਹੋਣੇ ਆ, ਸੰਗਰੂਰ ਜ਼ਿਲ੍ਹੇ 'ਚ ਖੋਖਰ ਪਿੰਡ ਆ, ਥੋੜੇ ਦਿਨਾਂ ਦੀ ਘਟਨਾ, ਬਾਬਾ ਹੁਣ ਜੇਲ੍ਹ 'ਚ ਆ, ਉਹ ਤਿੰਨ ਘਰਾਂ ਦੀ, ਤਿੰਨ ਭਰਾਵਾਂ ਦੀ ਜ਼ਮੀਨ ਹੜੱਪਣ ਖਾਤਰ ਉਹਨਾਂ ਦੇ ਖੇਤ 'ਚ ਆ ਕੇ ਮਿੱਟੀ ਬਣਾ ਕੇ ਉੱਥੇ ਬਹਿ ਗਿਆ। ਹੌਲੀ ਹੌਲੀ ਉਹਨਾਂ ਦੇ ਮਨ 'ਤੇ ਇਹੋ ਜਿਹਾ ਡਰ ਪਾਇਆ ਵੀ ਮੈਂ ਬਾਬਾ ਜੀ ਜਿਵੇਂ ਮੈਂ ਕਹੂੰ ਤੁਸੀਂ ਉਵੇਂ ਹੀ ਕਰਨਾ, ਤੇ ਥੋੜੇ ਦਿਨਾਂ ਬਾਅਦ ਹੌਲੀ ਹੌਲੀ ਉਹਨਾਂ ਨੂੰ ਦੇਗ ਦੇ ਵਿੱਚ ਨਸ਼ਾ ਦੇਣ ਲੱਗ ਗਿਆ, ਤੇ ਨਸ਼ੇ 'ਚ ਤਿੰਨੇ ਘਰ ਅੱਧ ਕਮਰੇ 'ਚ ਹੋਏ ਫਿਰਦੇ ਰਹੇ। ਤੇ ਅਖੀਰ ਨੂੰ ਜਦੋਂ ਉਹਨੂੰ ਲੱਗਿਆ ਵੀ ਹੁਣ ਗੱਲ ਲੋਟ ਹੈ, ਵਾਢਾ ਭਰ ਲਿਆ, ਕੱਲੇ ਕੱਲੇ ਨੂੰ ਵੀ ਕੱਲੇ ਕੱਲੇ ਨੂੰ ਮਾਰੀ ਚੱਲੋ ਹੁਣ ਇਹਨਾਂ ਨੂੰ, ਦੋ ਮਾਰਤੇ, ਦੋ ਮਾਰੇ। ਜਦੋਂ ਕਮਾਈ ਸੀ ਬਜ਼ੁਰਗ ਔਰਤੋਂ ਕਹਿੰਦੀ ਸਾਡਾ ਜਿਹੜਾ ਵੱਡਾ ਬਾਬਾ ਸੀ ਜਿਹਨੂੰ ਅਸੀਂ ਮੰਨਦੇ ਸੀ ਉਹ ਤਾਂ ਇੰਨਾ ਮਾੜਾ ਹੈ ਨਹੀਂ ਸੀ, ਉਹ ਬਾਬੇ ਨੂੰ ਲੱਗਿਆ ਪਤਾ ਵੀ ਮਾਈ ਗੱਲ ਜਾਣਗੀ, ਹੁਣ ਮੇਰਾ ਪਰਦਾ ਖੁੱਲ੍ਹਣ ਵਾਲਾ। ਕਹਿੰਦਾ ਮਾਈ ਨੂੰ ਸਮੁੰਦਰ ਦੀ ਰਾਣੀ ਬਣਾ ਦਿਓ, ਗੱਲ ਕੀ ਜਿਹਨੂੰ ਪਾਣੀ 'ਚ ਸੁੱਟ ਦਿਓ, ਆ ਵੱਡੀ ਜਿਹੜੀ ਭਾਖੜਾ ਨਹਿਰ ਜਾਂਦੀ ਹੈ ਨਾ ਸਰਹੰਦ ਵਾਲੀ, ਉਹਦੇ 'ਚ ਚਲਾ ਕੇ ਸੁੱਟਤੀ ਤੇ ਉਹ ਵੀ ਮਰ ਗਈ। ਉਸ ਬਾਬੇ ਨੇ ਲਗਾਤਾਰ 6-7 ਦਿਨ ਇਹੋ ਜਿਹੀਆਂ ਹਰਕਤਾਂ ਕੀਤੀਆਂ, ਸਾਰੇ ਪਰਿਵਾਰ ਦੀਆਂ ਔਰਤਾਂ ਸੀ ਜਿੰਨੀਆਂ ਸਾਰਿਆਂ ਦੀਆਂ ਗੁੱਤਾਂ ਮੁੰਨਤੀਆਂ, ਸਾਰਿਆਂ ਨੂੰ ਇੱਕ ਪਾਸੇ ਉਹਨਾਂ ਦੇ ਕੱਪੜੇ ਲਾ ਕੇ ਉਹਨਾਂ ਵੀਡੀਓ ਬਣਾਉਂਦਾ ਰਿਹਾ, ਉਹ ਸਾਰਾ ਰਿਕਾਰਡ ਇਸ ਵੇਲੇ ਥਾਣੇ 'ਚ ਪਿਆ। ਕਹਿਣ ਦਾ ਮਤਲਬ ਇਹੋ ਜਿਹੀਆਂ ਕਰਤੂਤਾਂ ਕਰਦਾ ਰਿਹਾ, ਅਖੀਰ ਨੂੰ ਭਾਂਡਾ ਫੁੱਟ ਗਿਆ, 3-4 ਕਤਲਾਂ ਤੋਂ ਬਾਅਦ ਹੁਣ ਥਾਣੇ 'ਚ। ਜਿਹੜੇ ਤੁਹਾਡੇ ਜੋ ਅਖਬਾਰ ਪੜ੍ਹਦੇ ਆ ਉਹਨਾਂ ਨੇ ਸੁਣਿਆ ਇੱਕ ਬਾਬਾ ਬੇਅੰਤ ਸਿੰਘ ਬੇਰ ਕਲਾਂ ਵਾਲਾ ਲੁਧਿਆਣੇ ਜ਼ਿਲ੍ਹੇ 'ਚ, ਬੜਾ ਵੱਡਾ ਬਾਬਾ, ਚਿੱਟਾ ਚੋਗਾ ਪਾ ਕੇ ਤੇ ਕੌਲੀਆਂ ਐਨਕਾਂ ਲਾ ਕੇ ਰੱਖਦਾ, ਪ੍ਰਚਾਰ ਕਰਦਾ ਪਿੰਡਾਂ 'ਚ ਜਾ ਕੇ, ਕਥਾ ਕਰਦਾ ਲੋਕਾਂ ਦੇ ਘਰਾਂ ਦੇ ਕਲੇਸ਼ ਦੂਰ ਕਰਨ ਦੀ ਗਰੰਟੀ ਕਰਦਾ, ਲੋਕਾਂ ਨੂੰ ਪੁੱਤ ਬਖਸ਼ਦਾ, ਪਰ ਆਪ ਕੀ ਕੀਤਾ? ਆਪਦੇ ਘਰ ਵਾਲੀ ਨੂੰ ਰਾੜਾ ਸਾਹਿਬ ਵਾਲੀ ਵੱਡੀ ਨਹਿਰ 'ਚ ਧੱਕਾ ਇਸ ਕਰਕੇ ਦੇ ਤਾ, ਕਹਿੰਦੇ ਨੇ 4 ਕੁੜੀਆਂ ਜੰਮੀਆਂ ਮੁੰਡਾ ਨਹੀਂ ਜੰਮਿਆ ਨੇ। ਜੇ ਤੁਹਾਡੇ ਜੋ ਅਖਬਾਰ ਕਿਸੇ ਨੇ ਪੜ੍ਹਿਆ ਹੋਊਗਾ, ਤੁਸੀਂ ਪੜ੍ਹੀ ਹੋਣੀ ਮਾਨਸਾ ਜ਼ਿਲ੍ਹੇ ਦੀ ਖਬਰ, ਜੋਗੇ ਕੋਲ ਭੈਣੀ ਵੱਜਦੀ ਹੈ ਠੱਗਾਂ ਵਾਲੀ, ਉੱਥੇ ਇੱਕ ਬਾਬਾ ਜੀ ਪ੍ਰਗਟ ਹੋਵੇ, ਕਹਿੰਦੇ ਅਸੀਂ ਜਾਣੀ ਜਾਣ ਕਰਾਮਾਤੀ, ਸਾਡੇ 'ਚ ਦੇਵੀ ਮਾਤਾ ਆਉਂਦੀ ਆ, ਫਿਰ ਸਿਰ ਦਾ ਜੂੜਾ ਖੁੱਲ੍ਹਦਾ, ਗੁੱਤਾਂ ਹੋ ਜਾਂਦੀਆਂ, ਹੱਥਾਂ 'ਤੇ ਮਹਿੰਦੀ ਲੱਗ ਜਾਂਦੀ ਹੈ, ਬਾਹਾਂ 'ਚ ਚੂੜੀਆਂ ਪੈ ਜਾਂਦੀਆਂ, ਮੂੰਹ 'ਤੇ ਲਿਪਸਟਿਕ ਲੱਗ ਜਾਂਦੀ ਹੈ, ਉਹ ਲੋਕ ਹੈਰਾਨ, ਕਹਿੰਦੇ ਸਾਡੇ ਤਾਂ ਹੱਟੀ ਤੋਂ ਲਿਆਉਂਦੀ ਵੀ ਮਹਿੰਦੀ ਨਹੀਂ ਚੜ੍ਹਦੀ, ਵੀ ਆਪੇ ਕਿਵੇਂ ਲੱਗ ਜਾਂਦੀ ਹੈ ਵੀ।
ਲੋਕ ਰੌਲਾ ਜਿਹਾ ਪੈ ਗਿਆ, ਚੈਲੰਜ ਹੋ ਗਿਆ, ਸ਼ਰਤ ਲਾ ਗਈ, ਕਹਿੰਦੇ ਨੇ ਵੀ ਕਰ ਦੇਵੀ ਪ੍ਰਗਟ। ਉਹੀ ਬਾਬਾ ਜੀ ਜਿਹੜਾ ਕਦੇ ਕਿਸੇ ਪਿੰਡ ਜਾ ਕੇ ਦੇਵੀ ਪ੍ਰਗਟ ਕਰਕੇ ਚੜਾਵਾ ਇਕੱਠਾ ਕਰਕੇ ਘਰ ਨੂੰ ਆ ਜਾਂਦੇ ਸੀ, ਕਦੇ ਕਿਸੇ ਪਿੰਡ, ਕਹਿੰਦਾ ਮੇਰੀ ਦੇਵੀ ਹੁਣ ਸਾਂਝੇ ਥਾਂ ਪ੍ਰਗਟ ਹੋਣੋ ਹਟ ਗਈ, ਅੰਦਰ ਚਰਾਗਾਂ ਤੇ ਹੋਊ। ਵਿੱਚ ਸਾਡੀ ਸੁਸਾਇਟੀ ਵਾਲੇ ਬੰਦੇ ਵੀ ਰਲ ਕੇ ਕਹਿੰਦੇ ਹੋਏ ਨੇ ਕੋਈ ਦਾਰੂ ਪਿਆਲਾ ਪਿਆ ਕੇ ਚਾਰ ਬੰਦੇ ਰੱਖੇ ਹੋਣਗੇ, ਐਵੇਂ ਨਾ ਇਹਦੇ ਅੰਦਰ ਵੜਿਓ, ਆਪਾਂ ਪੁਲਿਸ ਨੂੰ ਤਲਾਹ ਦੇ ਦਈਏ। ਪਹਿਲਾਂ ਕੱਟੂ ਪੁਲਿਸ ਚੌਂਕੀ ਇੰਸਪੈਕਟਰ ਨੂੰ ਤਲਾਹ ਦਿੱਤੀ ਵੀ ਜੀ ਇਹ ਬੰਦਾ ਇਹੋ ਜਿਹੀ ਮਾਰ ਕੁੱਟ ਜਾਂ ਕੋਈ ਇਹੋ ਜਿਹੀ ਖਰਾਬੀ ਕਰ ਸਕਦਾ, ਸਾਡੇ ਨਾਲ ਚੱਲੋ। ਉਹ ਕਹਿੰਦਾ ਵੀ ਦੇਵੀ ਪ੍ਰਗਟ ਹੁੰਦੀ ਤਾਂ ਮੈਂ ਵੀ ਦੇਖਣੀ ਹੈ ਇੰਸਪੈਕਟਰ, ਕਹਿੰਦਾ ਚਲੋ ਜੀ ਚਲੇ ਗਏ। ਕਹਿੰਦਾ ਜੀ ਉਹ ਅਗਲੀ ਸਭਾ ਚ ਚਿਰਾਗ ਲਾਏ ਦੇ ਉੱਥੇ ਹੋ। ਅਸੀਂ ਉਹਨੂੰ ਇੰਸਪੈਕਟਰ ਨੂੰ ਆਖਿਆ ਜੀ ਇੱਥੇ ਤਲਾਸ਼ੀ ਲੈ ਲਓ, ਆਪੀ ਪਤਾ ਲੱਗ ਜੂ ਵੀ ਦੇਵੀ ਕਿਵੇਂ ਪ੍ਰਗਟ ਹੁੰਦੀ ਹੈ। ਜਦੋਂ ਉਹਦੇ ਕੱਪੜੇ ਲਾਏ ਤਲਾਸ਼ੀ ਲਈ ਆ, ਨੀਚਰ ਦੇ ਅੰਦਰਲੇ ਪਾਸੇ ਜੇਬ ਲਾ ਕੇ, ਵੰਗਾਂ ਚੂੜੀਆਂ ਨੌ ਪਾਲਸ਼ ਲਾਲ ਸ਼ਾਹੀ ਦੀਆਂ ਟਿੱਕੀਆਂ ਜੇਬ ਚ ਪਾਈਆਂ, ਜਾਣੀ ਕਿ ਥੁੱਕ ਨਾਲ ਕੀਤੀਆਂ ਗਿੱਲੀਆਂ ਉਂਗਲਾਂ ਘਸਾਲੀਆਂ ਬੁੱਲਾਂ ਤੇ ਘਸਾਲੀਆਂ ਹੱਥਾਂ ਤੇ। ਲੋਕ ਨਾ ਦੇਖਦੇ ਵੀ ਰੰਗ ਮਹਿੰਦੀ ਦਾ ਤੇ ਲਾਲ ਸ਼ਾਹੀ ਦੀ ਟਿੱਕੀ ਦਾ। ਚੰਗੀ ਗਿੱਦੜ ਕੁੱਟ ਪਿੰਡ ਵਾਲਿਆਂ ਨੇ ਕੁੱਟਿਆ, ਫਿਰ ਥਾਣੇ ਦੇ ਤਾਂ ਚੰਗਾ ਜਾਣੀ ਕੁਟਾਪਾ ਚੜਿਆ। ਕਹਿਣ ਦਾ ਮਤਲਬ ਸਿਰਫ ਤੁਹਾਡੇ ਸਿਆਣੇ ਹੋਣ ਦੀ ਘੋਲ ਹੈ। ਜਿਹੜੇ ਅਖਬਾਰ ਪੜ੍ਹਦੇ ਉਹਨਾਂ ਨੇ ਸੁਣਿਆ ਹੋਣਾ ਫਰੀਦਕੋਟ ਜ਼ਿਲ੍ਹੇ ਦੇ ਕਿੰਗਰਾ ਪਿੰਡ ਦੀ ਘਟਨਾ ਵਾਪਰੀ। ਕਹਿੰਦਾ ਮੈਂ ਮੱਕੇ ਮਦੀਨੇ ਆਇਆ, ਬਾਬਾ ਜੀ ਬੋਲਦੇ ਆ, ਕਹਿੰਦੇ ਦੱਸ ਭਾਈ, ਕਹਿੰਦਾ ਮੇਰੇ ਕੋਲ ਇੱਟ ਪਾਣੀ ਚ ਤਰਦੀ ਹੈ। ਉਹ ਲੋਕ ਕਹਿੰਦੇ ਸਾਡੇ ਪਠੇੜੀ ਦਾ ਡੁੱਬ ਜਾਂਦੀ, ਉਹ ਇਹਦੀ ਕਹੇਗੀ ਇੱਟ ਤਰਦੀ ਹੈ। ਪੰਜ ਪੰਜ ਹਜ਼ਾਰ ਦੀ ਸ਼ਰਤ ਲਾ ਗਈ। ਉਹ ਵਿੱਚ ਲੋਕ ਹੋਰ ਸਿਆਣੇ ਜੋ ਕਹਿੰਦੇ ਇਹਨੇ ਆਪਦੀ ਇੱਟ ਨੂੰ ਕੁਛ ਕਰਿਆ ਹੋਇਆ ਹੋਊਗਾ, ਆਪਾਂ ਇਹ ਤੋਂ ਇਲਮ ਆਪਦੇ ਭੱਠੇ ਵਾਲੀ ਇੱਟ ਤੇ ਲਵਾਓ। ਆਪਦੇ ਭੱਠੇ ਦੀ ਇੱਟ ਲਿਆਂਦੀ, ਬਾਬਾ ਜੀ ਨੂੰ ਕਹਿਣਾ ਵੀ ਸਾਡੇ ਭੱਠੇ ਵਾਲੀ ਤੇ ਇਲਮ ਲਾ ਤੇ ਤਰਦਾ ਕਰ। ਬਾਬਾ ਕਹੇ ਮੈਂ ਤਾਂ ਆਪਦੇ ਝੋਲੇ ਵਾਲੀ ਇੱਟ ਤਰਦੀ ਕਰੂੰ। ਲੋਕ ਇਕੱਠੇ ਬਾਹਲੇ ਹੋ ਗਏ, ਬਾਬਾ ਇਕੱਲਾ ਸੀ, ਬਾਬੇ ਵਾਲੀ ਇੱਟ ਖੋਲੀ, ਅੰਦਰੋਂ ਪਾਣੀ ਦੀ ਲਿਆਂਦੀ ਬਾਲਟੀ, ਬਾਲਟੀ ਜਦੋਂ ਬਾਬੇ ਵਾਲੀ ਇੱਟ ਛੱਡੀ ਉਹ ਸੱਚੀ ਨੀ ਤਰਦੀ, ਫਿਰੇ ਮੱਥਾ ਨੀ ਦੇਖਿਆ ਇੱਟ ਨੂੰ, ਨਾ ਬਾਬੇ ਨੂੰ, ਨਾ ਬਾਲਟੀ ਨੂੰ। ਉਹ ਬਾਲਟੀ ਚੋਂ ਕੱਢ ਕੇ ਇੱਟ ਥੱਲੇ ਰੱਖ ਲਈ, ਉੱਤੇ ਆਪਦੇ ਭੱਠੇ ਵਾਲੀ ਇੱਟ ਜਦੋਂ ਮਾਰੀ, ਚੱਕ ਕੇ ਦੇਖਿਓ ਵਿਚਾਰੇ ਖੋਖਲੀ ਪੋਲ ਰੱਖੀ ਹੋਈ ਸੀ ਤਰਦੀ ਰੱਖਣ ਵਾਸਤੇ, ਚੰਗਾ ਕਟਾਪਾ ਹੋਇਆ। ਕਹਿਣ ਦਾ ਮਤਲਬ ਕੀ ਹੈ, ਜਿੰਨਾ ਚਿਰ ਤੁਸੀਂ ਸਿਆਣੇ ਨਹੀਂ ਹੁੰਦੇ, ਇਹ ਵੀ ਸੋਚ ਲਓ ਵੀ ਤਰਕਸ਼ੀਲ ਸੁਸਾਇਟੀ ਆ ਗਈ, ਕਿੰਨਾ ਪ੍ਰਚਾਰ ਕਰਦੀ ਆ, ਹੁਣ ਤਾਂ ਸਾਧ ਸਿਆਉਂਦ ਭੱਜ ਜਾਣਗੇ, ਭੂਤਾਂ ਪ੍ਰੇਤਾਂ ਨਹੀਂ ਰਹਿਣੀਆਂ ਨਾ, ਅਸੀਂ ਤਾਂ ਬਾਹਲੇ ਥੋੜੇ। ਜਿੰਨਾ ਚਿਰ ਤੁਸੀਂ ਖੁਦ ਆਪਦੇ ਪੈਰਾਂ ਤੇ ਆਪ ਖੜੇ ਨਹੀਂ ਹੁੰਦੇ, ਕੁਛ ਵੀ ਇੱਥੇ ਚੰਗਾ ਨਹੀਂ ਹੋਣਾ, ਤੁਹਾਨੂੰ ਸਿਆਣੇ ਹੋਣਾ ਪੈ। ਤੇ ਫਿਰ ਕਈਆਂ ਦੇ ਮਨ ਚ ਇਹ ਹੁੰਦਾ ਵੀ ਆਪਾਂ ਤਾਂ ਹੁਣ ਵੱਡੇ ਬਾਬੇ ਦਾ ਪ੍ਰਸ਼ਾਦ ਸੁੱਖ ਲਿਆ, ਆਪਾਂ ਤਾਂ ਹੁਣ ਉਹ ਫਲਾਣੇ ਦੇ 1100 ਰੁਪਏ ਦੀ ਕੜਾਹੀ ਸੁੱਖ ਲਈ, ਹੁਣ ਤਾਂ ਆਪਣੇ ਘਰੇ ਸੂਤ ਹੋ ਜੂ। ਕੁਛ ਵੀ ਸੂਤ ਹੋਣਾ ਜਿਹੜਾ ਤੁਹਾਡੇ ਕੋਲ ਸੁੱਖ ਸੁੱਖੀ ਦਾ 1100 ਗਿਆ ਗਿਆ। ਜਿਸ ਨੂੰ ਬਾਬਿਆਂ ਦੀ ਕਰਾਮਾਤ ਦੀ ਥੋੜੀ ਜਿਹੀ ਗੱਲ ਤਾਹਾਂ ਨੂੰ ਲੈ ਚੱਲੀਏ, ਤਾਂਤਰਿਕ ਚੰਦਰਾ ਸਵਾਮੀ ਜਿਹੜੇ ਥੋੜੇ ਜਿਹੇ ਪੜ੍ਹੇ ਲਿਖਿਆ, ਜਾਣਦੇ ਆ ਕਿ 200 ਦਿਨ ਜੇਲ੍ਹ 'ਚ ਰਿਹਾ, ਉਹਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਮੈਂ ਜੇਲ੍ਹ 'ਚ ਜਾਣ ਵਾਲਾ। ਆਪ ਨੂੰ ਵੀ ਦੁਨੀਆਂ ਦਾ ਇੱਕ ਨੰਬਰ ਦਾ ਵੱਡਾ ਸਾਧ ਆ ਉਹ, ਉਹਨੂੰ ਇਹ ਪਤਾ ਹੀ ਨਹੀਂ ਲੱਗਾ ਮੇਰੇ 'ਤੇ ਕੇਸ ਬਣਨ ਵਾਲਾ, ਮੈਂ ਅੰਦਰ ਹੋ ਜੂ, ਮੇਰੀ ਜ਼ਮਾਨਤ ਨਹੀਂ ਹੋਣੀ। ਅਤੇ ਇਹੀ ਤਾਂਤਰਿਕ ਚੰਦਰਾ ਸਵਾਮੀ ਇੰਦਰਾ ਗਾਂਧੀ ਦਾ ਨਿੱਜੀ ਸਲਾਹਕਾਰ ਸੀ। ਇਸ ਤਾਂਤਰਿਕ ਦੀ, ਚੰਦਰਾ ਸਵਾਮੀ ਦੀ ਕਾਰ ਬਿਨਾਂ ਚੈੱਕ ਹੋਇਆ ਇੰਦਰਾ ਗਾਂਧੀ ਦੀ ਕੋਠੀ ਤੱਕ ਜਾ ਸਕਦੀ ਸੀ, ਜਿੱਥੇ ਚਿੜੀ ਨੂੰ ਵੀ ਵੜਨ ਦਾ ਹੁਕਮ ਨਹੀਂ। ਜਾਣੀ ਇਹ ਬਾਬਾ ਪ੍ਰਧਾਨ ਮੰਤਰੀ ਦਾ ਏਡਾ ਵੱਡਾ ਸਲਾਹਕਾਰ ਸੀ, ਤੇ ਇਹ ਇੰਦਰਾ ਗਾਂਧੀ ਨੂੰ ਦੱਸ ਨਹੀਂ ਸਕਿਆ ਵੀ ਅੱਗੇ ਇੱਧਰਲੇ ਬਾਹਰ ਨਾ ਨਿਕਲੀ, ਗੋਲੀਆਂ ਵੱਜਣਗੇ ਥੱਲੇ ਨੂੰ ਆ ਜਾਓ। ਰਾਜੀਵ ਗਾਂਧੀ ਉਸੇ ਪਰਿਵਾਰ ਦਾ ਇਹ ਸਲਾਹਕਾਰ ਆ, ਤਾਂਤਰਿਕ ਚੰਦਰਾ ਸਵਾਮੀ ਦੀ ਗੱਲ ਉਹਨੂੰ ਦੱਸ ਨਹੀਂ ਸਕਿਆ ਵੀ ਦੱਖਣ 'ਚ ਨਾ ਜਾਈ, ਬੰਬ ਧਮਾਕਾ ਹੋਊ, ਅੰਗ ਪੈਰ ਖਿੰਡ ਜਾਣਗੇ। ਤੇ ਜੇ ਐਡੇ ਐਡੇ ਲੀਡਰਾਂ ਨੂੰ ਜਿਨ੍ਹਾਂ ਕੋਲ ਸਾਰਾ ਕੁਛ ਹੈ, ਤੇ ਵੱਡੇ ਤੋਂ ਵੱਡਾ ਬਾਬਾ ਉਹਨਾਂ ਦੇ ਘਰੇ ਆਉਂਦਾ, ਜੇ ਭਲਾ ਉਹ ਨਹੀਂ ਬਚਾ ਸਕਿਆ, ਤੁਹਾਨੂੰ 5 ਰੁਪਈਆਂ ਦੀ ਸੁੱਖ ਕਿਵੇਂ ਬਚਾ ਦੂ ਬਈ। ਹੁਣ ਜਿਹੜਾ ਬੰਦਾ ਘਰ ਦੀ ਕਮੀਨਦਾਰੀ ਤੋਂ ਡਰਦਾ ਮਾਰਾ, ਇੱਥੇ ਕੜਕਵੀਆਂ ਧੁੱਪਾਂ ਸਿਆਲਾਂ ਦੀਆਂ ਠੰਡ ਤੋਂ ਡਰਦਾ ਮਾਰਾ ਸਾਧ ਹੋ ਗਿਆ, ਆਪਦੀ ਕਮੀਨਦਾਰੀ ਤਾਂ ਉਹ ਚੱਲੀ ਨੂੰ ਥੋੜੀ ਕਿਵੇਂ ਸੁਧਾਰ ਦੂਏ। ਸਾਡੇ ਪਿੰਡਾਂ ਦੇ ਲੋਕੀ ਅਕਸਰ ਹੀ ਸੱਥਾਂ 'ਚ ਗੱਲਾਂ ਕਰਦੇ ਆ ਬਈ ਉਹ ਫਲਾਣਾ ਬਾਬਾ ਨਾ, ਇਹ ਬਈ 12 ਸਾਲ ਪਹਾੜਾਂ 'ਚ ਭਗਤੀ ਕਰਕੇ ਆਇਆ, ਉਹ ਜਿਹੜਾ ਫਲਾਣਾ ਬਾਬਾ ਇਹ 12 ਸਾਲ ਭੋਰੇ 'ਚ ਭਗਤੀ ਕਰਦਾ ਰਿਹਾ, ਬੜਾ ਕਰਨੀ ਵਾਲਾ, ਇਹ ਤਾਂ ਔਰਤ ਦੇ ਤੀਵੀਂ ਦੇ ਮੱਥੇ ਨਹੀਂ ਲੱਗਦਾ।
12 ਸਾਲ ਭਗਤੀ ਦਾ ਰੌਲਾ ਨੀ, ਇਹੋ ਜਿਹੇ ਜਿਹੜੇ ਮਾੜੇ ਬੰਦੇ ਹੁੰਦੇ ਆ ਜਦੋਂ ਕੋਈ ਮਾੜੀ ਕਰਤੂਤ ਪਿੰਡ ਚ ਕਰ ਦਿੰਦੇ ਆ ਤੇ ਪਿੰਡ ਦੇ ਸਿਆਣੇ ਲੋਕ ਪਿੰਡ ਦੀ ਪੰਚਾਇਤ ਇਹੋ ਜਿਹੇ ਬੰਦੇ ਨੂੰ ਪਿੰਡ ਚ ਰਹਿਣਾ ਦੁਬਰ ਕਰਦੇ ਤੇ ਭੱਜ ਜਾਂਦੇ ਫਿਰ ਭਾੜਾ ਭੂੜਾ ਨੀ ਨੂੰ ਡੇਰਿਆਂ ਨੀ, ਜਦੋਂ ਇਹ ਢੀਠ ਹੋ ਜਾਂਦੇ ਆ ਇਹਨਾਂ ਦੀ ਜ਼ਮੀਰ ਮਰ ਜਾਂਦੀ ਆ, ਜਦੋਂ ਇਹਨਾਂ ਨੂੰ ਚੰਗੀ ਮਾੜੀ ਦੀ ਗੱਲ ਨੀ ਰਹਿੰਦੀ ਪਿੰਡ ਦੇ 2-4 ਅਮਲੀ ਗੰਢ ਕੇ ਆਲੇ ਦੁਆਲੇ ਪ੍ਰਚਾਰ ਕਰ ਦਿੰਦੇ ਆ ਬਾਬਾ ਜੀ 12 ਸਾਲ ਪਹਾੜਾਂ ਚੋਂ ਭਗਤੀ ਕਰਕੇ ਆਏ ਆ ਤੇ ਫਿਰ ਲਾ ਕੇ 7 ਧੂਣੀਆਂ ਬਹਿ ਜਾਂਦੇ ਵਿਚਾਲੇ ਹਾੜ ਦੇ ਮਹੀਨੇ ਚ ਵੀ ਬਾਬਾ ਜੀ ਨੂੰ ਦੇਖੋ ਸੇਕ ਨੀ ਲੱਗਦਾ, ਉਹ ਸਾਡੇ ਸਾਰੇ ਮੈਂਬਰ ਹੀ ਬਹਿ ਜਾਂਦੇ ਉਹਨਾਂ ਧੂਣੀਆਂ ਚ ਸਾਰੇ ਬੈਠ ਕੇ ਦੇਖਿਆ ਨੀ ਲੱਗਦਾ ਸੇਕ ਸੱਚੀ ਨੀ ਲਾ, ਬਾਬਾ ਜੀ ਨੂੰ ਨੀ ਲੱਗਦਾ ਤੁਸੀਂ ਬਹਿ ਜਾਓ ਤੁਹਾਨੂੰ ਵੀ ਨੀ ਲੱਗਣਾ, ਜਾਣੀ ਇਹੋ ਜਿਹਾ ਪ੍ਰਚਾਰ ਕਰ ਦਿੰਦੇ ਕਦੋਂ ਜਦੋਂ ਇਹ ਢੀਠ ਹੋ ਕੇ ਆ ਜਾਂਦੇ ਤੇ ਸਾਡੇ ਲੋਕੀ ਇਹ ਨੀ ਸੋਚਦੇ ਵੀ ਉਹ ਫਲਾਣਾ ਦਾ ਹੈਗਾ ਇੱਥੇ ਫਲਾਣੇ ਦਾ ਮਾੜੀ ਕਰਤੂਤ ਕਰਕੇ ਗਿਆ ਸੀ ਉਹੀ ਦਾ ਹੈਗਾ ਇਹ, ਇਹ ਬਸ ਕਹਿਣ ਦਾ ਮਤਲਬ ਕਿ ਅਸੀਂ ਜਦੋਂ ਲਾਈ ਲੱਗਾ ਤੇ ਅਸੀਂ ਇਉਂ ਕਰੀ ਤੁਰੇ ਜਾਂਦੇ ਹਾਂ ਤੇ ਫਿਰ ਸਾਡੇ ਲੋਕਾਂ 'ਚ ਪਿੰਡਾਂ 'ਚ ਪ੍ਰਚਾਰ ਕੀ ਕੀਤਾ ਜਾਂਦਾ, ਬਾਬੇ ਆਉਂਦੇ ਆ ਕਥਾ ਕਰਦੇ ਆ ਪ੍ਰਵਚਨ ਸੁਣਾਉਂਦੇ ਕਿ ਹੇ ਭਾਈ ਸੰਗਤੇ ਜਿਹੜੇ ਸਵਾਸ ਆ ਨਾ ਵਿਓ ਮਾਤਾ ਨੇ ਧੁਰੋਂ ਲਿਖੇ ਆ, ਤੁਸੀਂ ਵੀ ਵੱਧ ਘੱਟ ਲੈ ਸਕਦੇ, ਜਿੱਥੇ ਮਰਨਾ ਲਿਖਿਆ ਉੱਥੇ ਹੀ ਮਰੋਗੇ, ਫਿਰ ਇਹਨਾਂ ਨੂੰ ਕੋਈ ਪੁੱਛੇ ਵੀ ਜਿਹੜੇ ਨਾਲ 8-10 ਪੱਕੀਆਂ ਰਫਲਾਲੇ ਖੜਾਏ ਹੁੰਦੇ ਉਹ ਸਵਾਸ ਵਧਾਉਣ ਵਾਸਤੇ, ਵੀ ਜਦੋਂ ਸਵਾਸ ਧੁਰੋਂ ਲਿਖਦੇ ਫਿਰ ਰਫਲਾਲੇ ਕਿਵੇਂ ਬਚਾਉਣਗੇ ਭਾਈ, ਤੁਹਾਡੇ ਵਾਸਤੇ ਉਪਦੇਸ਼ ਕੀ ਇਹ ਮੋਹ ਮਾਇਆ ਨਾਗਣੀ ਹੈ ਇਹਦਾ ਤਿਆਗ ਕਰ ਦਿਓ, ਕਿਉਂ ਜੇ ਤੁਸੀਂ ਤਿਆਗ ਕਰੋਗੇ ਫੇਰ ਹੀ ਚੜਾਵੇ ਦੇ ਰੂਪ ਚ ਬਾਬੇ ਦੇ ਡੇਰੇ ਛੱਡੋਗੇ, ਤੁਹਾਨੂੰ ਕਹਿਣਗੇ ਦਸਾਂ ਨਹਾਂ ਦੀ ਕਿਰਤ ਕਰੋ, ਇਹ ਮਾਇਆ ਦਾ ਮੋਹ ਮਾਇਆ ਦਾ ਤਿਆਗ ਕਰ ਦਿਓ, ਦੁਨਿਆਵੀ ਸੁੱਖ ਸਹੂਲਤਾਂ ਛੱਡ ਦਿਓ, ਕੋਈ ਦੱਸੋਗਾ ਕੋਈ ਬਾਬਾ ਸੀਲੋਕਾਰ ਤੋਂ ਘੱਟ ਕਦੇ ਕਿਸੇ ਪ੍ਰਵਚਨ ਚ ਪੰਡਾਲ ਚ ਪਹੁੰਚਿਆ, ਉਹ ਦੁਨਿਆਵੀ ਸੁੱਖ ਨਹੀਂ ਹੈ, ਤੁਹਾਡੇ ਵਾਸਤੇ ਉਪਦੇਸ਼ ਕੀ ਹੈ ਇਹ 84 ਲੱਖ ਜੂਨਾ ਭੋਗ ਭੋਗ ਕੇ ਬੰਦਾ ਮਸਾਂ ਮਾਨਸ ਦੇ ਹੀ ਜਾਂਦਾ, ਜਿਹਨੇ ਭਾਈ ਪਿਛਲੀ ਜੂਨ ਚ ਮਾੜੇ ਕਰਮ ਕਰੇ ਆ ਉਹ ਗਰੀਬ ਹੋ ਜਾਂਦਾ, ਜਿਹਨੇ ਚੰਗੇ ਕਰੇ ਆ ਉਹ ਅਮੀਰ ਹੋ ਜਾਂਦਾ, ਕੋਈ ਪੁੱਛੇ ਇਹਨਾਂ ਨੂੰ ਵੀ ਜੇ ਕੋਈ ਪਿਛਲੀ ਜੂਨ ਦੇ ਵਿੱਚ ਮੱਛਰ ਦੀ ਜੂਨ ਸੀਗਾ ਭਾਈ ਉਹ ਲੋਕਾਂ ਦਾ ਫੀਨ ਖੂਨ ਪੀਣ ਤੋਂ ਬਿਨਾਂ ਚੰਗਾ ਕਰਮ ਕਿਹੜਾ ਕਰਦਾ ਜਿਹੜਾ ਕਿਸੇ ਅੜਤੀ ਨੇ ਜੰਮ ਪੈਂਦਾ ਭਾਈ, ਜੇ ਕੋਈ ਪਿਛਲੇ 84 ਲੱਖ ਜੂਨਾਂ ਚ ਉਹ ਕੋਈ ਮੱਖੀ ਦੀ ਜੂਨ ਚ ਸੀ ਉਹ ਗੰਦਗੀ ਤੋਂ ਬਹਿਣ ਤੋਂ ਬਿਨਾਂ ਚੰਗਾ ਕਰਮ ਕਿਹੜਾ ਕਰਦੀ ਜਿਹਦੇ ਕਰਕੇ ਕਿਸੇ ਸਰਦਾਰ ਦੇ ਘਰੇ ਜੰਮ ਪੈਂਦੀ, ਇਹ ਸਾਰੀਆਂ ਗੱਲਾਂ ਤੁਹਾਡੇ ਵਾਸਤੇ ਆ ਤੁਹਾਨੂੰ ਲਾਡੂ ਕੱਢਣ ਵਾਸਤੇ ਆ, ਕਿਵੇਂ ਤੁਹਾਨੂੰ ਉਪਦੇਸ਼, ਉਹ ਫਲਾਣਾ ਬਾਬਾ ਦਾਰੂ ਛਡਾਉਂਦਾ, ਉਹ ਫਲਾਣਾ ਮੀਟ ਛਡਾਉਂਦਾ, ਫਲਾਣਾ ਆਂਡੇ ਛਡਾਉਂਦਾ, ਜੀਵ ਹੱਤਿਆ ਹੋ ਜਾਂਦੀ ਆ ਆਂਡੇ ਨਾਲ ਖਾਣ, ਹੱਥ ਖੜਾ ਕਰੋ ਤੁਹਾਡੇ ਚੋਂ ਕੋਈ ਜਿਹੜਾ ਸਵੇਰੇ ਆਪਦੇ ਬੱਚਿਆਂ ਨੂੰ ਆਂਡਿਆਂ ਨਾਲ ਭੁਰਜੀ ਨਾਲ ਕਹਿੰਦਾ ਲੈ ਪਰੌਂਠਾ ਖਾ ਕੇ ਸਕੂਲ ਜਾ ਕੇ ਪੜ੍ਹਿਆ ਤੇਰਾ ਦਿਮਾਗ ਤਰੋ ਤਾਜ਼ਾ ਰਹੂ, ਹੱਥ ਖੜਾ ਕਰੋ ਕੋਈ, ਆਂਡੇ ਤਾਂ ਸਾਡੇ ਛੁੱਟੇ ਪੈ ਗਏ, ਡਾਕਟਰ ਵੀ ਕਹਿੰਦੇ ਵੀ ਭਾਈ ਜਵਾਕ ਨੂੰ ਠੰਡ ਲੱਗੀ ਹੈ ਇਹਨੂੰ ਆਂਡੇ ਖੋਣੇ, ਅਸੀਂ ਤਾਂ 2 ਰੁਪਈਆਂ ਦਾ 1 ਆਂਡਾ ਲਿਆ ਕੇ ਮਸਾਂ ਜਵਾਕ ਜੋਗਾ ਨੂੰ ਦਿੰਦੇ, ਛੁੱਟੇ ਪਏ ਆਂਡੇ ਤਾਂ ਸਾਡੇ, ਹੱਥ ਖੜਾ ਕਰੋ ਜਿਹੜਾ ਕੋਈ ਮਹੀਨੇ 'ਚ 6 ਮਹੀਨਿਆਂ 'ਚ 80 ਰੁਪਏ ਕਿਲੋ ਦਾ ਮੀਟ ਭਰ ਕੇ ਰੋਟੀ ਖਾਂਦਾ ਵੀ ਘਰੇ, ਉਹ 3 ਰੁਪਏ ਪਸੇਰੀ ਦੇ ਆਲੂ ਦਾ ਸਾਡੇ 2 ਡੰਗ ਰਹਿੰਦੇ ਨੇ, 1 ਡੰਗ ਅਸੀਂ ਮਿਰਚਾਂ ਕੁੱਟ ਕੇ ਸਾਰਦੇ ਹਾਂ, 4 ਨਾਲ ਰੋਟੀ ਖਾਂਦੇ ਹਾਂ, ਛੁੱਟੇ ਦਾ ਸਾਡਾ ਸਾਰਾ ਕੁਛ ਤੇ, ਤੇ ਬਾਬੇ ਛਡਾਉਣ ਨੂੰ ਫਿਰਦੇ ਆ, ਦਾਰੂ ਵਾਲੀ ਗੱਲ ਸਾਨੂੰ ਨੀ ਪਤਾ ਵੀ ਘਰਾਂ 'ਚ ਕਲੇਸ਼ ਪਾਉਂਦੀ ਆ, ਘਰ ਦਾ ਜਲੂਸ ਕੱਢਦੀ ਆ, ਨੰਗ ਕਰਦੀ ਆ ਘਰ ਨੂੰ, ਤੇ ਸਾਨੂੰ ਨੀ ਪਤਾ ਮਾੜੀ ਆ, ਬਾਬਾ ਕੋਈ ਜ਼ਿਆਦਾ ਛਡਾਉਂਦਾ, ਕਹਿਣ ਦਾ ਮਤਲਬ ਕੀ ਹੈ ਵੀ ਇੱਥੋਂ ਦੇ ਰਾਜ ਕਰਨ ਵਾਲੀ ਜੋ ਮਰਜ਼ੀ ਸਰਕਾਰ ਹੋ ਜਿਹੜੀ ਪਾਰਟੀ ਦੀ ਮਰਜ਼ੀ ਹੈ ਉਹ ਸਰਕਾਰ ਦੇ ਸਾਰੇ ਏਜੰਟ ਹੈ, ਏਜੰਟ ਕੀ ਹੈ ਤੁਹਾਨੂੰ ਲਾਡੂ ਕੱਢਣਾ ਚਾਹੁੰਦੇ ਆ ਵੀ ਲੋਕ ਸੋਚ ਨਾ ਸਕਣ ਕਿ ਚੰਗੀ ਖੁਰਾਕ ਕੀ ਹੁੰਦੀ ਹੈ, ਮੈਂ ਇਹ ਨਹੀਂ ਕਹਿੰਦਾ ਵੀ ਆਂਡੇ ਖਾਇਆ ਕਰੋ ਮੀਟ, ਨਾ ਤੁਸੀਂ ਕਾਜੂ ਖਾਇਆ ਕਰੋ, ਬਦਾਮ ਖਾਇਆ ਕਰੋ, ਪਿਸਤੇ ਖਾਇਆ ਕਰੋ, ਅਖਰੋਟ ਖਾਇਆ ਕਰੋ, ਖਾਓ ਖਾ ਕਿੱਥੋਂ ਖਾਓਗੇ, ਹੈ ਜੇ ਇਹਦੇ 'ਚ ਕੁਛ, ਕਹਿਣ ਦਾ ਮਤਲਬ ਕੀ ਹੈ ਜਿੰਨਾ ਚਿਰ ਇਹ ਸਾਰਿਆਂ ਦੀਆਂ ਗੱਲਾਂ ਐਡੀਆਂ ਐਡੀਆਂ ਤੁਹਾਨੂੰ ਸਮਝ ਨਹੀਂ ਆਉਂਦੀਆਂ ਨਾ, ਉਹਨਾਂ ਚਿਰ ਤੁਹਾਨੂੰ ਆ ਮਦਾਰੀ ਦੇ ਟ੍ਰਿਕ ਅੱਜ ਸਾਹ ਵੀ ਕੀਤੀ ਵੀ ਨਿੱਕੀ ਮੋਟੀ ਹੇਰਾ ਫੇਰੀ ਇਹ ਨਹੀਂ ਸਮਝ ਆਉਣੀ, ਕਹਿਣ ਦਾ ਮਤਲਬ ਇੱਕੋ ਹੀ ਹੈ ਕਿ ਜਿੰਨਾ ਚਿਰ ਤੁਸੀਂ ਸਿਆਣੇ ਨਹੀਂ ਹੁੰਦੇ ਇਹੋ ਜਿਹੀਆਂ ਗੱਲਾਂ ਦਾ ਕੋਈ ਹੱਲ ਨਹੀਂ ਹੋਣਾ, ਫਿਰ ਤੁਹਾਡੇ ਮਨ 'ਚ ਇੱਕੋ ਸਵਾਲ ਆ ਸਕਦਾ ਕਿ ਜੇ ਇਹਨਾਂ ਬਾਬਿਆਂ ਕੋਲ ਕੁਛ ਵੀ ਨਹੀਂ ਇਹ ਭੀੜ ਤਾਂ ਨਹੀਂ ਘੱਟਦੀ, ਉਹਨਾਂ ਦੇ ਡੇਰਿਆਂ 'ਤੇ ਭੀੜ ਤਾਂ ਦਿਨੋਂ ਦਿਨ ਵੱਧਦੀ ਜਾਂਦੀ ਹੈ, ਹਾਂ ਇਹ ਗੱਲ ਸੋਚਣ ਵਾਲੀ ਹੈ, ਮੰਨ ਲਓ ਤੁਹਾਡੇ 'ਚੋਂ 10 ਬੰਦੇ ਭੁਲਿਆਰਿਆਂ ਵਾਲੇ ਦੇ ਜਾਵੜੇ ਬਾਬੇ ਦੇ, ਕਾਹਦੇ ਵਾਸਤੇ ਵੀ ਸਾਡੇ ਜੀ ਪੁੱਤ ਨਹੀਂ ਹੁੰਦਾ ਕੁੜੀਆਂ ਹੀ ਹੁੰਦੇ ਆ, ਦਸਾਂ 'ਚੋਂ ਸੈਰ ਸੰਸਾਰ ਕੁਦਰਤ ਦੇ ਅਸੂਲਾਂ ਅਨੁਸਾਰ ਦਸਾਂ ਦੇ ਮੁੰਡਾ ਹੋ ਸਕਦਾ,
ਪੰਜ ਹੋ ਸਕਦੇ ਆ, ਸੱਤ ਤਿੰਨ ਹੋ ਸਕਦੇ ਆ, ਅੱਠ ਦੋ ਹੋ ਸਕਦੇ ਆ। ਮੰਨ ਲਓ ਉਦੋਂ ਵੀ ਮਾੜੀ ਗੱਲ ਹੈ, ਇੱਕ ਲੜਕਾ ਪੈਦਾ ਹੋ ਗਿਆ, ਨੌ ਕੁੜੀਆਂ ਪੈਦਾ ਹੋ ਗਈਆਂ। ਜਿਨ੍ਹਾਂ ਦੇ ਨੌਆਂ ਦੇ ਕੁੜੀਆਂ ਪੈਦਾ ਹੋਈਆਂ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਆਪਣੇ ਹਰਿਆਂ ਵਾਲੇ ਦਾ ਤਵੀਰ ਤਾਂ ਅਸੀਂ ਵੀ ਪਾਇਆ ਸੀ, ਸਾਡੇ ਤਾਂ ਮੁੰਡਾ ਹੋਇਆ ਨਹੀਂ, ਇਹਦਾ ਠੱਗ ਨਹੀਂ ਕਹਿਣਾ। ਕੀ ਕਹਿਣਗੇ? ਉਹ ਆਪਾਂ ਤੋਂ ਕੋਈ ਜੂਠੇ ਮਿੱਠੇ ਹੱਥ ਲਾ ਦੇਣੇ, ਤਵੀਰ ਨੂੰ ਕਸੂਰ ਆਪਦੇ 'ਚ ਕੱਢ ਕੇ ਚੁੱਪ ਕਰ ਜਾਣਗੇ। ਤੇ ਜਿਹੜਾ ਉਹ ਕੱਲਾ ਜਿਹਦੇ ਕੁਦਰਤ ਦੇ ਨਿਯਮਾਂ ਅਨੁਸਾਰ ਲੜਕਾ ਹੋ ਗਿਆ, ਉਹ ਕੱਠ 'ਚ ਜਾਊ, ਸੱਥ 'ਚ ਜਾਊ, ਵਿਆਹ 'ਤੇ ਜਾਊ, ਮਰਨੇ 'ਤੇ ਜਾਊ, ਕੀ ਕਹੂੰ? ਉਹ ਆਪਣਾ ਭੋਲਾ ਨਾ, ਇਹਦਾ ਭਨੇਰ ਵਾਲੇ ਬਾਬੇ ਦਾ ਬਖਸ਼ਿਆ ਹੋਇਆ। ਜਾਣੀ ਇਕੱਲੇ ਬੰਦੇ ਦਾ ਪ੍ਰਚਾਰ ਨੌਵਾਂ ਦੀ ਚੁੱਪ ਨੂੰ ਦੱਬ ਲੈਂਦਾ। ਤੇ ਏਦੂ ਵੀ ਗਾਹਾਂ ਆ ਕੈਂਟਰਾਂ ਵਾਲੇ, ਮਿੰਨੀਆਂ ਬੱਸਾਂ ਵਾਲੇ, ਪੀਟਰ ਰੇਹੜਿਆਂ ਵਾਲੇ, ਜੀਪਾਂ ਵਾਲੇ, ਟੈਕਸੀਆਂ ਵਾਲੇ, ਜਿਨ੍ਹਾਂ ਦੀ ਬਣਦੀ ਆ ਦਿਹਾੜੀ, ਰਾਤ ਨੂੰ ਟਰੱਕ ਜੀਪ ਕਾਰ ਵਿਹਲੀ ਖੜੀ ਆ, ਜੇ ਉਹਦਾ 700 ਬਣ ਗਿਆ, ਉੱਥੇ ਜਾ ਕੇ ਗੇੜਾ ਲਾਉਣ ਦਾ ਮਨੋਕਾਮਨਾਵਾਂ ਤਾਂ ਹੋ ਗਈਆਂ ਭਾਈ ਪੂਰੀਆਂ, ਤੇ ਪ੍ਰਚਾਰ ਕੀ ਕਰ ਬਈ? ਬੜਾ ਇਕੱਠ ਹੁੰਦਾ ਉੱਥੇ, ਬੜੀਆਂ ਮਨੋਕਾਮਨਾਵਾਂ ਪੂਰੀਆਂ। ਕਿਉਂ? ਮਨੋਕਾਮਨਾਵਾਂ ਫੇਰ ਹੀ ਪੂਰੀਆਂ ਹੋਣਗੀਆਂ ਜੇ ਮੁੜ ਕੇ ਉਹਨਾਂ ਨੂੰ ਸਵਾਰੀਆਂ ਫੇਰ ਬੁੱਕ ਹੋਈਆਂ ਪਈਆਂ ਹੋਣ। ਜਾਣੀ ਇਹ ਗੱਲਾਂ ਸਾਰੀਆਂ ਜੇ ਤੁਸੀਂ ਸ਼ਹਿਰ ਦੇ ਨੇੜੇ ਰਹਿੰਦੇ ਹੋ, ਹੁੰਦਾ ਜੀ ਸ਼ਹਿਰ ਵਾਲੇ ਕਰਦੇ ਆ, ਜੇ ਕਿਸੇ ਪ੍ਰੈਸ ਵਾਲੇ ਦਾ ਕੰਮ ਨਹੀਂ ਨਾ ਚੱਲਦਾ, ਆ ਜਿਹੜਾ ਛਾਪਾਖਾਨਾ ਹੁੰਦਾ ਵਿਆਹ ਸ਼ਾਦੀ ਦੇ ਕਾਰਡ 'ਚ ਪਾ ਕੇ ਲਿਆਉਂਦੇ ਆ, ਉਹ ਇੱਕ ਪਰਚਾ ਜਿਹਾ ਛਾਪ ਕੇ ਬਣ ਦਿੰਦੇ ਸ਼ਹਿਰ 'ਚ ਅਖਬਾਰਾਂ 'ਚ ਪਾ ਦਿੰਦੇ ਆ, ਕੀ ਲਿਖਿਆ ਹੁੰਦਾ ਉਹਦੇ 'ਤੇ? ਅਨੋਖਾ ਚਮਤਕਾਰ, ਫਲਾਣੇ ਮੰਦਿਰ ਦੇ ਵਿੱਚ ਨਾਗ ਦੇਵਤਾ ਹੋਇਆ, ਪ੍ਰਗਟ ਪੁਜਾਰੀ ਨੂੰ ਕਹਿੰਦਾ ਇਹੋ ਜਿਹਾ 1000 ਪਰਚਾ ਛਾਪ ਕੇ ਵੰਡਦੀ ਤੈਨੂੰ ਲਾਭ ਹੋਊ। ਪੁਜਾਰੀ ਨੇ 1000 ਪਰਚਾ ਛਾਪ ਕੇ ਵੰਡਤਾ, ਉਹਦੀ 1,00,000 ਰੁਪਏ ਦੀ ਲਾਟਰੀ ਨਿਕਲੇ। ਉਹੀ ਪਰਚਾ ਪੜ੍ਹ ਕੇ ਇੱਕ ਮੁੰਡੇ ਨੇ 500 ਛਪਾ ਕੇ ਵੰਡਤਾ, ਉਹ 10ਵੀਂ 'ਚ ਪਾਸ ਹੋ ਗਿਆ। ਇੱਕ ਨੇ ਪੜ੍ਹ ਕੇ ਉਹ ਪਾੜਤਾ ਐਵੇਂ ਸਮਝ ਕੇ ਉਹਦਾ ਪੁੱਤ ਮਰ ਗਿਆ। ਜਾਣੀ ਦੋ ਤਿੰਨ ਗੱਲਾਂ ਲਾਲਚ ਦੀਆਂ, ਇੱਕ ਅੱਧੀ ਡਰ ਵਾਲੀ। ਤੇ ਹੁੰਦਾ ਕੀ ਆ? ਮੰਨ ਲਓ ਤੁਹਾਡੇ 'ਚੋਂ ਜਿੰਨੇ ਕੁ ਇੱਥੇ ਬੈਠੇ ਹੋ, ਕਿਸੇ ਨੇ ਸ਼ਰਾਰਤ ਕਰਤੀ, 100 ਪਰਚਾ ਛਾਪ ਕੇ ਵੰਡਤਾ ਵੀ ਜੇ ਆਹ ਪਰਚੇ ਨੂੰ ਗਾਹਾਂ 100 ਵੰਡੂ ਉਹਨੂੰ ਲਾਭ ਹੋ। ਮੰਨ ਲਓ ਤੁਹਾਡੇ 'ਚੋਂ 90 ਸਿਆਣੇ ਹੋ ਗਏ, 10 ਉਹਦੇ ਮਗਰ ਲਾ ਗਏ, ਤੇ 10 ਨੇ ਜਦੋਂ 100 ਵੰਡਿਆ 1000 ਛਪ ਗਿਆ, ਤੇ 1000 ਨੂੰ ਜਦੋਂ ਫਿਰ ਗਾਹਾਂ ਆਪਾਂ ਗੁਣਾ ਕਰ ਲਈਏ, ਇਸ ਢੰਗ ਨਾਲ ਵੱਧ ਜਾਂਦੀ ਹੈ ਗਿਣਤੀ, ਲੋਕਾਂ ਦੀ ਭੀੜ ਸੱਚੀ ਨੇ ਦਿਨੋਂ ਦਿਨ ਵੱਧਦੀ ਜਾਂਦੀ ਹੈ। ਦੂਸਰੀ ਗੱਲ ਜਿਹੜੀ ਇਸ ਕਰਕੇ ਵੀ ਵੱਧਦੀ ਹੈ ਵੀ ਜਦੋਂ ਗਰੀਬੀ ਖੁੜੋ ਤੰਗ ਹੋਏ ਹੋਏ ਅਸੀਂ ਡਾਕਟਰ ਦੀ 100-150 ਰੁਪਈਆ ਸ਼ਾਹਕੋਟ ਵਾਲੇ ਦੀ ਜਾਂ ਜਲੰਧਰ ਵਾਲੇ ਦੀ ਫੀਸ ਨਹੀਂ ਨਾ ਦੇ ਸਕਦੇ, ਫਿਰ ਅਸੀਂ ਸੋਚਦੇ ਹਾਂ ਕਿ ਇਹ 5 ਰੁਪਏ ਦਾ ਮੱਥਾ ਟੇਕ ਹੀ ਸਰ ਜੇ, ਤੇ ਮੱਥਾ ਟੇਕਣ ਵਾਲੇ ਸਿਲਸਿਲੇ 'ਚ ਇਹੋ ਜਿਹਾ ਉੱਡਦੇ ਹਾਂ, ਘਰ ਬਾਰ ਅਸੀਂ ਸਾਰਾ ਕੁਛ ਲੁਟਾ ਬਹਿੰਦੇ। ਤੁਸੀਂ ਮਾੜਾ ਜਿਹਾ ਇੱਕ ਗੱਲ 'ਤੇ ਧਿਆਨ ਮਾਰੋ, ਜਿਹੜੇ ਬਜ਼ੁਰਗ ਵੀ ਬੈਠੇ ਆ, ਕਦੇ ਕਿਸੇ ਬਾਬੇ ਨੇ ਇਸ ਗੱਲ ਦਾ ਉਪਾਅ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮਹਿੰਗਾਈ ਦਿਨੋਂ ਦਿਨ ਵੱਧਦੀ ਜਾਂਦੀ ਹੈ, ਵੀ ਮੈਂ ਇੱਕ ਲੱਤ 'ਤੇ ਖੜ ਕੇ ਅਰਦਾਸ ਕਰਦੇ ਵੀ ਮਹਿੰਗਾਈ ਘੱਟ ਜੇ ਬਈ? ਉਹ ਇਹਨਾਂ ਨੂੰ ਪਤਾ ਵੀ ਇਹ ਘਟਣੀ ਨਹੀਂ, ਘਟਣ ਵਾਲੀ ਚੀਜ਼ ਨਹੀਂ, ਜਮਾਂ ਨਹੀਂ ਕਰਦੇ ਵੀ ਦੁਨੀਆਂ ਸਾਰੀ ਸੁਖੀ ਹੋ ਜੇ, ਇਕੱਲੇ ਇਕੱਲੇ ਦਾ ਦੁੱਖ ਕਿਉਂ ਦੂਰ ਕਰਦੇ ਬਈ? ਇੱਕ ਲੱਤ 'ਤੇ ਖੜ ਜਾ ਕੇ ਬਾਬਾ ਕਰਦੇ ਅਰਦਾਸ, ਮਹਿੰਗਾਈ ਘੱਟ ਜੇ। ਕਹਿਣ ਦਾ ਮਤਲਬ ਕੀ ਹੈ? ਉਹ ਗੱਲਾਂ ਕਰਨਗੇ ਇਹ ਜਿਹੜੀਆਂ ਤੁਹਾਨੂੰ ਸਮਝ ਨਹੀਂ ਆਉਂਦੀਆਂ। ਇੱਕੋ ਹੀ ਗੱਲ ਆਖਿਰ ਦੇ ਵਿੱਚ ਸਾਡੇ ਲੋਕੀ ਕੀ ਸੋਚਦੇ, ਫਿਰ ਅਮੀਰੀ ਗਰੀਬੀ ਦਾ ਚੱਕਰ ਕੀ ਹੈ? ਬਹੁਤਿਆਂ ਨੂੰ ਕੀ ਲੱਗਦਾ ਕਿ ਬੰਦੇ ਦੀ ਤਕਦੀਰ, ਬੰਦੇ ਦੀ ਜ਼ਿੰਦਗੀ ਹੱਥ 'ਤੇ ਲਿਖੀ ਹੁੰਦੀ ਹੈ, ਬੰਦੇ ਦੇ ਮੱਥੇ 'ਤੇ ਲਿਖੀ ਹੁੰਦੀ ਹੈ? ਕੁਛ ਨਹੀਂ ਲਿਖਿਆ ਮੇਰੇ ਵੀਰੋ ਭੈਣੋ ਬੰਦੇ ਦੇ ਮੱਥੇ 'ਤੇ, ਨਾ ਬੰਦੇ ਦੇ ਹੱਥ 'ਤੇ ਲਿਖਿਆ। ਫਿਰ ਤੁਹਾਡਾ ਸਵਾਲ ਇਹ ਹੋਊਗਾ, ਇਹ ਚਲਾਕ ਲੋਕ ਹੱਥ ਦੀਆਂ ਰਖਾਵਾਂ ਦੇਖ ਕੇ ਸੱਚੀਆਂ ਗੱਲਾਂ ਕਿਵੇਂ ਦੱਸ ਦਿੰਦੇ? ਹੱਥ 'ਤੇ ਕੁਛ ਨਹੀਂ ਲਿਖਿਆ ਸੱਚਾ ਨਾ ਝੂਠਾ, ਕੀ ਦੱਸਦੇ ਹੋ ਲੋਕ? ਉਹ ਚਲਾਕ ਲੋਕਾਂ ਨੂੰ ਜਿਨ੍ਹਾਂ ਨੇ ਵਿਹਲੇ ਬਹਿ ਕੇ ਸਾਡੇ ਖੂਨ ਪਸੀਨੇ ਦੀ ਕਮਾਈ ਖਾਣੀ ਆ, ਉਹਨਾਂ ਨੂੰ ਪਤਾ ਹੈ ਕਿ ਹੱਥ ਦੇਖਣਗੇ ਪੁੱਠਾ ਸਿੱਧਾ ਕਰਨਗੇ, ਕੀ ਕਹਿਣਗੇ? ਤੁਹਾਡੇ ਘਰ 'ਚ ਕਲੇਸ਼ ਹੈ, ਹੱਥ ਖੜਾ ਕਰੋ। ਕਿਹਦੇ ਘਰ 'ਚ ਅੱਜ ਕਲੇਸ਼ ਨਹੀਂ? ਜਿੱਥੇ 2 ਜਿਉਂਦੇ ਜੀ ਆ, ਉਹ ਕਿਸੇ ਵੇਲੇ ਗੁੱਸੇ ਗਿੱਲੇ ਹੋ ਹੀ ਜਾਂਦੇ, ਸਾਡੇ ਵੀ ਘਰ 'ਚ ਕਲੇਸ਼ ਆ, ਤੁਹਾਡੇ ਵੀ ਹੋਊਗਾ। ਸਾਨੂੰ ਕੀ ਲੱਗਦਾ ਵੀ ਸਾਡੇ ਹੀ ਘਰੇ ਕਲੇਸ਼ ਆ? ਆ ਗੁਆਂਢੀ ਆਂਢੀ ਤਾਂ ਸਾਰੇ ਸੁਖੀ ਵੱਸਦੇ, ਕਿਸੇ ਦਾ ਮਰਜ਼ੀ ਹੱਥ ਫੜੋ, ਉਹਨੂੰ ਇਹ ਕਹਿ ਦਿਓ ਤੁਹਾਡੇ ਮਾਇਆ ਆਉਂਦੀ ਤਾਂ ਬਹੁਤ, ਆਪਾਂ ਖੜਦੀ ਨਹੀਂ। ਦੱਸੋ ਹੱਥ ਖੜਾ ਕਰੋ, ਕਿਹਦੇ ਖੜਦੀ ਹੈ? ਜੇ ਕੋਈ ਕਿਸਾਨ ਹੈ, ਮਜ਼ਦੂਰ ਹੈ, 6 ਮਹੀਨਿਆਂ ਨੂੰ ਫਸਲ ਆਉਣੀ ਹੁੰਦੀ ਹੈ, ਆੜ੍ਹਤੀ ਨਾਲ ਹਿਸਾਬ ਕਰਦਾ, ਘਾਟੇ ਚੁੱਕਦਾ, ਕਿਵੇਂ ਕਰੂਗੀ ਮਾਇਆ? ਜੇ ਕੋਈ ਮੁਲਾਜ਼ਮ ਹੈ, ਉਹ ਦੁੱਧ ਵਾਲੇ ਦੇ ਉੱਤੇ ਜਵਾਕਾਂ ਦੀ ਫੀਸ ਦੇ, ਮਕਾਨ ਦਾ ਕਿਰਾਇਆ ਦੇ ਦਿੱਤਾ, 10 ਤਰੀਕ ਤੋਂ ਬਾਅਦ 100 ਦਾ ਨੋਟ ਉਹਦੀ ਵੀ ਜੇਬ 'ਚ ਹੈ, ਨਹੀਂ ਖੜਦੀ? ਮੰਨ ਲਓ ਕਿਸੇ ਦਾ ਕਾਰੋਬਾਰ ਵੱਡਾ, ਬੱਸਾਂ ਵਾਲਾ, ਟਰੱਕਾਂ ਵਾਲਾ, ਉਹ ਕਿਸ਼ਤੀ ਇੰਨੀਆਂ ਭਰਨੀਆਂ ਹੁੰਦੀਆਂ, ਇੱਧਰੋਂ ਆਈ ਤੇ ਇੱਧਰ ਜਾਂਦੀ, ਨਹੀਂ ਖੜਦੀ? ਗਰੀਬ ਤੋਂ ਲੈ ਕੇ ਅਮੀਰ ਤੱਕ ਲੱਗਦਾ ਵੀ ਸਾਡੇ ਨਹੀਂ ਮਾਇਆ ਖੜਦੀ, ਬਾਕੀਆਂ ਦੇ ਟਰੰਕ ਫੁੱਲ।
ਕਿਸੇ ਦਾ ਮਰਜ਼ੀ ਹੱਥ ਫੜੋ, ਉਹਨੂੰ ਇਹ ਕਹਿ ਦਿਓ ਤੂੰ ਬੰਦਾ ਤਾਂ ਬੜਾ ਨੇਕ ਹੈ ਪਰ ਦਿਲ ਦਾ ਭੇਤ ਛੇਤੀ ਦੇ ਦੇਣਾ। ਸਾਨੂੰ ਸਾਰਿਆਂ ਨੂੰ ਲੱਗਦਾ ਵੀ ਮੈਂ ਬੜਾ ਭਰੜ ਭੰਡਾ, ਮੈਂ ਆਪਦੀ ਗੱਲ ਛੇਤੀ ਕਰ ਦੇਣਾ, ਹੋਰ ਨੀ ਕੋਈ ਦਿਲ ਦੀ ਦੱਸ। ਕਿਸੇ ਨੂੰ ਮਰਜ਼ੀ ਇਹ ਕਹਿ ਦਿਓ ਵੀ ਤੂੰ ਜ਼ਿੰਦਗੀ ਚੱਕਰ ਹੀ ਬਸ ਮੌਤ ਦੇ ਮੂੰਹੋਂ ਮਸਾਂ ਹੀ ਬਚਿਆ। ਸਾਨੂੰ ਲੱਗਦਾ ਉਹ ਫਲਾਣੇ ਬੜੇ ਬਿਮਾਰ ਹੋ ਗਏ ਸੀ ਵੀ ਮਸਾਂ ਹੀ ਉੱਠੇ, ਉਹਦੇ ਬੱਸ ਟੇਢੀ ਹੋ ਗਈ, ਸਕੂਟਰ ਚੱਲੇ ਵੀ ਮਸਾਂ। ਤੁਸੀਂ ਜਾਣ ਬੁੱਝ ਕੇ ਮੁੱਕਰ ਜਾਓ ਪਾਂਡੇ ਮੂਹਰੇ ਵੀ ਮੇਰੇ ਨਾਲ ਤਾਂ ਇਹੋ ਜਿਹੀ ਗੱਲ ਜਮਾ ਹੀ ਨਹੀਂ ਹੋਈ ਮਰਨ ਵਾਲੀ। ਉਹ ਬੜਾ ਚਲਾਕ ਹੈ, ਪਤਾ ਕੀ ਕਹੂ, ਉਹ ਘਰੇ ਜਾ ਕੇ ਆਪਦੀ ਮਾਂ ਨੂੰ ਪੁੱਛੀ ਤੂੰ ਨਿੱਕਾ ਹੁੰਦਾ ਸੀ ਤੇਰੇ ਖਸਰਾ ਨਿਕਲ ਜਦੋਂ ਮਸਾਂ ਹੀ ਬਚ, ਕਿਉਂਕਿ ਜਦੋਂ ਨੂੰ ਮਾਂ ਨੂੰ ਜਾ ਕੇ ਪੁੱਛਾਂਗੇ ਪੰਡਿਤ ਜੀ ਨੂੰ ਪਤਾ ਨਹੀਂ ਕਿੱਥੇ ਜਾਣਗੇ। ਚਲਾਕ ਹੀ ਨਹੀਂ ਹੈ ਲੋਕ, ਬੜੇ ਕਮੀਨੇ ਨੇ ਤੁਹਾਡੇ ਮਰਦਾਂ ਚੋਂ, ਜੇ ਕਿਸੇ ਨੇ ਹੱਥ ਦਿਖਾਇਆ ਪਤਾ ਕੀ ਕਰਨਗੇ, ਅੰਗੂਠੀ ਬੰਦ ਕਰਾ ਲੈਣੇ, ਇੱਥੋਂ ਆ ਵਾਢੇ ਦੇ ਵਾਲ ਜੇ ਗਿਣ ਕੇ ਇਹ ਦੋ ਤੇਰੇ ਦੋ ਵਿਆਹ, ਤੇਰਾ ਡੂਢ ਵਿਆਹ, ਤੇਰੇ ਢਾਈ ਵਿਆਹ, ਜਿਹਨੇ ਵੀ ਹੱਥ ਦਿਖਾਇਆ ਲਾਜ਼ਮੀ ਦੱਸਣਗੇ। ਉਹ ਕਿਸੇ ਦਾ ਤਾਂ ਮੰਗਣਾ ਜਿਹਾ ਹੋ ਕੇ ਵਿਚਾਲੇ ਰਿਹਾ ਹੁੰਦਾ, ਫੇਰ ਵਿਆਹ ਹੋਇਆ ਉਹਨੂੰ ਵੀ ਲੱਗਦਾ ਵੀ ਹਾਂ ਵੀ ਡੂਢ ਸੀ, ਕਿਸੇ ਦਾ ਵਿਆਹ ਵੀ ਜਾਂ ਸਿਰੇ ਚੜ੍ਹਦਾ ਹਟ ਗਿਆ ਉਹਨੂੰ ਵੀ ਲੱਗਦਾ। ਜੇ ਇਦੋਂ ਵੀ ਗਾਹਾਂ ਕੀ ਹੁੰਦਾ, ਮਰਦਾਂ ਦੇ ਵਿੱਚ ਬੰਦਿਆਂ ਦੇ ਵਿੱਚ ਇੱਕ ਮਾਨਸਿਕਤਾ ਕੀ ਆ, ਚਾਹੇ ਮਰਨ ਵਾਲਾ ਹੋਵੇ ਜਿਹਨੂੰ ਕਹੇ ਨਾ ਕੋਈ ਵੀ ਤੈਨੂੰ ਵਿਆਹ ਨਾ ਹੋਰ ਕਰ ਦਈਏ, ਉਹਨਾਂ ਕਿੱਥੋਂ ਆ ਵੀ ਸਾਹ ਕਿੱਥੋਂ ਆਉਂਦਾ, ਕਿਉਂ ਪਹਿਲਾਂ ਵਾਲੇ ਟੱਬਰ ਤੋਂ ਔਖੇ ਹੀ ਪਏ ਹੁੰਦੇ ਨੇ, ਐਵੇਂ ਵੀ ਹੋਰ ਵਿਆਹ ਹੋ ਜਾਏ ਪਤਾ ਨਹੀਂ ਸੌਖੇ ਹੋ ਜਾਣ। ਕਹਿੰਦੇ ਵੀ ਮੇਰੀ ਮਾਂ ਨੂੰ ਭੈਣ ਨੂੰ ਬੱਚੀ ਨੂੰ ਇਹ ਗੱਲ ਨਹੀਂ ਕਹਿਣਗੇ ਵੀ ਤੇਰੇ ਦੋ ਵਿਆਹ, ਕਿਉਂਕਿ ਇਹਨਾਂ ਚਲਾਕ ਲੋਕਾਂ ਨੂੰ ਪਤਾ ਕਿ ਸਾਡੇ ਸਮਾਜ ਦੇ ਵਿੱਚ ਜੇ ਕਿਸੇ ਔਰਤ ਦਾ ਪਤੀ ਮਰ ਜਾਏ ਤੇ ਉਹਨੂੰ ਵਿਆਹ ਕੇ ਕਿਸੇ ਦੂਜੇ ਟੱਬਰ 'ਚ ਜਾਣਾ ਪੈ ਜਾਵੇ, ਉਹਦੀ ਜੂਨ ਕਿਸੇ ਜੀ ਹੁੰਦੀ। ਕਹਿੰਦੇ ਵੀ ਜੁੱਤੀਆਂ ਨੂੰ ਸਾਰੀ ਕਰਨਗੇ ਕਿਸੇ ਮੇਰੀ ਮਾਂ ਭੈਣ ਨੂੰ ਇਹ ਕਹਿ ਕੇ ਵੀ ਤੇਰੇ ਵੀ ਦੋ ਵਿਆਹ। ਸੋ ਇਹ ਸਾਰੀਆਂ ਗੱਲਾਂ ਨੂੰ ਜੇ ਤੁਸੀਂ ਨਹੀਂ ਨਾ ਸਮਝਦੇ, ਉਹਨਾਂ ਚਿਰ ਆਪਾਂ ਬੜਾ ਧੰਦ ਪਿੱਟਿਆ, ਹੋਰ ਵੀ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਧੰਦ ਆਪਾਂ ਪਿੱਟਦੇ ਰਹਿ ਸਕਦੇ ਹਾਂ ਜੇ ਅਸੀਂ ਸਿਆਣੇ ਨਹੀਂ ਹੋਵਾਂਗੇ। ਫਿਰ ਤੁਹਾਡੇ ਮਨ 'ਚ ਹੋਊ ਵੀ ਉਹ ਗਰੀਬੀ ਅਮੀਰੀ ਤੇ ਕਰਮਾਂ ਦਾ ਚੱਕਰ ਰੋਲਾ ਕੀ ਹੈ। ਜਦ ਤੂੰ ਪਹਿਲਾਂ ਇੱਕ ਗੱਲ ਹੋਰ ਰਹੇਗੀ ਵੀ ਹੱਥ ਦੀਆਂ ਲਕੀਰਾਂ ਦਾ ਚੱਕਰ ਕੀ ਹੈ, ਸਾਰਿਆਂ ਦਾ ਅੱਡ ਅੱਡ ਬਦਲਦੀਆਂ ਸੱਚੀਆਂ ਬਦਲਦੀ, ਇਹ ਲਕੀਰਾਂ ਕਿਸੇ ਦੀਆਂ ਰਲਦੀਆਂ ਨਹੀਂ ਇੱਕ ਦੂਜੇ ਨਾਲ, ਕੀ ਚੱਕਰ ਹੈ ਕੁਛ ਨਹੀਂ। ਬੱਚਾ ਜਦੋਂ ਜਨਮ ਲੈਂਦਾ ਗਰਭ ਅਵਸਥਾ 'ਚ ਆਉਂਦਾ ਤਾਂ ਇਹਦੀਆਂ ਮੁੱਠੀਆਂ ਬੰਦ ਹੁੰਦੀਆਂ, ਇਹ ਮੁੱਠੀ ਨੂੰ ਬੰਦ ਕਰਨ ਵੇਲੇ ਜਿੱਥੇ ਵੱਡਾ ਵਲ ਪੈਂਦਾ ਉੱਥੇ ਗੂੜੀ ਲਕੀਰ ਆ, ਜਿੱਥੇ ਛੋਟੇ ਛੋਟੇ ਸਿੱਕੇ ਵਲ ਪੈਂਦੇ ਉੱਥੇ ਛੋਟੀਆਂ ਸਿੱਕੀਆਂ ਲਕੀਰਾਂ। ਬਦਲਦੀਆਂ ਕਿਵੇਂ ਆ, ਸਾਡੀ ਕੋਈ ਮਾਂ ਭੈਣ ਸਿਲਾਈ ਨਾਲ ਕੋਟੀਆਂ ਸਵੈਟਰ ਬੁਣ ਦਾ ਕੰਮ ਕਰਦੀ ਹੈ, ਕੋਈ ਮਸ਼ੀਨ ਨਾਲ ਸਿਲਾਈ ਦਾ ਕੰਮ ਕਰਦੀ ਹੈ, ਜਿਹੜੀ ਜਿਹੋ ਜਿਹਾ ਕੰਮ ਕਰਨ ਵੇਲੇ ਹੱਥ ਇਕੱਠਾ ਹੁੰਦਾ ਹੱਥ 'ਚ ਵਾਲ ਪੈਂਦੇ ਆ ਉਹੋ ਜਿਹੀਆਂ ਲਕੀਰਾਂ ਬਣ ਜਾਂਦੀਆਂ, ਦੂਜੀਆਂ ਹਟ ਜਾਂਦੀਆਂ। ਜੇ ਕੋਈ ਮਜ਼ਦੂਰ ਹੈ, ਕਿਸਾਨ ਆ, ਸਖਤ ਕੰਮ ਕਰਦਾ, ਖੇਤ 'ਚ ਕੰਮ ਕਰਦਾ, ਕਾਰਖਾਨੇ 'ਚ, ਉਹਦੇ ਹੱਥ ਦੇ ਉੱਤੇ ਤਿੰਨ ਲਕੀਰਾਂ ਵੱਡੀਆਂ ਹੁੰਦੀਆਂ, ਆ ਨਿੱਕੀਆਂ ਮੋਟੀਆਂ ਅੱਟਣਾਂ 'ਚ ਸਾਰੀਆਂ ਖਤਮ ਹੋ ਜਾਂਦੀਆਂ। ਐਡੂ ਵੱਧ ਇਹਨਾਂ ਹੱਥਾਂ 'ਤੇ ਕੁਛ ਨਹੀਂ ਲਿਖਿਆ, ਤੁਹਾਨੂੰ ਕੋਈ ਫੇਰ ਕਹਿੰਦੇ ਲਿਖਿਆ ਤਾਂ ਲੱਖ ਰੁਪਇਆ ਅਸੀਂ ਦੇਵਾਂਗੇ, ਸਾਡੇ ਕੋਲ ਲੈ ਆਓ। ਫਿਰ ਰਹੀ ਕਰਮਾਂ ਦੀ ਗੱਲ, ਤੁਸੀਂ ਕੋਈ ਕਰਮ ਮਾੜਾ ਨਹੀਂ ਕੀਤਾ, ਸਾਡੀਆਂ ਮਾਵਾਂ ਭੈਣਾਂ ਤੜਕੇ 5 ਵਜੇ ਉੱਠਦੀਆਂ, ਰਾਤ ਨੂੰ 9 ਵਜੇ ਤੱਕ ਕੰਮ ਨਹੀਂ ਮੁੱਕਦਾ, ਕੋਈ ਕਰਮ ਮਾੜਾ ਨਹੀਂ ਕਰਦੀਆਂ ਘਰ 'ਚ। ਮੇਰੇ ਵੀਰ ਆ, ਕਿਸਾਨ ਆ, ਮਜ਼ਦੂਰ ਆ, ਮਿਹਨਤ ਕਰਨ ਵਾਲੇ ਆ, ਤੜਕੇ ਉੱਠ ਕੇ ਕੰਮ ਲੱਗ ਜਾਂਦੇ ਆ, ਰਾਤ ਨੂੰ ਥੱਕੇ ਟੁੱਟੇ ਸੌਂਦੇ, ਤੁਸੀਂ ਕੋਈ ਕਰਮ ਮਾੜਾ ਨਹੀਂ ਕੀਤਾ, ਨਾ ਕਰਦੇ ਹੋ। ਫਿਰ ਤੁਹਾਡੇ ਮਨ 'ਚ ਸਵਾਲ ਹੋਊਗਾ ਕਿ ਇਹ ਗੱਲ ਦਿਨੋਂ ਦਿਨ ਸੁਧਰਦੀ ਕਿਉਂ ਨਹੀਂ ਜੂ। ਬਸ ਇੱਥੇ ਸੋਚਣ ਵਾਲੀ ਗੱਲ ਹੈ, ਪਿੱਛੇ ਜੇ 2 ਦਿਨ ਮੌਸਮ ਖਰਾਬ ਹੋਇਆ, ਬਾਰਿਸ਼ ਪਈ, ਕਣਕ ਜਿਹੜੀ ਖੜੀ ਸੀ ਬੰਨੀਆਂ ਕੱਢੀ ਡਿੱਗ ਪਈ, ਜਿਹੜੀ 50-60 ਮਣਾ ਕਿੱਲੇ ਦੀ ਝਰਨੀ ਸੀ ਉਹ 40 ਮਣੇ ਤੇ ਆ ਗਈ, ਤੇ ਤੁਸੀਂ ਸੋਚਦੇ ਕੀ ਹੋ ਵੀ ਸਾਡੇ ਕਰਮਾਂ 'ਚ ਫਰਕ ਹੈ, ਸਾਡੇ ਐਤਕੀ ਕਰਮਾਂ 'ਚ ਕਣਕ ਹੈ ਨਹੀਂ। ਕਿਉਂ ਬਈ, ਤੁਸੀਂ ਜ਼ਮੀਨ ਨਹੀਂ ਵਾਹੀ, ਤੁਸੀਂ ਕਣਕ ਦਾ ਬੀਜ ਮਾੜਾ ਬੀਜਿਆ, ਤੁਸੀਂ ਸਪਰੇਆਂ ਨਹੀਂ ਕੀਤੀਆਂ, ਤੁਸੀਂ ਰੇਹ ਨਹੀਂ ਪਾਇਆ, ਤੁਸੀਂ ਪਾਣੀ ਨਹੀਂ ਲਾਇਆ, ਤੁਸੀਂ ਕੀ ਨਹੀਂ ਕੀਤਾ, ਤੁਸੀਂ ਸਾਰਾ ਕੁਛ ਕੀਤਾ ਜੋ ਕਰ ਸਕਦੇ ਸੀ। ਜੇ ਫਿਰ ਵੀ ਤੁਹਾਡੀ ਧੀਆਂ ਪੁੱਤਾਂ ਵਾਂਗੂ ਪਾਲੀ ਵੀ ਕਣਕ ਤੁਹਾਡੇ ਘਰੇ ਨਹੀਂ ਆਈ, ਕਸੂਰ ਤੁਹਾਡੇ ਕਰਮਾਂ 'ਚ ਨਹੀਂ, ਕਸੂਰ ਇਹਦੂ ਉੱਤੇ ਆ। ਕਿੱਥੇ ਆ ਅੱਜ ਜੇ ਕਿਸੇ ਕੁਦਰਤੀ ਆਫਤ ਕਰਕੇ ਕਿਸੇ ਹੋਰ ਤਾਂ ਦਾ ਨੁਕਸਾਨ ਹੋ ਜਾਂਦਾ, ਸਰਕਾਰ ਮੁਆਵਜ਼ਾ ਦਿੰਦੀ ਹੈ, ਤੇ ਜੇ ਸਾਡੀ ਕਰੋੜਾਂ ਰੁਪਏ ਦੀ ਫਸਲ ਦਾ ਕੋਈ ਨੁਕਸਾਨ ਹੋ ਗਿਆ ਸਰਕਾਰ ਮੁਆਵਜ਼ਾ ਨਹੀਂ ਦਿੰਦੀ, ਕਿਉਂ? ਇਸੇ ਕਰਕੇ ਕਿ ਤੁਸੀਂ ਸੱਥਾਂ 'ਚ ਬੈਠਦੇ ਹੋ, ਇਕੱਠਾਂ 'ਚ ਬੈਠਦੇ ਹੋ, ਬੁੜਬੁੜ ਕਰਦੇ ਹੋ, ਰੋ ਲੈਂਦੇ ਹੋ ਕਿ ਸਾਡੇ ਕਰਮ ਮਾੜੇ ਨਹੀਂ। ਇਹ ਉਦੋਂ ਮਸਲਾ ਹੱਲ ਹੋਣਾ ਜਦੋਂ ਤੁਸੀਂ ਇਹ ਸੋਚਣ ਲੱਗ ਗਏ ਵੀ ਅਸੀਂ ਆਪਦਾ ਹੱਕ ਕਿਵੇਂ ਲੈਣਾ, ਕਰਮ ਸਾਡੇ ਨਹੀਂ ਮਾੜੇ।
ਗੱਲ ਨੂੰ ਥੋੜਾ ਉਲਟਾ ਲਓ, ਘੁਮਾ ਲਓ, ਤੁਹਾਡਾ ਦਸਵੀਂ ਬਾਰਵੀਂ ਚ ਪੜ੍ਹਦਾ ਬੱਚਾ ਫੇਲ ਹੋ ਜਾਂਦਾ ਤੇ ਕੀ ਸੋਚਦੇ ਹੋ ਇਹਦੇ ਕਰਮਾਂ ਚ ਪੜ੍ਹਾਈ ਕਿੱਥੇ ਆ? ਇਹਨੂੰ ਮੈਂ ਤਨਖਾਹ ਦਿਓ, ਜੇ ਕਿਸੇ ਗਰੀਬ ਪਰਿਵਾਰ ਦਾ ਇਹਨੂੰ ਰਲਾ ਦਿਓ ਕਿਸੇ ਨਾ, ਪੰਜ ਸੱਤ ਹਜ਼ਾਰ ਰੁਪਏ ਲਿਆਇਆ ਕਰੂ। ਸੋਚੋ ਫੇਲ ਕਿਉਂ ਹੋ ਗਿਆ? ਦੇਖੋ ਵੀ ਜਿਹੜਾ ਸਕੂਲ ਚ ਪੜ੍ਹਨ ਜਾਂਦਾ ਉੱਥੇ ਮਾਸਟਰ ਪੂਰੇ, ਸੋਚੋ ਵੀ ਜਿਹੜਾ ਸਕੂਲ ਚ ਪੜ੍ਹਨ ਜਾਂਦਾ ਜੇ ਮਾਸਟਰ ਪੂਰੇ ਪੜ੍ਹਾਉਂਦੇ ਕਿ ਨਹੀਂ ਪੜ੍ਹਾਉਂਦੇ? ਜੇ ਤਾਂ ਇਉਂ ਢੰਗ ਨਾਲ ਸੋਚੋਗੇ ਤੇ ਕਰਮਾਂ ਚ ਪੜ੍ਹਾਈ ਉਹਦੇ ਉਹਦੀ ਹੋਜੂ। ਕਿਉਂ? ਜੇ ਮਾਸਟਰ ਥੋੜੇ ਆ, ਸਰਕਾਰ ਕੋਲੇ ਜਾਓਗੇ, ਡੀ ਓ ਕੋਲੇ ਜਾਓਗੇ, ਡੀ ਪੀ ਆਈ ਕੋਲੇ ਜਾਓਗੇ ਵੀ ਸਾਡੇ ਪਿੰਡ ਦੇ ਜਵਾਕਾਂ ਤੋਂ ਕੀ ਕਸੂਰ ਹੋ ਗਿਆ, ਸਾਡੇ ਮਾਸਟਰ ਪੂਰੇ ਕਾਹਤੋਂ ਨਹੀਂ ਕਰਦੇ? ਜੇ ਸਰਕਾਰ ਜਵਾਬ ਦਿੰਦੀ ਹੈ ਤਾਂ ਪਿੰਡ ਦੀ ਪੰਚਾਇਤ ਮੌਜਣਾ 1000-1500 ਰੁਪਇਆ ਇਕੱਠਾ ਕਰਕੇ 5-5-7-7 ਰੁਪਏ ਪਿੰਡ ਦੇ ਸਕੂਲ ਚ ਮਾਸਟਰ ਲਾ ਦੂਗਾ ਤੇ ਪੜ੍ਹਾਈ ਚਾਲੂ ਹੋਜੂ ਤੇ ਜਵਾਕ ਪਾਸ ਹੋਜੂ। ਕਹਿਣ ਦਾ ਮਤਲਬ ਕੀ ਹੈ ਵੀ ਹਰ ਗੱਲ ਜਿਹੜੀ ਵੀ ਤੁਹਾਡੀ ਜ਼ਿੰਦਗੀ ਚ ਵਾਪਰਦੀ ਆ ਉਹਨੂੰ ਜੇ ਤੁਸੀਂ ਠੀਕ ਢੰਗ ਨਾਲ ਸੋਚੋਗੇ ਤਾਂ ਉਹਦਾ ਹੱਲ ਇੱਥੇ ਹੈਗਾ। ਆਖਿਰ ਦੇ ਵਿੱਚ ਸਰਕਾਰ ਦੇ ਬਿਆਨਾਂ ਚ ਨਾ ਫਸ ਜਿਓ। ਸਰਕਾਰ ਬਿਆਨ ਕੀ ਦਿੰਦੀ ਆ? 21ਵੀਂ ਸਦੀ ਆ ਜਾਣੀ ਆ 2 ਸਾਲਾਂ ਨੂੰ, 2000 ਪੂਰਾ ਹੋਗਾ, 21ਵੀਂ ਸਦੀ ਉਹਨੂੰ ਕਹਿੰਦੇ ਆ। ਸਾਰਾ ਦੇਸ਼ ਖੁਸ਼ਹਾਲ ਹੋ ਜਾਣਾ, ਵਿਗਿਆਨਕ ਯੁੱਗ ਆ ਜਾਣਾ, ਕੁਛ ਨੀ ਹੋਣਾ 21ਵੀਂ ਸਦੀ ਦੇ ਵਿੱਚ। ਜਿਵੇਂ ਕੱਲ ਨੂੰ ਸੋਮਵਾਰ ਚੜੂ ਨਾ, ਅਸੀਂ 21ਵੀਂ ਸਦੀ ਚੜ ਜੂ, ਜਮੀ ਐਂ ਚੜ ਜੂ। ਤੇ ਫੇਰ ਬਿਆਨ ਵੱਡੇ ਵੱਡੇ ਲੀਡਰਾਂ ਦੇ, ਆ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੁਣ ਤਾਂ ਨੇੜੇ ਤੇੜੇ ਵੀ ਨੀ ਕਿਤੇ, ਇਹ ਵੀ ਅਸੀਂ ਕਹਿੰਦਾ ਹੁੰਦਾ ਸੀ ਵਿਗਿਆਨ ਕਾ ਯੁੱਗ ਆਨੇ ਵਾਲਾ ਹੈ ਤੇ ਆਪ ਉਹ ਸੱਤਿਆ ਸਾਈਂ ਬਾਬੇ ਦੇ ਡੇਰੇ ਦਾ ਉਦਘਾਟਨ ਕਰਕੇ ਆਏ। ਅਫਸੋਸ ਦੀ ਗੱਲ ਹੈ ਵੀ ਪ੍ਰਧਾਨ ਮੰਤਰੀ ਉਹਦੇ ਮੁਲਕ ਦਾ ਤੇ ਬਾਬੇ ਦੇ ਡੇਰੇ ਦਾ ਉਦਘਾਟਨ ਕਰਦੇ ਤੁਰੇ ਫਿਰੇ, ਨਾਲ ਚਵਾਨ ਹੁਣੀ ਨਿੱਕੇ ਮੋਟੇ ਮੰਤਰੀ ਸਾਰੇ ਨਾਲ, ਉਦੂ ਮਗਰੋਂ ਆ ਗਿਆ ਦੇਵਗੌੜਾ। ਉਹ ਕਹਿੰਦਾ ਅਸੀਂ ਧਰਮ ਨਿਰਪੇਖ ਜਮੀ, ਅਮਰਨਾਥ ਦੀ ਯਾਤਰਾ ਨੂੰ ਜਾਂਦੇ ਆ ਸੈਲਾਨੀਆਂ ਚ ਲੋਕ ਦਰਸ਼ਨ ਕਰਨ, ਕਹਿੰਦੇ ਉੱਥੇ ਸ਼ਿਵਲਿੰਗ ਦੇ ਦਰਸ਼ਨ ਕਰਕੇ ਆਉਣੇ ਆ। 600 ਬੰਦਾ ਬਰਫ਼ ਥੱਲੇ ਆ ਕੇ ਮਰ ਗਿਆ ਸਰਕਾਰੀ ਖਜ਼ਾਨੇ ਤੋਂ, ਜਿੱਥੇ ਇੱਕ ਇੱਕ ਪੈਸਾ ਖੂਨ ਪਸੀਨਾ ਤੁਹਾਡਾ ਸਰਕਾਰੀ ਖਜ਼ਾਨੇ 'ਚ ਟੈਕਸਾਂ ਦੇ ਰੂਪ 'ਚ ਜਾਂਦਾ, 50,000 ਰੁਪਇਆ 600 ਬੰਦੇ ਨੂੰ ਵੰਡਤਾ ਉੱਥੇ ਮਰਿਆ ਨੂੰ। ਕੋਈ ਪੁੱਛਣ ਵਾਲਾ ਹੋਵੇ ਉਹ ਰੱਬ ਦੇ ਦਰਸ਼ਨ ਕਰਨ ਗਏ ਸੀ, ਰੱਬ ਨੇ ਘੋੜੇ ਰੱਖ ਲਏ, ਮਾੜਾ ਕੀ ਹੋ ਗਿਆ ਬਈ? ਜਾਣੀ ਵੋਟਾਂ ਦੇ ਰੌਲੇ, ਉਦੂ ਥੱਲੇ ਨੂੰ ਆ ਜਾਓ। ਬੇਅੰਤ ਸਿੰਘ ਮਰ ਗਿਆ, ਹੁਣ ਮੁੱਖ ਮੰਤਰੀ ਸੀਗਾ ਕਿਸੇ ਵੇਲੇ ਆਪਣੇ ਸੂਬੇ ਦਾ, ਕਹਿੰਦਾ ਅਸੀਂ ਧਰਮ ਨਿਰਪੇਖ, ਜਿਹੜੇ ਅਕਾਲੀ ਇਹ ਗੁਰਦੁਆਰਿਆਂ 'ਚੋਂ ਚਲਾਉਂਦੇ ਸਿਆਸਤ, ਪਰ ਜਦੋਂ ਗਿੱਦੜ ਵੇਖਿਆ ਵੀ ਜਿਮਨੀ ਚੋਣ ਹੋਈ ਸਰਸੇ ਵਾਲੇ ਬਾਬੇ ਦੇ ਜਾਫੜੇ ਫੈਰ ਸੁੱਤੇ ਸੋਡੇ ਵਾਲੇ, ਕਹਿੰਦਾ ਬਾਬਾ ਜੀ ਮਿਹਰ ਕਰੋ, ਕਿਉਂ? ਗਿੱਦੜ ਵੇਖੇ ਹਲਕੇ 'ਚ ਸਰਸੇ ਵਾਲੇ ਦੇ ਪ੍ਰੇਮੀਆਂ ਦੀ ਗਿਣਤੀ ਖਾਸੀ ਸੀ ਵੀ ਬਾਬਾ ਜੀ ਤੋਂ ਲੈ ਲਓ ਆਸ਼ੀਰਵਾਦ ਫਿਰ ਵੋਟਾਂ ਆਪਾਂ ਨੂੰ ਪੈ ਜਾਣਗੀਆਂ ਘੱਟ, ਦੂਜੇ ਵੀ ਨਹੀਂ। ਕਿਸੇ ਨੂੰ ਐਂ ਲੱਗਦਾ ਉਹ ਪਤਾ ਨਹੀਂ ਕਾਂਗਰਸ ਦੇ ਖਿਲਾਫ ਆ, ਉਹ ਪ੍ਰਕਾਸ਼ ਤੋਂ ਵੱਧ ਰਹੇ ਹੁਣ ਮੁੱਖ ਮੰਤਰੀ ਆ। ਜਿਹੜੇ ਕਹਿੰਦੇ ਆ ਅਸੀਂ ਸਾਡਾ ਪੰਥ ਸਾਡਾ ਅਕਾਲ ਤਖ਼ਤ ਤੋਂ ਸੇਧ ਲੈ ਕੇ ਅਸੀਂ ਸਿਆਸਤ ਦਿੰਦੇ ਹਾਂ, ਉਸੇ ਸਰਸੇ ਵਾਲੇ ਬਾਬੇ ਦੇ ਪੈ ਰਹੇ ਨੇ ਬੜੇ ਉਦੋਂ ਹੀ, ਕਿਉਂ? ਵੀ ਕਿਤੇ ਵੋਟਾਂ ਕਾਂਗਰਸ ਨੂੰ ਨਾ ਪੈ ਜਾਣ। ਉਦੂ ਗਾਹਾਂ ਨੂੰ ਆ ਜਾਓ ਬੀਬੀ ਰਜਿੰਦਰ ਕੌਰ ਭੱਠਲ, ਦੂਰ ਕਮੀਨਾ ਬਣ ਗਈ ਮੁੱਖ ਮੰਤਰੀ। ਅਸੀਂ ਤਾਂ ਅਖਬਾਰਾਂ 'ਚੋਂ ਖਬਰਾਂ ਪੜ੍ਹੀਆਂ, ਬੀਬੀ ਅਖਬਾਰ 'ਚ ਕੀ ਆਉਂਦਾ, ਬੀਬੀ ਜੀ ਡੇਰਾ ਬਿਆਸ ਬਾਬਿਆਂ ਦੇ ਪ੍ਰਵਚਨ ਸੁਣਨ ਲਈ ਗਏ। ਬੜਾ ਅਫਸੋਸ ਹੋਇਆ ਦੇਖਿਆ ਵੀ ਇਹ ਬੀਬੀ ਜੀ ਨੂੰ ਡੂਢ ਮਹੀਨਾ ਪਹਿਲਾਂ ਮੁੱਖ ਮੰਤਰੀ ਨਹੀਂ ਸੀ ਬਣੀ, ਸਾਰੀ ਉਮਰ ਦਾ ਬਿਆਸ ਡੇਰੇ ਨਹੀਂ ਗਏ, ਉਦੋਂ ਪ੍ਰਵਚਨ ਨੂੰ ਬਹਿ ਕਰਦੇ ਸੀ। ਗੱਲ ਕੀ ਹੈ, ਜਦੋਂ ਵੋਟਾਂ ਲੈਣੀਆਂ ਉਦੋਂ ਇਹਨਾਂ ਨੇ ਇਹੋ ਜਿਹਾ ਪਖੰਡ ਰਚ ਲੈਣਾ ਵੀ ਆਹ ਭਾਈ ਆਹ ਬਾਜਰਿਆਂ ਦੇ ਲੋਕ, ਆਹ ਭਾਈ ਬਾਹਮਣੀਆਂ ਦੇ ਲੋਕ, ਇਹ ਕਿਹੜੇ ਬਾਬੇ ਨੂੰ ਮੰਨਦੇ ਆ? ਉਹਨਾਂ ਨੂੰ ਲੋੜ ਨਹੀਂ ਤੁਹਾਡੇ ਪਿੰਡ 'ਚ ਇੱਥੇ ਆ ਕੇ ਕਹਿਣ ਵੀ ਇੱਥੋਂ ਦੀ ਅਸੀਂ ਬੱਸਾਂ ਲਾ ਦਿਆਂਗੇ, ਲੋਕ ਆਉਣ ਜਾਣ ਦੀ ਸਹੂਲਤ ਹੋਜੂ, ਇੱਥੇ ਵੱਡਾ ਹਸਪਤਾਲ ਪਾ ਦਿਆਂਗੇ ਤਾਂ ਕਿ ਗਰੀਬ ਗੁਰਬਾ ਵੀ ਦਵਾਈ ਉੱਥੋਂ ਲੈ ਲੈ। ਇਹਨਾਂ ਨੂੰ ਲੋੜ ਨਹੀਂ ਇਹ ਗੱਲਾਂ ਕਹਿਣ ਵੀ ਇੱਥੇ ਆ ਕੇ ਸਟੇਜ ਲਾ ਕੇ ਤੁਹਾਡੇ ਪਿੰਡ 'ਚ ਵਾਅਦੇ ਕਰਨ ਦੀ, ਇੱਕ ਅੱਧੇ ਬਾਬੇ ਨੂੰ ਸੁਧਾਰ ਲੈਣਗੇ ਜਿਹਦੇ ਤੁਸੀਂ ਸ਼ਰਧਾਲੂ ਹੋ, ਬਾਬਾ ਜੀ ਤੋਂ ਕਹਾ ਦੇਣਗੇ ਵੀ ਸੰਗਤ ਦੇਖੋ ਸਰਕਾਰ ਆਪਣੇ ਡੇਰੇ ਨੂੰ ਆਉਂਦੀ ਗੱਡੀਆਂ ਟੈਕਸੀਆਂ ਟੂਕਸੀਆਂ ਜਮ੍ਹਾਂ ਨਹੀਂ ਰੋਕਦੀ, ਤੁਸੀਂ ਖਿਆਲ ਹੈ ਇਸ ਪਾਰਟੀ ਦਾ ਰੱਖਿਓ ਐਤਕੀ ਆ ਹੋਇਆ? ਤੁਸੀਂ ਅਖਬਾਰਾਂ 'ਚ ਖਬਰਾਂ ਪੜ੍ਹੀਆਂ ਹੋਣੀਆਂ ਵੀ ਸੁਰਜੀਤ ਸਿੰਘ ਬਰਨਾਲਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਥ ਸੀ ਐਤਕੀ ਸਰਸੇ ਵਾਲੇ ਬਾਬਿਆਂ ਨੇ ਡੋਲਦਾ ਬਚਾਤਾ। ਅਸੀਂ ਆਪ ਅਖਬਾਰਾਂ 'ਚ ਪੜ੍ਹਿਆ ਵੀ ਪ੍ਰੇਮੀਆਂ ਨੇ ਵੋਟਾਂ ਅਕਾਲੀਆਂ ਨਹੀਂ ਪਾਤੀਆਂ। ਆਹ ਚੱਕਰ ਜਿੰਨਾ ਚਿਰ ਇਹ ਨਹੀਂ ਤੁਸੀਂ ਸਮਝ, ਅਸੀਂ ਕਹਿੰਦੇ ਤੁਸੀਂ ਵੀ ਜਿਹਨੂੰ ਮਰਜ਼ੀ ਮੰਨਦੇ ਮੰਨੋ, ਜਿਹੜੀ ਪਾਰਟੀ ਨੇ ਮਰਜ਼ੀ ਹੈ ਮਰਜ਼ੀ ਰਹੋ, ਇਹ ਵੀ ਲੀਡਰ ਜਿਹੜਾ ਸਾਰੇ ਨੂੰ ਮਰਜ਼ੀ ਹੈ ਮੰਨਣ, ਚਾਹੇ ਘਰੇ ਸੱਦ ਕੇ ਭੋਜਨ ਖਵਾਈ ਜਾਣ, ਪਰ ਜਦੋਂ ਮਸਲਾ ਲੋਕਾਂ ਦਾ, ਇਹਨਾਂ ਲੋਕਾਂ ਦਾ, ਜਦੋਂ ਮਸਲਾ ਵੋਟਾਂ ਦਾ, ਜਦੋਂ ਕੋਈ ਇਹੋ ਜਿਹਾ ਸਾਧ
ਇਹੋ ਜਿਹੇ ਲੀਡਰਾਂ ਨਾਲ ਰਲ ਕੇ ਲੋਕਾਂ 'ਚ ਪ੍ਰਚਾਰ ਕਰਦਾ, ਫਿਰ ਤੁਹਾਨੂੰ ਸੋਚਣਾ ਪਊ ਇਹ ਕਾਹਦੇ ਵਾਸਤੇ ਰੱਖੇ ਹੋਇਆ ਪਾਲੇ ਹੋਇਆ ਸਰਕਾਰ। ਅਤੇ ਨਹੀਂ ਤਾਂ ਜਿੰਨਾ ਸਦੀਆਂ ਤੋਂ ਆਪਾਂ ਧੰਦ ਪਿੜਦੇ ਆਏ ਹਾਂ ਹੋਰ ਪਿੜਦੇ ਜਾਵਾਂਗੇ। ਇੱਕ ਗੱਲ ਦੀ ਆਸ ਨਾਲ ਹੀ ਮੈਂ ਸਾਰਿਆਂ ਵੀਰਾਂ ਭੈਣਾਂ ਤੋਂ ਆਸ ਰੱਖੂ, ਬੜਾ ਸਮਾਂ ਹੋ ਗਿਆ ਅਸੀਂ ਆਪਦੀ ਖੂਨ ਪਸੀਨੇ ਦੀ ਕਮਾਈ ਸਾਰਾ ਸਿਆਣਿਆਂ ਦੇ ਡੇਰਿਆਂ 'ਤੇ ਚੌਂਕੀਆਂ 'ਤੇ ਲਟਾਈ ਤੁਰੇ ਜਾਂਦੇ ਹਾਂ। ਆਉਣ ਵਾਲੇ ਸਮੇਂ 'ਚ ਥੋੜ੍ਹੇ ਜਿਹੇ ਸਿਆਣੇ ਹੋਵੋ, ਇਹਦੇ ਇੱਕ ਸਿਆਣੇ ਹੋ ਜਾਓ ਕਿ ਆਪਦੀ ਖੂਨ ਪਸੀਨੇ ਦੀ ਕਮਾਈ ਆਪਦੇ ਘਰ 'ਤੇ ਕਬੀਲਦਾਰੀ 'ਤੇ ਆਪਦੇ ਬੱਚਿਆਂ 'ਤੇ ਲਾਓ। ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਬੱਚੇ ਜਦੋਂ ਵੱਡੇ ਹੋਣ ਅਤੇ ਤੁਹਾਡੇ ਘਰ ਦੇ ਵਿੱਚ ਅਗਰ ਰੋਟੀ ਪਾਣੀ ਨਾ ਪੂਰਾ ਪੱਕਦਾ ਹੋਵੇ ਅਤੇ ਤੁਹਾਨੂੰ ਪੁੱਛਣ ਵੀ ਉਹ ਸਾਧ ਅਨਪੜ੍ਹ ਵੀ ਆ, ਗੱਡੀ ਵੀ ਥੱਲੇ ਰੱਖਦਾ, ਡੇਰਾ ਵੀ ਸ਼ਾਹੀ ਪਾਇਆ, ਵਿਹਲਾ ਵੀ ਰਹਿੰਦਾ, ਵੀ ਉਹ ਕਿਉਂ ਅਮੀਰ ਹੈ ਅਤੇ ਤੁਹਾਡੇ ਘਰ ਰੋਟੀ ਕਿਉਂ ਨਹੀਂ ਪੱਕਦੀ? ਇਹਨਾਂ ਬੱਚਿਆਂ ਨੂੰ ਜਵਾਬ ਦੇਣ ਤੋਂ ਪਹਿਲਾਂ ਅਸੀਂ ਤੁਹਾਤੋਂ ਆਸ ਰੱਖਾਂਗੇ।